ਕਿਤਾਬ ਲਿਖ ਮਾਰੀ ਉਹਨੇ ਉਹ ਸੰਗ ਡਾਕਟਰ ਸੰਗਤ ਸਿੰਘ ਨੇ ਇਤਿਹਾਸ ਵਿੱਚ ਸਿੱਖ ਅਤੇ ਉਹਦੇ ਵਿੱਚ ਤਾਂ ਮਾਣੋ ਚਾਲ ਸਰਕਾਰੀ ਮੈਂ ਫੋਨ ਲਾ ਕੇ ਪੁੱਛਿਆ ਮੈਂ ਜੀ ਸਰਕਾਰੀ ਜੀ ਮਾਂ ਚੁੱਕ ਕੇ ਮਾਰ ਦਿੱਤੀ ਜਾਂਦੀ ਪਿਓ ਮਾਰਤਾ ਕਹਿੰਦਾ ਮਾਰੇ ਆ ਮੈਂ ਕਿਹਾ ਹੋਰ ਕਹਿੰਦਾ ਯਾਰ ਮੈਨੂੰ ਪਤਾ ਨਹੀਂ ਮੈਂ ਇੱਥੇ ਵੀ ਕਿ ਲਿਖਤੀਆਂ ਜੀ ਕਿਤਾਬਾਂ ਮੈਂ ਸਰਕਾਰੀ ਦਾ ਮਾਂ ਪਿਓ ਮਾਰ ਦਿੱਤਾ ਜਾਂਦਾ ਮੈਨੂੰ ਇਹ ਦੱਸੋ ਜੀ ਉਹਨੇ ਮਾਂ ਪਿਓ ਮਰਾਉਣਾ ਨਾ ਸਰਕਾਰੀ ਬਣਨਾ ਕਰਨੋ ਹੀ ਨਿਰੰਕਰੀ ਕਾਂਡ ਵਾਪਰ ਗਿਆ ਅਤੇ ਉਹਦੇ 'ਚ ਇਹ ਵੀ ਫੱਟੜ ਹੋ ਗਏ ਇਹਨਾਂ ਦੇ ਗੋਲੀਆਂ ਲੱਗ ਗਈਆਂ ਬਾਂਹ 'ਚ ਵਿਚੋਲੇ ਵੀ ਜਿੰਨੇ ਹੋਈਆਂ ਸੀ ਛੱਬੀ ਰਿਸ਼ਤੇਦਾਰ ਪਰਿਵਾਰ ਦੇ ਨੌ ਜੀ ਭੇਟ ਚੜਿਆ ਉਹਨਾਂ ਦੀ ਇਹ ਨਹੀਂ ਅਤੇ ਇੱਥੇ ਬੈਠੇ ਤਾਂ ਫੋਰਸ ਬੂਹੇ ਗੜੀ ਆ ਗਈ ਅਤੇ ਮੁੜ ਕੇ ਐਂ ਨੂੰ ਭੱਜਣਾ ਨਾ ਫਿਰ ਬੂਹੇ ਵੱਲ ਨੂੰ ਭੱਜਣਾ ਜੋ ਮੈਂ ਵੇਖਿਆ ਉਹਨਾਂ ਨੂੰ ਜੇ ਫੋਰਸ ਦਿਸਿਆ ਵੀ ਛੱਡੇ ਟਾਰਗੇਟ 'ਤੇ ਆ ਰਹੀ ਫਿਰ ਭੱਜ ਗਿਆ ਉਹ ਉੱਥੇ ਜਾ ਗੰਨ ਬੀੜ ਦੇਣੀ ਪਹਿਲਾਂ ਜਾ ਕੇ ਐਵੇਂ ਨਹੀਂ ਬਾਬਾ ਬੋਰਡ ਨੂੰ ਆਉਂਦੇ ਬੜਾ ਗੁਗੜੀ ਇੱਕ ਸਰਦਾਰ ਬੰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਬੰਦਾ ਸੀ ਇੱਥੇ ਨਾ ਉਮਰ ਸਾਡੇ ਇਲਾਕੇ ਦੇ ਉਹਦੀ ਕੋਠੀ ਢਾਉਣ ਲੱਗ ਪਏ ਜਾ ਕੇ ਮੈਨੂੰ ਖੜਿਆ ਕਹਿੰਦੇ ਇੱਥੇ ਬਾਬੇ ਮਾਣੋ ਚੱਲਦਾ ਬੈਂਕ ਉਹਨੂੰ ਹਰ ਥਾਂ ਭੁਲੇਖਾ ਕਹਿੰਦਾ ਬਾਬੇ ਮਾਣੋ ਚੱਲਦਾ ਬੈਂਕ ਤਾਂ ਮਾਣਕ ਨੇ ਲਿਖਿਆ ਸੀ ਜੀਤ 'ਚ ਫਿਰ ਉੱਠੇਗਾ ਪੰਜਾਬ ਬਾਬੇ ਮਾਣੋ ਚੱਲੀ ਸ਼ਹਾਦ ਤੋਂ ਬਾਅਦ ਸਾਡੇ ਤੋਂ ਖਾਲਿਸਤਾਨ ਦੀ ਜੰਗੇ ਆਜ਼ਾਦੀ ਦੇ ਬਾਬਾ ਬੋਲ ਰਿਹਾ ਉਹਨਾਂ ਵਾਸਤੇ ਅੱਤਵਾਦੀ ਬਾਬਾ ਬੋਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਨਾਮ ਕਰਤਾਰ ਸਿੰਘ ਜੀ ਪਿੰਡ ਭੱਠਲ ਭਾਈ ਕੇ ਜੀ ਹਾਂਜੀ ਆਪਣੇ ਪਰਿਵਾਰ ਦੇ ਪਿਛੋਕੜ ਬਾਰੇ ਦੱਸੋ ਕਿ ਜਿਵੇਂ ਜੂਨ 1984 ਦੇ ਵਿੱਚ ਤੁਹਾਡੇ ਪਰਿਵਾਰ 'ਚੋਂ ਕੌਣ ਕੌਣ ਅਤੇ ਕਿਵੇਂ ਸ਼ਹੀਦ ਹੋਇਆ ਮੇਰਾ ਪਰਿਵਾਰ ਜਿਹੜਾ ਜੀ ਇਹ ਪਹਿਲੇ ਇੱਥੋਂ ਹੀ ਇਹੋ ਜਿਹੀਆਂ ਲੈਣਾਂ 'ਚ ਰਿਹਾ ਦਾਦੇ ਤੋਂ ਹੀ ਮੇਰਾ ਦਾਦਾ ਜੀ ਸਰਦਾਰ ਗੁਰਾਜ ਸਿੰਘ ਸੀ 1973 ਦੇ ਵਿੱਚ ਇੱਕ ਬੰਸੀ ਲਾਲ ਨਾਂ ਦਾ ਮੁੱਖ ਮੰਤਰੀ ਹਰਿਆਣੇ ਦਾ ਉਹਨੇ ਉੱਥੇ ਸਿੱਖਾਂ ਦੇ ਪਟੇ ਮਨਸੂਖ ਕਰਤੇ ਅਤੇ ਐਡੀਟੇਸ਼ਨ ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਮੋਹਨ ਸਿੰਘ ਧੁੜ ਦੀ ਅਗਵਾਈ ਹੇਠ ਸ਼ੁਰੂ ਕੀਤੀ ਅਤੇ ਜਥਾ ਲੈ ਕੇ ਗਏ ਕਰਨਾਲ ਟ੍ਰੇਨ 'ਤੇ ਪਹਿਲਾ ਜਥਾ ਇੱਥੋਂ ਤੁਰਿਆ ਅਤੇ ਮੇਰੇ ਦਾਦਾ ਜੀ ਮੇਰੇ ਦੋ ਚਾਚੇ ਇੱਥੋਂ ਸਕਿਆਂ 'ਚੋਂ ਗਏ ਅਤੇ ਉੱਥੇ ਮੁੜ ਕੇ ਸਾਧਨ ਹੋ ਗਿਆ ਅਤੇ ਟੀਅਰ ਗੈਸ ਚੜ੍ਹ ਕੇ ਮੇਰੇ ਦਾਦਾ ਵੀ ਆ ਕੇ ਇੱਥੇ ਚੜ੍ਹਾਈ ਕਰ ਗਿਆ ਦੋ ਤਿੰਨ ਮਹੀਨੇ ਜੇਲ੍ਹ 'ਚ ਰਹੇ ਸੀ ਉਹ ਜਦੋਂ ਪਟੇ ਮਨਸੂਖ ਕਰਤੇ ਬੰਸੀ ਲਾਲ ਨੇ ਅਤੇ 1962 ਵਿੱਚ ਵੀ ਜਦੋਂ ਪ੍ਰਤਾਪ ਸਿੰਘ ਕੈਰੋਂ ਦਾ ਮੁੰਡਾ ਸੁਰਿੰਦਰ ਸਿੰਘ ਕੈਰੋਂ ਧੱਕੇ ਨਾਲ ਪ੍ਰਤਾਪ ਸਿੰਘ ਕੈਰੋਂ ਨੂੰ ਜਿਤਾ ਦਿੱਤਾ ਸੀ ਮੋਹਨ ਸਿੰਘ ਧੁੜ ਅੰਦਰ ਸੀ ਉਦੋਂ ਹੀ ਮੇਰੇ ਦਾਦੇ ਨੂੰ ਅਤੇ ਮੇਰੇ ਪਿਤਾ ਨੂੰ ਚੁੱਕ ਕੇ 6 ਮਹੀਨੇ ਅੰਦਰ ਰੱਖਿਆ ਮੈਂ ਕੁੱਛੜ ਸਾਂ ਤੁਸੀਂ ਬੰਸੀ ਲਾਲ ਦੀ ਗੱਲ ਕਹੀ ਪਟੇ ਮਨਸੂਖ ਕਰ ਦਿੱਤੇ ਪਟੇ ਮਨਸੂਖ ਕਰਨੇ ਕੀ ਹੁੰਦਾ 99 ਸਾਲੀ ਪਟੇ ਦਿੱਤੀ ਜ਼ਮੀਨ ਦਿੱਤੀ ਸੀ ਕਿਸਾਨਾਂ ਨੂੰ ਲੀਗ 'ਤੇ ਜਦੋਂ ਉਹਨਾਂ ਜ਼ਮੀਨਾਂ ਪੁੱਟ ਕੇ ਆਬਾਦ ਕਰ ਲਈਆਂ ਅਤੇ ਮੁੜ ਕੇ ਪਟੇ ਮਨਸੂਖ ਕਰਤੇ ਵੀ ਜਾਓ ਇੱਥੋਂ ਛੱਡ ਕੇ ਉਹ ਜਦੋਂ ਰੌਲਾ ਪਿਆ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾ ਦਿੱਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾ ਜਥਾ ਦਹਿਦਰ ਮੋਹਨ ਸਿੰਘ ਤੋੜ ਲੈ ਕੇ ਗਿਆ ਤੁਹਾਡੇ ਪਰਿਵਾਰ ਦੀ ਉੱਥੇ ਜ਼ਮੀਨ ਨਹੀਂ ਸੀ ਤੁਸੀਂ ਸਿੱਖ ਕਿਸਾਨੀ ਲਈ ਗਏ ਨਾ ਕੋਈ ਜ਼ਮੀਨ ਨਹੀਂ ਸੀ ਵੀ ਮੈਂ ਤੁਹਾਂ ਪੁੱਛਿਆ ਪਰਿਵਾਰ ਪਿਛੋਕੜ ਮੈਂ ਦੱਸ ਰਿਹਾ ਸਾਡਾ ਪਰਿਵਾਰ ਦਾ ਪਿਛੋਕੜ ਫਿਰ ਮੇਰੇ ਫਾਦਰ ਨੇ ਪਤਾ ਨਹੀਂ ਅੰਨ ਮੋਰਚਾ ਕਿ ਮੋਗਾ ਮੋਰਚਾ ਲੱਗਾ 6 ਮਹੀਨੇ ਲਾਹੌਰ ਬੁਸਟਰ ਜੇਲ੍ਹ 'ਚ ਉੱਥੇ ਵੀ ਕੱਟੀ ਸੈਂਟਰ ਜੇਲ੍ਹ 'ਚ ਮੇਰੇ ਫਾਦਰ ਸਾਹਿਬ ਨੇ ਉਹਨਾਂ ਦਾ ਨਾਮ ਸਰਦਾਰ ਮਹਿੰਦਰ ਸਿੰਘ 1942 'ਚ 6 ਮਹੀਨੇ ਜੇਲ੍ਹ ਕੱਟ ਗਿਆ ਮੇਰਾ ਫਿਰ 1962 'ਚ ਮੇਰਾ ਪਿਤਾ ਜੀ ਅਤੇ ਮੇਰਾ ਗ੍ਰੈਂਡਫਾਦਰ ਦੋਵਾਂ ਨੂੰ ਚੁੱਕ ਕੇ ਲੈ ਗਈ ਪੁਲਿਸ ਉਦੋਂ ਪਿੰਡ ਦੀਆਂ ਅਕਾਲੀਆਂ ਨੇ ਮੁੜ ਕੇ ਤਕੜਿਆਂ ਬਾਅਦ 'ਚ ਜਵਾਨ ਤਕੜੀਆਂ ਮੈਂ 6 ਮਹੀਨਿਆਂ ਦਾ ਕੁੱਛੜ ਸਾ ਉਦੋਂ ਇਹ ਪਿਛੋਕੜਿਆ ਪਰਿਵਾਰ ਦਾ ਤੁਹਾਨੂੰ ਪੁੱਛਿਆ ਪਿਛੋਕੜ ਕੀ ਪਰਿਵਾਰ ਦਾ ਮੁੜ ਕੇ ਫਿਰ ਬਾਅਦ ਵਿੱਚ ਇਸ ਤਰ੍ਹਾਂ ਫਿਰ ਚਲੋ ਦਾਦਾ ਮੇਰਾ 74 ਚੜ੍ਹਾਈ ਕਰ ਗਿਆ ਉਹ ਟੀਅਰ ਗੈਸ ਉੱਥੇ ਬੜੀ ਸੁੱਟੀ ਸੀ ਉਹਨਾਂ ਨੂੰ ਅੱਗੇ ਥੋੜ੍ਹਾ ਜਿਹਾ ਨੁਕਸ ਸੀ ਉਹਨਾਂ ਨੂੰ ਚੜ੍ਹ ਗਈ ਅਤੇ ਇਹ 73 'ਚ ਮੋਰਚਾ ਲੱਗਾ 74 ਅਪ੍ਰੈਲ 'ਚ 13 ਅਪ੍ਰੈਲ ਨੂੰ ਚੜ੍ਹਾਈ ਕਰ ਗਏ ਮੇਰੇ ਗ੍ਰੈਂਡਫਾਦਰ ਇਸ ਤੋਂ ਪਹਿਲਾਂ ਪੰਜਾਬੀ ਸੂਬਾ ਮੋਰਚੇ 'ਚ ਵੀ ਪਰਿਵਾਰ ਤੁਹਾਡੇ ਨੇ ਹਿੱਸਾ ਜ਼ਰੂਰ ਲਿਆ ਹੋਊ ਉਹਦੇ ਬਾਰੇ ਨਹੀਂ ਕੋਈ ਮੈਨੂੰ ਜਾਣਕਾਰੀ ਬਹੁਤ ਜੀ ਜਿਹੜੀ ਜਿਹੜੀ ਮੈਨੂੰ ਜਾਣਕਾਰੀ ਮੈਂ ਉਹ ਤੁਹਾਨੂੰ ਦੱਸਦੀ ਆ ਵੀ 73 ਅਤੇ 1942 'ਚ ਮੇਰੇ ਬਾਪ ਨੇ ਜਿਹੜੀ ਕੱਟੀ ਆ ਲਾਹੌਰ ਜੇਲ੍ਹ 'ਚ ਉਹਦੇ ਤਾਂਬਰ ਪੱਤਰ ਤੱਕ ਮੇਰੇ ਪਿਓ ਨੂੰ ਮਿਲ ਗਿਆ ਪੈਨਸ਼ਨ ਨਹੀਂ ਮਿਲੀ ਛੋਹਣ ਸੋ ਜੋਸ਼ ਹੋਣੀ ਵਗੈਰਾ ਲਏ ਅਤੇ ਉਹ ਵੀ ਇੱਥੇ ਆਏ ਉਹ ਤੁਹਾਨੂੰ ਪੈਨਸ਼ਨ ਮਿਲਣੀ ਪੈਨਸ਼ਨ ਨਹੀਂ ਮਿਲੀ ਚਲੋ ਜੀ ਮੁੜ ਕੇ ਇਸ ਤੋਂ ਬਾਅਦ 74-75 ਆ ਗਿਆ ਫਿਰ ਕੀ ਹੋਇਆ ਵੀ ਅਸੀਂ ਮੈਂ ਨਸ਼ਹਿਰੇ ਪੜ੍ਹਦਾ ਹੁੰਦਾ ਸਾਂ ਨਸ਼ਹਿਰੇ ਪੜ੍ਹਦਾ ਸਕੂਲੇ ਹਾਈ ਸਕੂਲੇ 'ਤੇ ਆ ਜਿੱਥੇ ਹੁਣ ਬਾਬਾ ਧੰਨਾ ਸਿੰਘ ਜੀ ਦਾ ਗੁਰਦੁਆਰਾ ਬਣਿਆ ਸੜਕ ਦੇ ਉੱਤੇ
ਨਸ਼ਹਿਰੇ ਦੇ ਬਾਬਾ ਧੰਨਾ ਸਿੰਘ ਜੀ ਕਵੀਰਾਜ ਹੋਏ ਆ, 52 ਕਵੀਆਂ ਦੇ ਵਿੱਚ ਵੀ ਅਤੇ ਘੋੜਿਆਂ ਦੇ ਗਾਏ ਵੀ ਕਲਗੀਧਰ ਪਾਤਸ਼ਾਹ ਦੇ। ਹੁਣ ਐਡੀ ਵੱਡੀ ਸ਼ਖਸੀਅਤ ਨਸ਼ਹਿਰੇ ਦੀ ਹੋਈ ਸੀ, ਪਰ ਨਸ਼ਹਿਰਾ ਸਾਰਾ ਹੀ ਬੌਲਾ ਸੀ, ਅੱਜ ਤੱਕ ਵੀ ਬੌਲਾ ਹੀ ਹੈ ਲਗਭਗ। ਇਹ ਉੱਥੇ ਇੱਕ ਮੁਸਲਮਾਨ ਦੀ ਮਕਬਰਾ ਬਣਿਆ, ਉਹਨੂੰ ਆਉਂਦੇ ਉਹਨੇ ਪਿੰਡ ਬੱਧਾ, ਅਤੇ ਬਾਬੇ ਧੰਨਾ ਉਹਦਾ ਨਾਂ ਨਹੀਂ ਕੋਈ ਲੈਂਦਾ, ਨਾ ਕਿਸੇ ਨੂੰ ਪਤਾ ਹੀ ਸੀ। ਇਹ ਸਿੰਘ ਸਾਹਿਬ ਬਾਬਾ ਗੁਰਬਚਨ ਸਿੰਘ ਖਾਲਸਾ ਮਾਣੋ ਚਾਲ ਨੇ ਆ ਕੇ ਜਾਗਰਿਤ ਕੀਤਾ ਵੀ ਆਹ ਵੀ ਤੁਹਾਡੇ ਪਿੰਡ ਹੈਗਾ ਜੀ। ਇਹਨਾਂ ਦੇ ਨਾਨਕੇ ਸੀ ਨਸ਼ਹਿਰਾ ਪਿੰਡ, ਪਿੰਡ 'ਤੇ ਮਾਣੋ ਚਾਲ ਸੀ ਇਹਨਾਂ ਦਾ, ਨਸ਼ਹਿਰੇ ਨਾਨਕਾ ਪਿੰਡ ਸੀ ਅਤੇ ਇੱਥੇ ਰਹਿੰਦੇ ਸੀ। ਅਤੇ ਬਾਬਾ ਗੁਰਬਚਨ ਸਿੰਘ ਅਸੀਂ 76 'ਚ ਮੈਂ ਪੜ੍ਹਨ ਜਾਂਦਾ ਹਾਂ, ਅਤੇ ਉੱਥੇ ਇਹਨਾਂ ਨਵਾਂ ਨਵਾਂ ਅੰਮ੍ਰਿਤ ਛਕਿਆ, ਅਤੇ ਇੱਕ ਵਾਰੀ ਤੁਰੇ ਜਾਂਦੇ ਸੀ, ਅਤੇ ਅੱਜ ਵੀ ਉਹ ਮੁੰਡਾ ਮੇਰਾ ਕਲਾਸ ਫੈਲੋ ਹੈਗਾ, ਮੈਂ ਇਹਨੂੰ ਕਿਹਾ ਕੌਣ ਆ ਸਿੰਘ, ਉਦੋਂ ਇਹਨਾਂ ਨੇ ਇਹਨਾਂ ਨੇ ਲੂੰ ਜੇ ਫੁੱਟੇ ਸੀ ਇਹਨਾਂ ਦੇ, 75 76 76 77 ਦੀ ਗੱਲ ਹੈ ਇਹਨਾਂ ਨੇ, ਤਾਂ ਅਸੀਂ ਸਾਡੇ ਲੂੰ ਵੀ ਨਹੀਂ ਫੁੱਟੇ ਅਜੇ। ਅਤੇ ਉਹ ਮੈਨੂੰ ਆਉਂਦਾ ਗੱਚੋ ਗੱਚੋ ਇੱਥੇ ਮਾਣੋ ਚਾਲੀਆਂ ਦਾ, ਮਾਣੋ ਚੱਲਦੇ ਆ ਨਾਨਕੇ ਰਹਿੰਦੇ, ਗੱਚੋ ਗੱਚੋ ਇਹਨੂੰ ਆਉਂਦੇ ਆ। ਮੈਂ ਬੜਾ ਸਿੰਘ ਸੱਜਿਆ, ਅਤੇ ਅਸੀਂ ਮੇਰਾ ਸਿਰ ਮੰਨਿਆ ਸੀ ਉਦੋਂ, ਅਤੇ ਸੋਹਣੀ ਕੰਬਾਏ ਤੋਂ ਤਾਂ ਸ਼੍ਰੀ ਸਾਹਿਬ ਪਾਇਆ। ਅੱਛਾ ਚਲੋ ਜੀ, ਮੁੜ ਕੇ ਪੜ੍ਹਦਿਆਂ ਪੜ੍ਹਦਿਆਂ ਉੱਥੇ ਸਕੂਲੇ ਇੱਕ ਵਾਰੀ ਹੈਡ ਮਾਸਟਰ ਰਣਧੀਰ ਸਿੰਘ ਚੀਮਾ ਸੀ ਸਾਡੇ, ਉਹਨੇ ਆ ਬੱਕਰੇ ਵੱਢਣ ਦੀ ਇਹੋ ਜਿਹੀਆਂ ਗੱਲਾਂ ਗੱਲਾਂ ਕੁਛ ਕੀਤੀਆਂ, ਅਤੇ ਉੱਥੇ ਕੋਈ ਗੱਲਾਂ ਉਹਨੇ ਗੁਰੂ ਸਾਹਿਬ ਬਾਰੇ ਕਹਿਤੀਆਂ, ਅਤੇ ਸਿੰਘ ਸਾਹਿਬ ਨੂੰ ਪਤਾ ਲੱਗਾ, ਇਹਨਾਂ ਜਾ ਕੇ ਉੱਥੇ ਸਵੇਰੇ ਪਰੇਡ ਦੇ ਵਿੱਚ ਫਿਰ ਲੈਕਚਰ ਦਿੱਤਾ ਵੀ ਚੰਗੀ ਮਤਲਬ ਗੱਲ ਨਾਲ ਖਠੋਕ ਕੇ ਗੱਲਾਂ ਕੀਤੀਆਂ ਬਾਬੇ ਮਾਣੋ ਚਾਲ ਨੇ। ਅਤੇ ਉਹ ਕੇ ਉੱਥੋਂ ਫਿਰ ਹੋਰ ਇੰਨੇ ਨੇੜੇ ਹੋ ਗਏ, ਉੱਥੇ PT ਮਾਸਟਰ ਸੀ ਟੋਟੀਆਂ ਤੋਂ, ਮੁੜ ਕੇ ਉਹ ਊਂ ਇਹਨਾਂ ਨਾਲ ਪਿਆਰ ਬੜਾ ਹੋ ਗਿਆ, ਜਾਣ ਆਉਣ ਬੜਾ ਹੋ ਗਿਆ ਇਹਨਾਂ ਦਾ। ਤੁਸੀਂ ਵੀ ਉਸੇ ਸਕੂਲ ਪੜ੍ਹਦੇ? ਹਾਂ, ਉਸੇ ਹਾਈ ਸਕੂਲ। ਇਹ ਸੱਥੋਂ ਹਟ ਚੁੱਕੇ ਪੜ੍ਹ ਕੇ, ਇਹ ਹਟ ਚੁੱਕੇ, ਕਬੱਡੀ ਦੇ ਪਲੇਅਰ ਵੀ ਸੀਗੇ, ਕਬੱਡੀ ਦੇ ਪਲੇਅਰ ਵੀ ਸੀ ਬਾਬਾ ਮਾਣੋ ਚਾਲ। ਤੁਹਾਡੇ ਤੋਂ ਕਿੰਨੇ ਕੁ ਸਾਲ ਅੱਗੇ ਪੜ੍ਹਦੇ? ਇਹ ਸਾਥੋਂ ਮੈਂ 74 'ਚ ਦਾਖਲਾ ਲਿਆ, ਅਤੇ 75 ਕੁ ਜੀ ਇਹ ਮੇਰਾ ਖਿਆਲ ਸਾਡੇ ਮੇਰੇ ਜਾਣ ਤੋਂ ਪਹਿਲਾਂ ਹੀ ਹਟ ਗਿਆ ਏ, ਮੇਰੇ ਜਾਣ ਤੋਂ ਪਹਿਲਾਂ ਹਟ ਗਿਆ ਏ। ਮੈਂ 74 'ਚ ਦਾਖਲਾ ਲਿਆ ਉੱਥੇ 6ਵੀਂ 'ਚ। ਮੁੜ ਕੇ ਇੱਥੇ ਨਾ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ, ਇੱਥੇ ਛੱਪੜ ਸੀ, ਅਤੇ ਕਈ ਵਾਰ ਬਈਏ ਮੱਛੀਆਂ ਫੜਦੇ ਵੇਖੇ। ਇਹ ਮੁੜ ਕੇ ਨਾ ਫਿਰ ਜਦੋਂ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲੇ, ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡ ਵਾਲੇ ਇੱਥੇ ਆਉਂਦੇ, ਪਹਿਲਾਂ ਇਹ ਹੀ ਸੁਣਿਆ ਸੰਤ ਗੁਰਬਚਨ ਸਿੰਘ ਖਾਲਸਾ ਵੀ ਇੱਥੇ ਆਉਂਦੇ ਰਹੇ ਨਸ਼ਹਿਰਾ ਪਨਵਾਂ 'ਚ, ਅਤੇ ਉਹਨਾਂ ਨਾਲ ਕਿਤੇ ਇਹਨਾਂ ਦਾ ਸੰਪਰਕ ਹੋਇਆ, ਅਤੇ ਟਕਸਾਲ ਨਾਲ ਸੰਬੰਧਿਤ ਹੋ ਗਏ। ਅਤੇ ਮੁੜ ਕੇ ਇਹਨਾਂ ਕੀ ਕੀਤਾ ਵੀ ਇੱਥੇ ਟਰਾਲੀਆਂ ਨਾਲ ਤੰਗੇ ਮਕਬੂਲ ਹੋ ਗਏ ਇਲਾਕੇ 'ਚ, ਤਾਂ ਨਾ ਫਿਰ ਇਹਨਾਂ ਮੰਗਲ ਸੇਰੋਂ ਵਾਲੀ ਹੈ ਬਲੈਕੀ ਹੈ ਜਿਹੜੇ ਖੱਬਿਆਂ ਵਾਲੇ ਕਾਬਲ ਸੁਣੀ, ਇਹਨਾਂ ਦੀਆਂ ਟਰਾਲੀਆਂ ਟੂਲੀਆਂ ਵਾਲੀ ਮਿੱਟੀ ਪਾਉਣੀ ਸ਼ੁਰੂ ਕਰਤੀ, ਉਹ ਛੱਪੜ ਪੂਰਨਾ ਸ਼ੁਰੂ ਕਰਤਾ ਇਹਨਾਂ, ਛੱਪੜ ਪੂਰ ਕੇ ਮੁੜ ਕੇ ਇਹਨਾਂ ਗੁਰਦੁਆਰਾ ਸਾਹਿਬ ਉੱਥੇ ਖੜਾ ਕਰਤਾ ਵੀ ਉਹ ਇਹ ਜਗ੍ਹਾ ਬਣਾ ਕੇ, ਅਤੇ ਇੱਥੇ ਫਿਰ ਇਹਨਾਂ ਕਮਰੇ ਕਮਰੇ ਪਾ ਦਿੱਤੇ। ਮੁੜ ਕੇ ਇਹ ਕਾਫੀ ਮਕਬੂਲ ਹੋ ਗਏ ਫਿਰ ਇਲਾਕੇ 'ਚ। ਮੁੜ ਕੇ ਫਿਰ ਸਿੱਜੇ ਸਿੱਜੇ ਅੱਜ ਹੋਰ ਮੇਥੋਂ ਛੋਟੇ ਨੇ ਸਾਡੇ ਪਿੰਡ 77 'ਚ ਆਏ ਟਕਸਾਲ ਵਾਲੇ ਅੰਮ੍ਰਿਤ ਪਾਨ ਕਰਾਉਣ ਵਿੱਚ ਸਾਡੇ ਪਿੰਡ, ਅਤੇ ਮੇਥੋਂ ਛੋਟੇ ਨੇ ਅੰਮ੍ਰਿਤ ਪਾਨ ਕਰ ਲਿਆ। ਮੈਂ ਤੁਹਾਨੂੰ ਰੋਕ ਕੇ ਇਹ ਪੁੱਛਣਾ ਚਾਹੁੰਦਾ, ਤੁਸੀਂ ਕਿਹਾ ਕਿ ਬਾਬਾ ਗੁਰਬਚਨ ਸਿੰਘ ਮਾਣੋ ਚਾਲ ਹੋਣਾ ਨੇ ਭਾਈ ਧੰਨਾ ਸਿੰਘ ਹੋਣਾ ਦੇ ਅਸਥਾਨ ਦੀ ਸੇਵਾ ਕਰਵਾਈ, ਉਦੋਂ ਤੱਕ ਬਾਬਾ ਮਾਣੋ ਚਾਲ ਨੂੰ ਲੋਕ ਇੱਦਾਂ ਜਾਣਦੇ ਸਨ ਕਿ ਉਸ ਗੁਰਦੁਆਰਾ ਸਾਹਿਬ ਨੂੰ ਸੇਵਾ ਕਰਵਾਉਣ ਵਾਲਾ ਇੱਕ ਖਾਲਸਾ, ਕਿ ਜਾਂ ਮਕਬੂਲ ਸੀ ਕਿ ਬਾਬਾ ਮਾਣੋ ਚਾਲ? ਨਾ ਨਾ, ਬਾਬਾ ਮਾਣੋ ਚਾਲ ਨਹੀਂ ਸੀ ਉਦੋਂ ਇਹ, ਨਾ ਬਾਬਾ ਮਾਣੋ ਚਾਲ ਤਾਂ ਬਣੇ ਆ 86 'ਚ, ਪਹਿਲਾਂ ਬਾਬਾ ਨਾਲ ਮਾਣੋ ਚਾਲ ਨਹੀਂ ਸੀ ਨਾਲ ਹੈਗਾ, ਨਾਣੋ ਚਾਲ ਦਾ ਤਾਂ ਨਾਂ ਦਿੱਤਾ ਹੀ ਨਹੀਂ ਹੈਗਾ ਉਦੋਂ, ਕਿ ਉਤੋਂ ਬਾਬਾ ਗੁਰਬਚਨ ਸਿੰਘ ਆਖਣ ਲੱਗ ਪਏ ਸੀ, ਬਾਬਾ ਗੁਰਬਚਨ ਸਿੰਘ ਕਹਿਣ ਲੱਗ ਪਏ ਸੀ ਵੀ ਬਾਬਾ ਗੁਰਬਚਨ ਸਿੰਘ ਸੇਵਾ ਕਰਾਉਂਦਾ। ਮੁੜ ਕੇ ਇਹਨਾਂ ਇੱਕ ਜੀਪ ਲੈ ਲਈ, ਮੁੜ ਕੇ ਇਲਾਕੇ 'ਚੋਂ ਇਹਨਾਂ ਕਾਫੀ ਹਰਦਿਆਲ ਸਿੰਘ ਚਤਰੇ ਹੋਣੀ ਨਾਲ ਰਲ ਕੇ ਗ੍ਰਾਹੀ ਗਰੂਹੀ ਕਰਦੇ ਰਹੇ, ਸਾਡੇ ਵੀ ਆਉਂਦੇ ਰਹੇ ਗ੍ਰਾਹੀਆਂ ਕਰਨ, ਮੁੜ ਕੇ ਗ੍ਰਾਹੀ ਕਰਕੇ ਇਹਨਾਂ ਕਾਫੀ ਮੁੜ ਕੇ ਉੱਥੇ ਮਿੱਟੀ ਮੱਟੀ ਪਵਾ ਕੇ ਕਮਰੇ ਪਾ ਕੇ ਮਹਾਰਾਜ ਦਾ ਪ੍ਰਕਾਸ਼ ਕਰਤਾ, ਫਿਰ ਕਥਾ ਕਰਦੇ ਹੁੰਦੇ ਸੀ ਆਪ, ਇਹ ਕਥਾ ਕਰਦੇ ਹੁੰਦੇ ਸੀ ਆਪ, ਇਹਨਾਂ ਨਿਸ਼ਾਨ ਸਾਹਿਬ 'ਤੇ ਚੋਲਾ ਚੜ੍ਹਾਉਂਦੇ ਮੈਂ ਵੇਖੇ ਆ, ਆਪ ਚੋਲਾ ਚੜ੍ਹਾਉਂਦੇ ਹੁੰਦੇ ਨਿਸ਼ਾਨ ਸਾਹਿਬ 'ਤੇ ਚੜ੍ਹ ਕੇ, ਅਤੇ ਵੱਡਾ ਗੇਟ ਲਾਇਆ ਰੰਗ ਉਹਨੂੰ ਆਪ ਕਰਨ ਦੇ ਮੈਂ ਵੇਖੇ, ਮਤਲਬ ਆਪ ਬੜਾ ਕੰਮ ਕਰਦੇ ਹੁੰਦੇ ਇਸ ਤਰ੍ਹਾਂ ਇਹ, ਅਤੇ ਇਸ ਤਰ੍ਹਾਂ ਇਹਨਾਂ ਸ਼ੁਰੂ ਕੀਤਾ। ਕੋਹ ਇਹਨਾਂ ਦੇ ਕਲਾਸ ਫੈਲੋ, ਉਹਨਾਂ ਕੋਲ ਗ੍ਰਾਹੀਆਂ ਨਾਲ ਮਤਲਬ ਇਹਨਾਂ ਗ੍ਰਾਹੀਆਂ ਦਾ ਇੱਕ ਨੈਟਵਰਕ ਬਣਾ ਲਿਆ ਇਲਾਕੇ 'ਚ, ਉੱਥੋਂ ਮੁੜ ਕੇ ਨਾ ਆਪ ਸ਼ੁਰੂ ਕਰ ਲਿਆ। ਮੁੜ ਕੇ ਫਿਰ ਇਹ ਇਹਨਾਂ ਦਾ 74-75 ਜੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡ ਨਾਲ ਮੇਰਾ ਸੰਪਰਕ 'ਚ ਹੋ ਗਏ। ਮੁੜ ਕੇ ਫਿਰ ਇਹ ਸਹੀ ਸਹੀ ਮਕਬੂਲ ਹੁੰਦਿਆਂ ਇਹਨਾਂ ਦਾ ਮੁੜ ਕੇ ਮੇਥੋਂ ਛੋਟੇ ਨੇ 77 'ਚ ਅੰਮ੍ਰਿਤ ਛਕ ਲਿਆ, ਉਹ ਮੁੜ ਕੇ ਇਹਨਾਂ ਨਾਲ ਆਉਣ ਜਾਣ ਲੱਗ ਪਿਆ, ਮੇਥੋਂ ਛੋਟਾ ਕਾਫੀ ਨੇੜੇ ਹੋ ਗਏ, ਪਰਿਵਾਰਕ ਰਿਲੇਸ਼ਨ ਥੋੜ੍ਹੇ ਜਿਹੇ ਚੱਲ ਪਏ ਸਾਡੇ। ਅਤੇ ਮੁੜ ਕੇ ਜਦੋਂ ਉੱਧਰੋਂ ਕੀ ਹੋਇਆ ਵੀ 78 'ਚ ਨਿਰੰਕਾਰ ਕਾਂਡ ਵਾਪਰ ਗਿਆ, ਨਿਰੰਕਾਰ ਕਾਂਡ ਵਾਪਰ ਗਿਆ ਅਤੇ ਉਹਦੇ 'ਚ ਇਹ ਵੀ ਫੱਟੜ ਹੋ ਗਏ, ਇਹਨਾਂ ਦੇ ਗੋਲੀਆਂ ਲੱਗ ਗਈਆਂ ਬਾਂਹ 'ਚ, ਉਹ ਚੋਲੇ ਵੀ ਜੀ ਨਿਕਲੀਆਂ ਸੀ। ਮੁੜ ਕੇ ਫਿਰ ਹੋਰ ਮਤਲਬ ਮਕਬੂਲ ਹੋ ਗਏ, ਮਕਬੂਲ ਹੁੰਦੇ ਗਏ, ਅਤੇ ਮੁੜ ਕੇ ਫਿਰ ਉਸ ਤੋਂ ਬਾਅਦ ਇਹ ਮਤਲਬ ਚੌਂਕ ਮਿਹਤੇ ਸੰਤਾਂ ਦੇ ਸੰਪਰਕ ਜਾਂਦੇ ਆਉਂਦੇ ਰਹਿੰਦੇ ਸੀ,
ਬਹੁਤ ਨੇੜੇ ਸੰਤਾਂ ਦੇ ਜ਼ਿਆਦੇ, ਮੁੜ ਕੇ ਮੇਰੇ ਤੋਂ ਛੋਟਾ ਅਸੀਂ ਮਤਲਬ ਕੰਮ ਕਾਰ 'ਚ ਉਹਨੂੰ ਆਖਣਾ ਤੂੰ ਉੱਥੇ ਰੱਖ ਸੰਪਰਕ ਜਾਣ, ਇਹਨੇ ਫਿਰ ਜਾਣ ਆਉਣ ਪੱਕਾ ਰੱਖ ਸ਼ੁਰੂ ਕਰ ਲਿਆ। ਕਰਦਿਆਂ ਕਰਦਿਆਂ ਮੁੜ ਕੇ ਫਿਰ ਇਸ ਤਰ੍ਹਾਂ ਵੱਧਦਿਆਂ 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 ਇਹ ਮਿੱਤੇ ਜਾਣ ਲੱਗ ਪਏ, ਆਉਣ ਜਾਣ ਲੱਗ ਪਏ। ਮੁੜ ਕੇ ਫਿਰ ਆ ਗਿਆ ਜਦੋਂ ਲਾਲਾ ਜਗਤ ਨਾਰਾਇਣ ਮਾਰਤਾ, ਪਹਿਲਾਂ ਮਾਰਿਆ ਨਰਕਧਾਰੀ ਗੁਰਬਚਨਾ ਅਪ੍ਰੈਲ 80 'ਚ, ਅਤੇ ਅਸੀਂ ਕਣਕ ਵੱਢਦੇ ਹਾਂ ਅਤੇ ਉੱਥੇ ਮੇਰੇ ਤੋਂ ਛੋਟਾ ਜਕਾਰੇ ਛੱਡੇ, ਉੱਥੇ ਵੱਢਦਿਆਂ ਵੱਢਦਿਆਂ ਜੋ ਪਤਾ ਲੱਗਾ ਸਾਨੂੰ ਦੱਸਿਆ ਕਿ ਫਿਰ ਰੇਡੂ ਦੀ ਖਬਰ ਆਈ ਹੈ, ਅਤੇ ਮੇਰਾ ਸਿਰ ਮੁੰਨਿਆ ਸੀ ਉਦੋਂ। ਮੁੜ ਕੇ ਕੀ ਹੋਇਆ ਵੀ ਚਲੋ ਇਹ ਪਹਿਲਾਂ ਕੀ ਹੋਇਆ ਵੀ 77 'ਚ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਐਕਸੀਡੈਂਟ ਹੋ ਗਿਆ ਅਤੇ ਉਹਨਾਂ ਦੀ ਸੱਟ ਲੱਗ ਗਈ, ਬੜਾ ਸੋਗਮਈ ਅਸੀਂ ਬੜਾ ਪਰਿਵਾਰ ਤੌਰ 'ਤੇ ਮਨ 'ਤੇ ਹੋਇਆ। ਇਹ ਗਿਆ ਪਤਾ ਲੈਣ ਅਤੇ ਮੋੜ ਆਇਆ ਵੀ ਉਹਨਾਂ ਦਾ ਮਤਲਬ ਸੱਟ ਲੱਗੀ ਹੈ, ਦਾਖਲਿਆ CMC। ਜਦੋਂ ਸਾਨੂੰ ਤਕਾਲੀ ਪਤਾ ਲੱਗਿਆ ਸੰਤਾਂ ਦੀ ਡੈਥ ਹੋ ਗਈ, ਅਸੀਂ ਬੜੇ ਰੋਏ ਘਰ ਦੇ ਦੋਵੇਂ ਭਰਾ ਗੱਲ ਲੱਗ ਕੇ, ਮੇਰਾ ਸਿਰ ਮੰਨਿਆ ਅਤੇ ਇਹਨੇ ਅੰਮ੍ਰਿਤ ਛਕਿਆ, ਬੜਾ ਅਸੀਂ ਰੋਏ। ਚਲੋ ਵੀ ਬੜੀ ਅੱਜ ਗੱਲ ਖਰਾਬ ਹੋਈ, ਸੰਤਾਂ ਦੀ ਮਤਲਬ ਡੈਥ ਹੋ ਗਈ। ਚਲੋ ਮੁੜ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆ ਗਏ। ਮੁੜ ਕੇ ਫਿਰ ਇੱਕ ਮਤਲਬ 9 ਸਤੰਬਰ 1981 ਨੂੰ ਜਦੋਂ ਲਾਲਾ ਜਗਤ ਨਾਰਾਇਣ ਮਾਰਤਾ, ਅਤੇ ਮੁੜ ਕੇ ਸੰਤਾਂ ਨੂੰ ਜੋ 20 ਸਤੰਬਰ 1981 ਨੂੰ ਗ੍ਰਿਫਤਾਰੀ ਦੇ ਦਿੱਤੀ, ਅਤੇ ਮੁੜ ਕੇ ਉਦੋਂ ਇਹ ਇਹਨਾਂ ਫਿਰ ਬਾਬੇ ਮਾਣੋ ਚਾਲ ਨੇ ਇੱਥੇ ਇਕੱਠੇ ਕਰਕੇ ਸਿੰਘ ਇਹਨਾਂ ਨੂੰ ਕੋਈ ਐਕਸ਼ਨਾਂ ਦੀਆਂ ਪਲੈਨਾਂ ਬਣਾਈਆਂ, ਕੁਛ ਇਹਨਾਂ ਗੁਪਤ ਕੀਤੇ ਵੀ ਮੇਰੇ ਹਿਸਾਬ ਨਾਲ ਕਿ ਬੱਸਾਂ ਲੂਣੀਆਂ ਜਾਂ ਕਰਨਾ, ਪਤਾ ਨਹੀਂ ਇਹਨਾਂ ਕੀ ਪਲੈਨ ਬਣਾਈ ਨੇ ਸ਼ਹਿਰ 84 ਤੋਂ ਪਹਿਲਾਂ ਪਹਿਲਾਂ। ਇਹ ਤਾਂ 20 ਸਤੰਬਰ 1981 ਨੂੰ ਗ੍ਰਿਫਤਾਰੀ ਹੋਈ ਆ, ਅਤੇ ਮੇਰਾ ਖਿਆਲ 25 ਨੂੰ ਇਕੱਠ ਸੱਦਿਆ ਬਾਬੇ ਮਾਣੋ ਚਾਲ ਨੇ ਇੱਥੇ ਲੋਕਾਂ ਦਾ। ਤੁਸੀਂ ਇਕੱਠ 'ਚ ਗਏ? ਨਹੀਂ ਮੈਂ ਨਹੀਂ ਗਿਆ, ਮੇਰੇ ਛੋਟਾ ਛੋਟੇ ਭਰਾ ਦਾ ਨਾਮ ਭਾਈ ਸੁਖਦੇਵ ਸਿੰਘ ਭੱਠਲ, ਜਿਹੜੇ ਸ਼ਹੀਦ ਹੋਏ ਉੱਥੇ, ਅਤੇ ਇਹ ਮੁੜ ਕੇ ਫਿਰ ਉੱਥੇ ਰਹੇ ਆ ਆਪਣਾ। ਇਹ ਫਿਰ ਬਾਬੇ ਮਾਣੋ ਚਾਲ ਇਹਨੂੰ ਪਲੈਣਾ ਪਲੂਣਾ ਬਣਾ ਕੇ ਦੱਸਦੇ ਰਹੇ ਵੀ ਕੀ ਕਰਨਾ ਆਪਾਂ, ਕਿਸ ਤਰ੍ਹਾਂ ਵਿਚਰਨਾ, ਅਤੇ ਮੁੜ ਕੇ ਚਲੋ 28-29 ਦਿਨੀ ਫਿਰ ਇਹਨਾਂ ਪਤਾ ਨਹੀਂ ਕਿਹੜੇ ਕਿਹੜੇ ਐਕਸ਼ਨ ਕੀਤੇ, ਕੀ ਕੀਤਾ ਇਹਨਾਂ ਨੇ, ਅੱਡ ਅੱਡ ਟੁਕੜੀਆਂ ਬਣਾ ਕੇ ਉਹਨਾਂ ਘਰ ਲਿਆ, ਅਤੇ ਮੁੜ ਕੇ ਬਸ ਉਸ ਤੋਂ ਬਾਅਦ ਸੰਤਾਂ ਨੂੰ ਰਿਹਾਅ ਕਰਤਾ। ਜਦੋਂ ਸੰਤ ਰਿਹਾਅ ਹੋ ਗਏ ਅਤੇ ਫਿਰ ਮੁੜ ਕੇ ਉਹ ਮਹਿਤੇ ਆ ਗਏ ਆ, ਅਤੇ ਮੁੜ ਕੇ 19 ਜੁਲਾਈ 1982 ਨੂੰ ਫਿਰ ਜਦੋਂ ਮੋਰਚਾ ਲੱਗਿਆ, 19 ਜੁਲਾਈ 1982 ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਮੋਰਚਾ ਲਾ ਦਿੱਤਾ। ਮੁੜ ਕੇ ਫਿਰ ਜਾਣ ਆਉਣ ਲੱਗ ਪਏ, ਫਿਰ ਜੋ ਜਾਣ ਇਹ ਆਉਂਦਾ ਸੀ ਜਾਂਦਾ ਸੀ ਮੇਰੇ ਤੋਂ ਛੋਟਾ, ਅਤੇ ਬਾਬੇ ਮਾਣੋ ਚਾਲ ਤਾਂ ਜਦ ਤੋਂ ਨਜ਼ਦੀਕੀ ਉਹਨਾਂ ਦੇ ਬਹੁਤੇ ਜ਼ਿਆਦੇ, ਜਿੰਨੇ ਬਾਬਾ ਮਾਣੋ ਚਾਲ ਨਜ਼ਦੀਕੀ ਸੀ ਇਹਨਾਂ ਤਾਂ ਕੋਈ ਹੋ ਨਹੀਂ ਸਕਦਾ ਸੰਤਾਂ ਦਾ, ਜੋ ਮੈਂ ਅੱਖੀਂ ਵੇਖਿਆ। ਇਹ ਤਾਂ ਸੰਤ ਜਰਨੈਲ ਸਿੰਘ ਹੀ ਬਾਬੇ ਮਾਣੋ ਚਾਲ ਨਾਲ ਅੱਡ ਹੋ ਕੇ ਗੱਲ ਕਰਦੇ ਸੀ, ਜਦੋਂ ਵੀ ਕਰਨੀ ਜੇ ਨਾਨਕ ਨਾਥ 'ਤੇ ਬੈਠੇ ਆ ਨਾ ਸੰਗਤ ਬੈਠੀ, ਅੱਡ ਜਾ ਕੇ ਦੂਰ ਜਾ ਕੇ ਗੱਲ ਕਰਨੀ, ਬੜਾ ਬੜਾ ਚਿਰ। ਇਹ ਪਤਾ ਨਹੀਂ ਵੀ ਉਹਨਾਂ ਦੀ ਕੀ ਗੱਲ ਸੀ ਕੀ ਨਹੀਂ, ਜੋ ਮੈਂ ਅੱਖੀਂ ਵੇਖਿਆ। ਜੋ ਤੁਸੀਂ ਹੁਣ ਤੱਕ ਦੱਸ ਚੁੱਕੇ ਹੋ, ਜਿਸ ਨੇ ਇਹ ਗੱਲਾਂ ਪਹਿਲਾਂ ਨਹੀਂ ਸੁਣੀਆਂ, ਸ਼ਾਇਦ ਤੁਹਾਡੀ ਵੀ ਪਹਿਲੀ ਇੰਟਰਵਿਊ ਆ ਬਾਬੇ ਮਾਣੋ ਚਾਲ ਦੇ ਬਾਰੇ ਵਿਸਥਾਰ ਦੇ ਵਿੱਚ। 1984 ਬਾਰੇ ਮੈਂ ਤੁਹਾਡੀਆਂ ਗੱਲਾਂ ਬਾਤਾਂ ਸੁਣੀਆਂ, ਤੁਹਾਡੇ ਭਰਾ ਜੀ ਦੀ ਸ਼ਹਾਦਤ, ਤੁਹਾਡੇ ਪਿਤਾ ਜੀ ਦੀ ਸ਼ਹਾਦਤ, ਫਿਰ ਤੁਹਾਡੀਆਂ ਗੱਲਾਂ ਤੋਂ ਐਂ ਲੱਗਦਾ ਕਿ 1984 ਤੋਂ ਪਹਿਲਾਂ ਹੀ ਬਾਬਾ ਗੁਰਭਜਨ ਸਿੰਘ ਮਾਣੋ ਚਾਲ ਦਾ ਪੂਰੀ ਤਰ੍ਹਾਂ ਨੈਟਵਰਕ ਬਣਿਆ ਹੋਇਆ ਸੀ। ਹਾਂਜੀ, ਨੈਟਵਰਕ ਮੈਂ ਤੁਹਾਨੂੰ ਦੱਸਦਾ ਅੱਗੇ ਚੱਲ ਕੇ, ਨੈਟਵਰਕ ਇਹਨਾਂ ਦਾ ਬਣਿਆ ਸੀ। ਅਤੇ ਇਹਨਾਂ ਕੀ ਕੀਤਾ ਵੀ ਮੁੜ ਕੇ ਕੀ ਹੋਇਆ ਵੀ ਜਦੋਂ ਇਹ ਮੋਰਚਾ ਚੱਲਣ ਡਿਆ ਸੀ ਨਾ, ਅਤੇ ਸੰਤਾਂ ਨੇ ਮੁੜ ਕੇ 19 ਜੁਲਾਈ 1982 ਨੂੰ ਮੋਰਚਾ ਲਾ ਦਿੱਤਾ, ਅਤੇ 25 ਨੂੰ ਖਨੀ ਇਹ ਕਿੰਨੀ ਨੂੰ ਇਕੱਠ ਸੱਦਿਆ ਦਰਬਾਰ ਸਾਹਿਬ, ਇਹਨਾਂ ਤਿਆਰੀਆਂ ਕਰ ਲਈਆਂ। ਬਾਬੇ ਮਾਣੋ ਚਾਲ ਨੇ ਟਰਾਲੀਆਂ ਹੱਤੀਆਂ, ਉਹਨਾਂ 25-30 ਟਰਾਲੀਆਂ 40 ਇੱਥੋਂ ਲਾਗੋਂ ਕੀਤੀਆਂ, ਅਤੇ ਇਹ ਮੇਥੋਂ ਛੋਟਾ ਪਿੰਡੋਂ ਹੋਰ ਬੰਦੇ ਲੈ ਗਿਆ, 5-7 ਚਲੇ ਗਏ ਅਤੇ ਸਵਰਨਾ ਘੋਟਣਾ DSP ਤਰਨ ਤਾਰਨ ਉਦੋਂ ਲੱਗਾ। ਇਹਨੇ ਇਹਨਾਂ ਨੂੰ ਰੋਕ ਲਿਆ, ਪਹਿਲਾਂ ਤਾਂ ਫਾਟਕ 'ਚ ਸ਼ਹੀਦੀ ਫਾਟਕ ਜਿੱਥੇ ਇੱਥੇ ਰੋਕ ਲਿਆ, ਬਾਬਾ ਮਾਣੋ ਚਾਲ ਨਾਲ ਅਗਵਾਈ ਕਰ ਰਿਹਾ ਸੀ, ਰੋਕ ਲਿਆ ਅਤੇ ਮੁੜ ਕੇ ਥੋੜ੍ਹਾ ਜਿਹਾ ਸਾਧਨ ਤੋਂ ਬਾਅਦ ਇਹਨੂੰ ਛੱਡਤਾ ਜਾਣਤਾ ਤਾਂ ਗਾੜੀ ਜਾ ਕੇ ਮਾਲ ਮੰਡੀ ਲਾ ਕੇ ਫਿਰ ਜਾ ਛਾਪਾ ਮਾਰਿਆ, ਅਤੇ ਕੁਝ 50 ਤੇ ਕੁਛ ਬੰਦੇ ਕੋਲ ਫੜ ਕੇ ਲਏ ਅਤੇ ਇਹਨਾਂ ਨੂੰ ਬਾਬੇ ਮਾਣੋ ਚਾਲ ਨੂੰ ਅਰੈਸਟ ਕਰਕੇ ਲੈ ਆਉਂਦਾ ਅਤੇ ਮੁੜ ਕੇ ਕਾਫੀ ਇਹਨਾਂ 200-250 ਸਿੰਘ ਸੀ ਜਿਹੜਾ ਇਹਨਾਂ ਉੱਥੇ ਧਰਨਾ ਮਾਰਤਾ, ਬਾਬੇ ਮਾਣੋ ਚਾਲ ਨੂੰ ਆਉਂਦੇ ਨਹੀਂ ਛੱਡਣਾ ਤੁਸੀਂ ਚਲੇ ਜਾਓ, ਅਤੇ ਮੇਥੋਂ ਛੋਟਾ ਉਹਨਾਂ ਬਹਿਸਿਆ ਅਤੇ ਇਹਦੇ ਚਪੇੜਾਂ ਵੀ ਮਾਰੀਆਂ ਸਵਰਨੇ ਘੋਟਣੇ, ਮੈਨੂੰ ਇਹਨੇ ਜੋ ਦੱਸੀ ਮੇਰੇ ਤੋਂ ਛੁੱਟ ਨੇ ਮੇਰੇ ਚਪੇੜਾਂ ਮਾਰਤੀਆਂ, ਪਰ ਅਸੀਂ ਆਕੜ ਦੇ ਪੂਰੇ ਰਹਿ ਗਾੜੀ ਕਿ ਅਸੀਂ ਬਾਬੇ ਉਹਨਾਂ ਲੈ ਕੇ ਜਾਣਾ, ਖੀਰੀ ਇਹ ਬੈਠੇ ਨਹੀਂ ਤਾਂ ਲੈ ਕੇ ਆਏ ਬਾਬੇ ਮਾਣੋ ਚਾਲ ਨੂੰ, ਛੱਡਣਾ ਪਿਆ ਉਹਨੂੰ, ਅਤੇ ਉੱਥੇ ਨਹੀਂ ਜਾਣ ਤਾਂ ਅੰਮ੍ਰਿਤਸਰ, ਉਦੋਂ ਰੋਕਦੇ ਸੀ ਨਾ ਵੀ ਨਹੀਂ ਜਾਣਾ ਉੱਥੇ, ਅਤੇ ਇਹ ਮੁੜ ਕੇ ਫਿਰ ਇਸ ਤਰ੍ਹਾਂ ਚੱਲਦੀ ਰਹੀ ਗੱਲ, ਚੱਲਦੀ ਰਹੀ, ਮੁੜ ਕੇ ਜਾਂਦੇ ਆਉਂਦੇ ਰਹੇ, ਜਾਂਦਿਆਂ ਮੋਰਚਾ ਚੱਲ ਪਿਆ, ਮੁੜ ਕੇ ਗ੍ਰਿਫਤਾਰੀ ਮੇਰਾ ਬਾਪ ਵੀ ਜਾ ਕੇ ਦਿੰਦਾ ਰਿਹਾ, ਇਹ ਵੀ ਗ੍ਰਿਫਤਾਰੀਆਂ ਦਿੰਦਾ ਰਿਹਾ, ਸੁਖਦੇਵ ਸਿੰਘ 2-3 ਵਾਰਾਂ 4 ਵਾਰਾਂ ਗ੍ਰਿਫਤਾਰੀ ਵੀ ਦੇ ਆਇਆ, ਇਸ ਤਰ੍ਹਾਂ ਇਹ ਕੰਮ ਚੱਲਦਾ ਰਿਹਾ ਅਤੇ ਮੁੜ ਕੇ ਮਾਨਾ ਵਾਲਾ ਕਾਂਡ ਵਾਪਰ ਗਿਆ। ਜੋ ਮਾਨਾ ਵਾਲਾ ਕਾਂਡ ਵਾਪਰ ਗਿਆ
ਅਤੇ ਉਹ ਸਿੰਘ ਅਤੇ ਉਹ ਜਰਨੈਲ ਸਿੰਘ ਬੁੱਤਾਂ ਵਾਲੇ ਕੋਲ ਆ ਗਏ। ਉਹ ਸਿੰਘ ਸਾਡੇ ਨਾਲ ਰਿਹਾ ਜਿਹੜਾ ਗੱਡੀ ਚਲਾ ਲਿਆ ਭੂਰਿਆਂ ਦਾ ਗੁਰਮੁਖ ਸਿੰਘ, ਉੱਥੇ ਜੋਧਪੁਰ ਜੇਲ੍ਹ 'ਚ ਰਿਹਾ। ਅਤੇ ਮਾਨਾ ਵਾਲਾ ਕਾਂਡ ਵਾਪਰ ਗਿਆ ਅਤੇ ਮੇਰਾ ਨਹੀਂ ਇੰਨਾ ਪਰਿਵਾਰਕ ਰਿਲੇਸ਼ਨ ਅਜੇ ਬਾਬੇ ਹੋਣਾ ਨਾਲ, ਮੇਥੋਂ ਛੋਟੇ ਦਾ ਹੀ ਸੀ। ਹਾਂ, ਗ੍ਰਾਹੀ ਨੂੰ ਬਾਬੇ ਨਹੀਂ ਆਉਂਦੇ ਹੁੰਦੇ ਸੀ। ਅਤੇ ਚਲੋ ਉਹ ਕੀਤਾ ਵੀ ਮੈਨੂੰ ਨਾ ਇੱਕਦਮ ਨਰਵੈਲ ਸਿੰਘ ਨੇ ਸੁਨਾਹ ਘੱਲਿਆ, ਛੋਟਾ ਭਰਾ ਸਿੰਘ ਦਾ ਜਿਹੜੇ ਛੋਟੇ ਭਰਾ ਸ਼ਹੀਦ ਹੋਇਆ, ਵੀ ਉੱਥੇ ਆਵੀਂ। ਹੁਣ ਇੱਦਾਂ ਮੈਂ ਵੀ ਨਰਵੈਲ ਸਿੰਘ ਦਾ ਜਾਣੂ ਨਹੀਂ। ਮੈਂ ਗਿਆ ਸ਼ਾਮ ਨੂੰ ਅਤੇ ਉਦੋਂ ਕਮਰੇ ਸੀ ਦੋ, ਮਤਲਬ ਪਾਏ ਇੱਥੇ ਬਾਬੇ ਧੰਨਾ। ਮੈਂ ਗਿਆ ਅਤੇ ਇਹਨਾਂ ਕੀ ਕੀਤਾ ਵੀ ਮੈਂ ਗਿਆ ਉੱਥੇ ਅਤੇ ਮੈਨੂੰ ਕਹਿੰਦੇ ਵੀ ਗੱਲ ਸੁਣ, ਮੈਂ ਕੀ ਆ? ਅਤੇ ਮੈਨੂੰ ਪਤਾ ਕਹਿੰਦੇ ਵੀ ਉਹ ਬਾਬੇ ਹੋਣਾ ਨੂੰ ਸੱਦ ਲਿਆ ਸੀ ਉੱਥੇ ਉੱਦਣ ਹੀ। ਮੈਂ ਉੱਦਣ ਵੇਖਿਆ ਅਤੇ ਕਮਰੇ 'ਚ ਫੋਨ ਲੱਗਾ, ਉਹ ਟੰਗਿਆ ਰਿਸੀਵਰ ਜਿਹਾ ਤਾਂ, ਅਤੇ ਮੈਨੂੰ ਛੋਟੇ ਦੱਸਿਆ ਵੀ ਇਹਨਾਂ ਦਾ ਸੰਤਾਂ ਨਾਲ 24 ਘੰਟੇ ਸੰਪਰਕ ਰਹਿੰਦਾ ਵਾ। ਮੈਂ ਜੋ ਸੀ ਵੇਖਿਆ, ਮੈਂ ਮੈਨੂੰ ਨਰੈਲ ਸਿੰਘ ਦਾ ਸਮਾਨ ਆ ਥੋੜ੍ਹਾ ਜਿਹਾ ਲੈ ਜਾ। ਇੱਕ ਮੈਨੂੰ ਇਹਨਾਂ ਉੱਥੇ ਵੈਪਨ ਸੀ ਬਾਬੇ ਹੋਣਾ ਦੇ ਦੋ, ਉਹ ਫੜਾ ਤੇ ਵੀ ਇਹਨੂੰ ਸਾਂਭ ਲਾ ਖੜ ਕੇ। ਅਤੇ ਉਹ ਮੈਂ ਕਿਹਾ ਚਲੋ ਮੈਂ ਲੈ ਆ, ਅਤੇ ਉਹ ਮੈਂ ਰੱਖ ਛੱਡੇ ਮੁੜ ਕੇ, ਉਹ ਲੈ ਗਏ ਬਾਅਦ ਵਿੱਚ। ਅਤੇ ਮੁੜ ਕੇ ਇਹ ਨਹੀਂ ਆਏ ਉੱਥੇ ਬਾਬੇ ਨਹੀਂ, ਅਤੇ ਮੁੜ ਕੇ ਉਹ ਤੋਂ ਬਾਅਦ ਇਹ ਉਹ ਵੈਪਨ ਦੇਸੀ ਕੱਟਾ ਸੀ ਅਤੇ ਇੱਕ ਰਿਵਾਲਵਰ ਸੀ ਇਹਨਾਂ ਦਾ, ਮੇਰਾ ਖਲਖਣੀ ਇਹੋ ਜਿਹਾ ਸੀ ਸਮਾਨ। ਅਤੇ ਇਹਨਾਂ ਨੂੰ ਹੀ ਵੀ ਇੱਥੇ ਛਾਪਾ ਪੈ ਜਾਣਾ, ਇਹਨਾਂ ਨੂੰ ਇਹ ਵੀ ਇੱਥੇ ਛਾਪਾ ਪੈ ਜਾਣਾ। ਮੁੜ ਕੇ ਉਹ ਬਾਅਦ ਵਿੱਚ ਆ ਕੇ ਬਾਅਦ 'ਚ ਉਹਨਾਂ ਖੜ੍ਹੇ ਆ ਬਾਬੇ ਹੋਣਾ, ਅਤੇ ਉਹ ਬਾਬੇ ਨਹੀਂ ਮੁੜ ਕੇ ਜਾ ਕੇ ਬੁੱਤਾਂ ਤੋਂ ਜਰਨੈਲ ਸਿੰਘ ਦੇ ਘਰੋਂ ਸਾਰੇ ਫੱਟੜ ਸਿੰਘਾਂ ਨੂੰ ਭਾਈ ਹਰਚਰਨ ਸਿੰਘ ਮਾਲੋਂ ਦੀ ਗੱਡੀ ਵਿੱਚ ਸਿੰਘ ਸਾਹਿਬ ਦੀ ਲੀਕ ਕੇ ਆਏ ਦਰਬਾਰ ਸਾਹਿਬ ਦੇ ਅੰਦਰ। ਇਕੱਲੇ ਗਏ, ਉਹਨਾਂ ਦੀ ਵੈਗਨਰ ਸੀ ਬਹੁਤ ਵੱਡੀ ਸਿੰਘ ਸਾਹਿਬ ਦੀ, ਗਿਆਨੀ ਹਰਚਰਨ ਸਿੰਘ ਮਹਾਲੋਂ ਹੀ ਲੱਖਾ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਆਪਣੇ ਦਮਦਮਾ ਸਾਹਿਬ ਦੇ, ਉਹ ਗੱਡੀ 'ਚ ਜਾ ਕੇ ਸਾਰੇ ਫੱਟੜਾਂ ਨੂੰ ਬਾਬਾ ਮਾਨੂ ਚੱਲ ਇਕੱਲਾ ਲੀਕ ਆਇਆ ਦਰਬਾਰ ਸਾਹਿਬ ਦੇ ਅੰਦਰ, ਉੱਥੋਂ ਜਰਨੈਲ ਸਿੰਘ ਬੁੱਤਾਂ ਵਾਲੇ ਦੇ ਘਰੋਂ ਜੀ। ਇੱਕ ਚਰਚਾ ਹੋਰ ਆਉਂਦਾ ਕਿ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬੰਬੇ ਘੇਰਾ ਪੈਂਦਾ, ਉੱਥੇ ਵੀ ਬਾਬਾ ਮਾਨੂ ਚੱਲ ਦੀ ਭੂਮਿਕਾ ਦੱਸੀ ਜਾਂਦੀ ਹੈ ਸੰਤ ਜਰਨੈਲ ਸਿੰਘ ਜੀ ਨੂੰ ਕੱਢਣ ਵਾਸਤੇ, ਜਾਣਦੇ ਹੋ ਉਸ ਬਾਰੇ ਕੁਛ? ਮੈਂ ਸੁਣੀ ਆ ਵੀ ਉੱਥੇ ਵੱਡੀ ਭੂਮਿਕਾ ਇਹਨਾਂ ਦੀ, ਇਹਨਾਂ ਨੂੰ ਉੱਥੇ ਪਹਿਲਾਂ ਤਾਂ ਇਹ ਸੁਣੀ ਸੀ ਵੀ ਕਥਾ ਕਰਨ ਲੱਗ ਪਏ ਉਹਨਾਂ ਦੇ ਥਾਂ, ਮੁੜ ਕੇ ਇਹ ਸੁਣ ਲਈ ਵੀ ਉਹਨਾਂ ਇੱਥੋਂ ਉਹਨਾਂ ਦੇ ਆਸਣ 'ਤੇ ਲਟਾ ਦਿੱਤਾ ਇਹਨਾਂ ਨੂੰ। ਹਾਂ, ਇਹ ਭੂਮਿਕਾ ਉਹਨਾਂ ਦੀ ਰਹੀ ਆ, ਇਹ ਵੱਡੀ ਭੂਮਿਕਾ ਰਹੀ ਉਹਨਾਂ ਦੀ, ਵੀ ਵਿਸ਼ਵਾਸ ਹੀ ਜ਼ਿਆਦਾ ਸੀ। ਮੈਂ ਤੁਹਾਨੂੰ ਦੱਸਤਾ ਵੀ ਮੈਂ ਜੋ ਵੇਖਿਆ, ਮੈਂ ਤਾਂ ਨਾਨਕ ਜਦੋਂ ਮੇਰੇ ਨਾਲ ਸੰਤ ਅੱਡੋ ਕੇ ਗੱਲ ਕਰਦੇ ਉਹਨਾਂ ਨਾਲ, ਬਸ ਆ ਗੱਲ ਅੱਡੋ ਕੇ ਕਰਨੀ ਉਹਨਾਂ, ਕਦੀ ਜਨਤਕ ਤੋਂ ਨਹੀਂ ਕੀਤੀ ਉਹਨਾਂ, ਪਤਾ ਨਹੀਂ ਵੀ ਉਹ ਜਾਣਦੇ ਸੀ ਉਹ ਜਾਣਦੇ। ਕੀ ਤੁਸੀਂ ਜਾਣਦੇ ਹੋ ਕਿ ਜਦੋਂ ਜੂਨ 1984 ਦਾ ਹਮਲਾ ਚੱਲ ਰਿਹਾ ਸੀ ਅਤੇ ਜੂਝਣ ਵਾਲੇ ਉੱਥੇ ਜੂਝ ਰਹੇ ਸਨ ਦਰਬਾਰ ਸਾਹਿਬ ਭਾਰਤੀ ਫੋਰਸ ਦੇ ਨਾਲ ਜਾਂ ਭਾਰਤੀ ਫੋਰਸਾਂ ਦੇ ਨਾਲ, ਉਸ ਸਮੇਂ ਬਾਬਾ ਮਾਨੂ ਚੱਲ ਕਿੱਥੇ ਸਨ? ਉਸ ਵੇਲੇ ਬਾਬਾ ਮਾਨੂ ਚੱਲ ਸਾਨੂੰ 3 ਨੂੰ ਸਾਡੇ ਕੋਲੋਂ ਆਏ ਆਏ, ਮੇਰਾ 2 ਨੂੰ ਕਿ 3 ਨੂੰ ਉੱਥੋਂ ਸਾਡੇ ਕੋਲੋਂ ਆਏ, ਮੈਂ ਅਸੀਂ ਦਰਬਾਰ ਸਾਹਿਬ ਹੀ ਸਾਂ, ਇਹ ਆ ਗਏ ਆ 2-3 ਜੂਨ 1984। ਹਾਂ, ਉੱਥੋਂ ਹੀ ਆ ਗਏ ਆ। ਅਤੇ ਇਹਨੂੰ ਮੇਥੋਂ ਛੋਟੇ ਨੂੰ ਪੁੱਛਿਆ, ਉਹਦਾ ਉਹਨਾਂ ਬਾਹਰ ਹੀ ਰਹਿਣਾ, ਇਹਨਾਂ ਨੂੰ ਪਤਾ ਸੀ ਕੋਈ ਵੀ ਉਹਨਾਂ ਨੇ ਪਲੈਨ ਆਉਂਦਾ, ਉਹ ਬਾਹਰ ਹੀ ਬਾਹਰ ਆ ਗਿਆ। ਇਹ ਜਿਹੜਾ ਤੁਸੀਂ ਕਹਿੰਦੇ ਹੋ ਤੁਹਾਡੇ ਭਰਾ ਜੀ ਨੇ ਤੁਹਾਨੂੰ ਦੱਸਿਆ, ਹਾਂਜੀ, ਇਹਦੇ ਵਿਚਾਲੇ ਕੋਈ ਸੰਤ ਜਰਨੈਲ ਸਿੰਘ ਜੀ ਦਾ ਬਾਬਾ ਮਾਨੂ ਚੱਲ ਤੱਕ ਹੁਕਮ ਹੋਊਗਾ? ਇਹ ਹਾਂ, ਇਹ ਸਾਡੇ ਪੱਕਾ ਇਹ ਪਤਾ ਵੀ ਉਹਨਾਂ ਨੇ ਕੋਈ 60-65 ਨਾ ਆਏ ਸੀ ਬਾਹਰ, ਕੋਈ ਨਾ ਕੋਈ ਉਹਨਾਂ ਨਾਲ ਇਹਨਾਂ ਦੀ, ਕਿਉਂਕਿ ਜਿਹੜੇ ਮੁੜ ਕੇ ਇਹਨਾਂ ਕੋਲ ਵੈਪਨ ਸੀ ਉਹ ਉੱਥੋਂ ਆਏ, ਜਿਤਨਾ ਕਾਇਰਬਾਨ ਵਗੈਰਾ ਸੀ ਇਹਨਾਂ ਕੋਲ, ਜਿਹੜੀ ਉਹ ਮਾਨੂ ਚੱਲ ਮੁਕਾਬਲਾ ਆਇਆ ਉਹ ਉੱਥੋਂ ਆਈ ਸੀ, ਜਿਹੜਾ ਬੰਬੀ ਦੇ ਮੁਕਾਬਲੇ, ਹਾਂ ਬੰਬੀ ਦੇ ਮੁਕਾਬਲੇ ਉਹ ਹਥਿਆਰ ਇਹਨਾਂ ਉੱਥੋਂ ਲਿਆਂਦੇ ਆ, ਪਹਿਲਾਂ ਦੇ ਬਚੇ ਸੀ, ਹਾਂ 84 ਤੋਂ ਪਹਿਲਾਂ, ਕਿਉਂਕਿ ਜੋ ਮਰਜ਼ੀ ਉੱਥੋਂ ਲੈ ਆਉਂਦੇ ਸੀ ਇਹਨਾਂ ਨਾਲ, ਇਹਨਾਂ ਦੀ ਗੱਲ ਹੀ ਹੋਰ ਸੀਗੀ ਉਹ ਤਾਂ। ਹਾਂ, ਉਹ ਮੇਰੇ ਹਿਸਾਬ ਨਾਲ ਉੱਥੋਂ ਆਏ ਸਾਰੇ ਹਥਿਆਰ, ਇਹ ਪਹਿਲਾਂ ਹੀ ਸੰਤਾਂ ਦੀ ਪਲੈਨਿੰਗ ਨਾਲ ਹੀ ਬਾਹਰ ਆਏ ਸੀ। ਹਾਂ, ਮਤਲਬ ਚੀਜ਼ ਸੀ। ਫਿਰ ਕੁਝ ਸੰਖੇਪ ਸਾਨੂੰ ਵਰਤਾਰਾ ਇਹ ਦੱਸੋ ਕਿ ਤੁਹਾਡੇ ਪਿਤਾ ਜੀ ਤੁਹਾਡੇ ਭਰਾ ਜੀ ਦੀ ਸ਼ਹਾਦਤ ਹੋਈ ਅਤੇ ਤੁਸੀਂ ਤਾਂ ਫਿਰ ਤੁਹਾਡੀ ਗ੍ਰਿਫਤਾਰੀ ਹੋ ਗਈ, ਕੁਝ ਕੁ ਹਾਲ ਦੱਸੋ, ਫਿਰ ਅੱਗੇ ਆਪਾਂ ਬਾਬਾ ਮਾਨੂ ਚੱਲ ਦੀ ਗੱਲ ਕਰਾਂਗੇ। ਉਹ ਤਾਂ ਤਕਰੀਬਨ ਅੱਗੇ ਮੈਂ ਇੰਟਰਵਿਊਆਂ 'ਚ ਦੱਸਿਆ ਹੀ ਆ, ਫਿਰ ਦੱਸ ਦਿੰਦੇ ਹਾਂ ਵੀ ਅਸੀਂ ਸਾਨੂੰ ਪੁਲਿਸ ਲੱਗਦੀ ਪੈਣ ਇੱਥੇ ਘਰ, ਮੇਥੋਂ ਛੋਟਾ ਪੀ ਓ ਕਰਾਰ ਦੇ ਦਿੱਤਾ ਅਤੇ ਪੁਲਿਸ ਲੱਗਦੀ ਪੈਣ 'ਤੇ ਸਿਰਫ ਸਾਨੂੰ ਅੱਗੇ ਪਿੱਛੇ ਪਰਿਵਾਰ ਨੂੰ ਪਰੇਸ਼ਾਨੀ ਹੋਈ ਸਾਨੂੰ ਬੜੀ, ਪੁਲਿਸ ਟਿਕਣ ਨਾ ਦੇਵੇ, ਅਸੀਂ ਫਿਰ ਵਿਦ ਫੈਮਿਲੀ ਉੱਥੇ ਚਲੇ ਗਏ ਦਰਬਾਰ ਸਾਹਿਬ ਰਹਿਣ ਲੱਗ ਪਏ, 132 ਨੰਬਰ ਕਮਰਾ ਲੈ ਕੇ ਸਰਾਂ ਦੇ ਵਿੱਚ ਦੂਸਰੀ ਮੰਜ਼ਿਲ 'ਤੇ ਉੱਥੇ ਰਹਿਣ ਲੱਗ ਪਏ। ਅਤੇ ਮੁੜ ਕੇ ਜਦੋਂ ਇਹ ਆਏ ਛੋਟੀ ਜਿੱਦਣ ਕਤਲ ਹੋਇਆ, ਮੈਂ ਖੁਦ ਚੁੱਕ ਕੇ ਗੱਡੀ 'ਚ ਪਾਇਆ ਸੀ ਨਾਲ,
ਅਤੇ ਉੱਥੇ ਸਾਂ ਅਸੀਂ ਉੱਦਣ ਅਤੇ ਮੁੜ ਜੇਕਰ ਕਰ ਹੀ ਦਿੱਤਾ 14 April 1984 ਨੂੰ ਭਾਈ ਸੁਰਿੰਦਰ ਸਿੰਘ ਸੋਢੀ ਦਾ ਕਤਲ ਕੀਤਾ ਗਿਆ। ਹਾਂਜੀ ਹਾਂਜੀ ਹਾਂਜੀ। ਕੀ ਵਾਪਰਿਆ ਉਸ ਦਿਨ? ਉਹ ਵਾਪਰਿਆ ਵੀ ਉਹ ਸੁਰਿੰਦਰ ਸਿੰਘ ਛਿੰਦਾ ਕਿ ਜਲੰਧਰ ਦਾ ਸੀ, ਉੱਥੇ ਰਹਿੰਦਾ। ਉੱਥੇ ਮੁੜ ਕੇ ਸੁਣਿਆ ਵੀ ਇਹ ਬਦਮਾਸ਼ ਸੀ ਪੁਰਾਣਾ, ਇਹਨਾਂ ਪੁਰਾਤਨ ਸਮੇਂ 'ਚ ਕੋਈ 97 ਦੇ ਦਹਾਕੇ ਦੇ ਵਿੱਚ ਇਹਨਾਂ ਕਤਲ ਕੀਤੇ ਸੀ ਜਲੰਧਰ ਕਚਹਿਰੀ 'ਚ, ਸਾਰੀਆਂ ਸੂਰੀਆਂ ਹਥਿਆਰ ਪਾ ਕੇ ਖੜ੍ਹੇ ਸੀ। ਅਤੇ ਸਾਨੂੰ ਨਹੀਂ ਪਤਾ ਵੀ ਇਹ ਉਹ ਸੁਰਿੰਦਰ ਛਿੰਦਾ ਨਾਂ, ਉਹ ਇਹ ਸੁਣਿਆ ਸੀ ਵੀ ਹੌਲੇ ਹੌਲੇ ਵੀ ਕਤਲ ਹੋਏ ਇਸ ਤਰ੍ਹਾਂ, ਪਰ ਇਹ ਨਹੀਂ ਪਤਾ ਵੀ ਉਹ ਇਹ ਇੱਕ ਲਟਕੀ ਲਈ ਕਿਹਾ। ਮੁੜ ਕੇ ਉਹ ਬਲਜੀਤ ਕੌਰ ਜਿਹੜੀ ਮੁੜ ਕੇ ਸਾਬਤ ਹੋਈ, ਇਹ ਪਿਛਲੇ ਸਾਥੋਂ ਬੈਕ ਸਾਈਡ 'ਚ ਕਮਰੇ 'ਚ ਰਹਿੰਦਾ ਸੀ ਅਤੇ ਸੋਢੀ ਕੋਲ ਆਉਂਦਾ ਜਾਂਦਾ ਸੀ। ਇਹ ਤਾਂ ਉੱਥੇ ਇੱਕ ਤੁਰਕ ਸੈਨਾ ਰਹਿੰਦੀ, ਇੱਕ ਕੋਲੇ ਹੋਣੀ ਕੁਲਦੀਪ ਕੋਲਾ ਸੀ ਅਤੇ ਇਹ ਹੈਗੇ ਸੀ ਉੱਥੇ ਰਹਿੰਦੇ ਹੁੰਦੇ ਹੁਣ, ਉਹ ਤੁਰਕ ਸੈਨਾ ਦੇ ਸੀ ਅਤੇ ਉਹਨਾਂ ਕੋਲ ਵੀ ਜਾਣ ਆਉਣ ਸੀ ਇਹਦਾ, ਅਤੇ ਜਨਰਲ ਲਾਭਸੋਂ ਕੋਲ ਵੀ ਇਹਨਾਂ ਸਾਰਿਆਂ ਦੇ ਨਹੀਂ ਜਾਣ ਆਉਣ ਸੀਗੇ। ਇਹ ਮੇਰੇ ਹਿਸਾਬ ਨਾਲ ਰਲ ਕੇ ਬਾਹਰ ਐਕਸ਼ਨ ਉਕਸ਼ਨ ਇਕੱਠੇ ਕਰਦੇ ਜੋ ਮੈਂ ਕੱਢਿਆ, ਅਤੇ ਇਹ ਕਿਤੇ ਪੁਰਾਣਾ ਪਤਾ ਨਹੀਂ ਸੋਢੀ ਹੋਣਾ ਦਾ ਪੁਰਾਣਾ ਜਾਣੂ ਸੀ ਕੀ ਸੀ, ਇਹ ਇਕੱਠੇ ਤੁਰੇ ਫਿਰਦੇ ਹੁੰਦੇ ਸੀ ਉੱਥੇ ਜੋ ਮੈਂ ਵੇਖਿਆ। ਅਤੇ ਇਹ ਛਿੰਦਾ ਸਾਥੋਂ ਬੈਕ ਸਾਈਡ ਰਹਿੰਦਾ, ਸਾਡੇ ਕਮਰੇ 'ਚ ਵੀ ਆਉਣ ਲੱਗ ਪਿਆ ਵੀ ਸੋਢੀ ਹੋਣਾ ਦਾ ਕਰਕੇ, ਚਲੋ ਮੇਥੋਂ ਛੋਟੇ ਦਾ ਕਰਕੇ ਵੀ ਆਉਣ ਲੱਗ ਪਿਆ। ਉੱਦਣ ਜਿਸ ਦਿਨ ਇਹ ਘਟਨਾ ਵਾਪਰੀ 14 April ਨੂੰ, ਇਹ ਜਦੋਂ ਉਹਨਾਂ ਦਾ ਮਰਡਰ ਹੋਇਆ, ਅਤੇ ਅਸੀਂ ਮੇਰਾ ਚਾਚਾ ਸੀ ਉੱਥੇ ਅਤੇ ਮੈਂ ਸਾ, ਅਤੇ ਅਸੀਂ ਆਖਿਆ ਸ਼ਰਦਾਈ ਰਗੜੀਏ, ਤਾਂ ਅਸੀਂ ਉਤਲੀ ਮੰਜ਼ਿਲ ਤੋਂ ਉੱਤਰ ਕੇ ਅਤੇ ਜਾ ਕੇ ਚਲ ਗਏ ਰਸਤ ਲੈਣ ਕਹਿੰਦੇ। ਜਦੋਂ ਗੇਟ ਲੈਣ ਨਿਕਲੇ ਹਾਂ ਅਤੇ ਗੇਟ ਦੇ ਨਾਲ ਹੀ ਸੋਢੀ ਫੋਨ ਕਰਨ ਡਿਆ, ਅਤੇ ਅਸੀਂ ਆਖਿਆ ਵੀ ਰਗੜਾ ਲੱਗੇ ਲਾਉਣ, ਫੋਨ ਲਗਾ ਅਤੇ ਅਸੀਂ ਕਿਹਾ ਆ ਜਾਓ ਤੁਸੀਂ ਛਕਾਂਗੇ, ਕਹਿੰਦੇ ਚਲੋ ਲਓ ਮੈਂ ਆਉਣਾ। ਅਸੀਂ ਰਸਤ ਲਈ ਕੇ ਆ ਗਏ ਅਤੇ ਫਿਰ ਆਉਣ ਲੱਗੇ, ਆ ਖਾਏ ਹਾਂ ਵੀ ਅਸੀਂ ਰਗੜਾ ਲੱਗੋ ਆਉਣ 'ਤੇ ਆਇਓ, ਕਹਿੰਦੇ ਚਲੋ ਆਉਣੇ ਹਾਂ। ਅਤੇ ਜਦੋਂ ਅਸੀਂ ਰਸਤ ਲਈ ਕੇ ਪੌੜੀਆਂ ਚੜ੍ਹੇ ਹਾਂ ਤਾਂ ਦੂਸਰੀ ਮੰਜ਼ਿਲ 'ਤੇ ਛਿੰਦਾ ਉੱਤੋਂ ਉਤਰਨੇ ਚਾਬੀ ਘੁਮਾਉਣ ਡਿਆ, ਚਾਬੀ ਘੁਮਾਉਣ ਡਿਆ ਤਾਂ ਮੇਰਾ ਚਾਚਾ ਦਾ ਪਤਾ ਨਹੀਂ ਕਿਉਂ ਚਾਬੀ ਜੀ ਘੁਮਾਈ ਜਾਂਦਾ, ਮੈਂ ਸਹਿਮਨ ਗਿਆ ਵਾ। ਉਹ ਉਦੋਂ ਉਹਦਾ ਕੋਈ ਕੋਟ ਵਰਲਡ ਸੀ, ਉਹ ਪੌੜੀ ਉਤਰੀ ਜਾਂਦਾ ਅਸੀਂ ਕੋਲ ਦੀ ਲੰਘੇ ਜਾਂਦੇ ਤਾਂ ਐਵੇਂ ਚਾਬੀ ਘੁਮਾਉਣ ਡਿਆ। ਮੁੜ ਕੇ ਅਸੀਂ ਉੱਤਰ ਕੇ ਅਜੇ ਜਾ ਕੇ ਰਗੜਾ ਲਾ ਕੇ ਅਸੀਂ ਡੈ ਜਾਂ ਅਤੇ ਦਾਦਲਿਆ ਜਿਹਾ ਅਸੀਂ ਕੀਤਾ ਅਤੇ ਰੌਲਾ ਪੈ ਗਿਆ, ਭੱਜ ਗਏ, ਗੋਲੀ ਚੱਲ ਗਈ। ਉਹਨਾਂ 'ਚ ਭੱਜਿਆ ਸੋਢੀ ਦੇ ਗੋਲੀਆਂ ਮਾਰਤੀਆਂ, ਅਸੀਂ ਭੱਜ ਗਏ ਰਗੜਾ ਛੱਡ ਕੇ ਅਤੇ ਉਦੋਂ ਚੁੱਕ ਕੇ ਸਿਰਾਂ ਦੇ ਬੂਹੇ ਗੜੀ ਲੈ ਆਏ ਬੰਦੇ, ਕੇਸ ਖੁੱਲ੍ਹੇ, ਕੇਸ ਮੈਂ ਬੰਦੇ ਖੁਦ ਸੋਢੀ ਦੇ ਹੋਲੇ ਕੇਸ ਬੰਨ੍ਹ ਕੇ, ਅਤੇ ਮੁੜ ਕੇ ਉੱਥੇ ਸ਼ਰਧਾਲੂ ਗਏ ਉਹਨਾਂ ਦੀ ਗੱਡੀ 'ਚ ਪਾ ਕੇ ਘੱਲੇ ਆ, ਅਸੀਂ ਨਾਲ ਨਹੀਂ ਗਏ, ਹੋਰ ਸਿੰਘ ਚੱਲ ਗਏ ਆ, ਅਤੇ ਮੁੜ ਕੇ ਛੇਤੀ ਪਤਾ ਲੱਗਿਆ ਵੀ ਡੈਥ ਹੋ ਗਈ ਆ, ਮਤਲਬ ਗੋਲੀਆਂ ਮੂੰਹ 'ਤੇ ਵੱਜੀਆਂ ਸੀ ਵਾਹਵਾ, ਅਤੇ ਕੇਸ ਖੁੱਲ੍ਹ, ਕੇਸ ਖੁਦ ਮੈਂ ਬੱਧੇ, ਉਹ ਅਸੀਂ ਗੱਡੀ 'ਚ ਉਹਨਾਂ ਨੂੰ ਲੱਤਾ, ਮੁੜ ਕੇ ਛੇਤੀ ਬਾਅਦ ਮਤਲਬ ਹੋ ਗਿਆ ਵੀ ਉਹਨਾਂ ਦੀ ਡੈਥ ਹੋ ਗਈ ਆ। ਇਹ ਉੱਦਣ ਇਹ ਵਾਪਰਿਆ ਅਤੇ ਛਿੰਦਾ ਭੱਜ ਗਿਆ, ਉਦੋਂ ਮੁੜ ਕੇ ਰੌਲਾ ਪੈ ਗਿਆ ਵੀ ਛਿੰਦੇ ਮਾਰਤੀਆਂ ਗੋਲੀਆਂ, ਛਿੰਦੇ ਮਾਰਤੀਆਂ। ਮੁੜ ਕੇ ਉਹੜੇ ਤੁਰਕ ਸੀ ਉਹ ਵੀ ਭੱਜ ਗਏ ਉਸੇ ਵੇਲੇ ਹੀ, ਮੁੜ ਕੇ ਕੀਤਾ ਵੀ ਉਹ ਸ਼ਾਮ ਨੂੰ ਹੀ ਮੁੜ ਕੇ ਆ ਕੇ ਸਿੰਘਾਂ ਨੇ ਤਲਾਸ਼ੀਆਂ ਲਈਆਂ ਉਹਨਾਂ ਕਮਰਿਆਂ ਦੀਆਂ ਅਤੇ ਉਹ ਨਹੀਂ ਲੱਭੇ, ਭੱਜ ਗਏ ਉਦੋਂ ਸਾਰੇ ਨਿਕਲ ਗਏ ਉੱਥੋਂ। ਇਹ ਜੋਗਿੰਦਰ ਸੋਹਣੀ ਰੋਡਿਆਂ ਵਾਲੇ, ਕਾਬਲ ਸੋਹਣੀ ਸਾਰੇ ਆਪ ਆਏ, ਇਹਨਾਂ ਤਲਾਸ਼ੀਆਂ ਲਈਆਂ ਕਮਰਿਆਂ ਦੀਆਂ, ਉਹ ਨਹੀਂ ਲੱਭੇ, ਮੁੜ ਕੇ ਉਦੋਂ ਭੱਜ ਗਏ ਉਹ। ਅਤੇ ਮੁੜ ਕੇ ਰੌਲਾ ਪੈ ਗਿਆ ਵੀ ਛਿੰਦੇ ਨਾਲ ਗੋਲੀਆਂ ਮਾਰਤੀਆਂ, ਛਿੰਦੇ ਨਾਲ ਮਾਰਤੀਆਂ, ਮਤਲਬ ਆਹ ਚੀਜ਼ ਹੋਈ। ਤੁਸੀਂ ਪਹਿਲਾਂ ਵੀ ਛਿੰਦੇ ਨੂੰ ਵੇਖਦੇ ਮਿਲਦੇ ਰਹਿੰਦੇ ਹੋ? ਹਾਂਜੀ। ਤੁਹਾਨੂੰ ਲੱਗਦਾ ਸੀ ਕਿ ਐਡਾ ਵੱਡਾ ਦਗਾ ਕਰ ਜਾਊ? ਇਹ ਤਾਂ ਹੁਣ ਉਹਦੇ ਢਿੱਡ ਦਾ ਨਹੀਂ ਪਤਾ, ਦਾੜੀ ਬੰਨ੍ਹ ਕੇ ਰੱਖਦਾ, ਮੁੱਛਾਂ ਕੁੰਡੀਆਂ ਰੱਖਦਾ ਹੈ, ਅਤੇ ਕਰਡ ਬੜੀ ਦਾੜੀ ਸੀ, ਮਤਲਬ ਧੌਲੇ ਵਿੱਚ ਕਾਫੀ ਧੌਲੇ ਸੀ, ਅਤੇ ਉਦੋਂ ਤਾਂ ਨਹੀਂ ਜਾਪਦਾ ਵੀ ਇਤਨਾ, ਮੈਂ ਤਾਂ ਬੜਾ ਮਤਲਬ ਸਰਦਾਰੀ ਟਾਈਪ ਦਾ ਰਹਿਣੀ ਸਹਿਣੀ ਸੀ ਉਹਦੀ, ਅਤੇ ਪਰ ਹਾਂ ਨਹੀਂ ਪਤਾ ਵੀ ਸਾਨੂੰ ਤਾਂ ਇਹ ਨਹੀਂ ਪਤਾ ਕੀ ਖਿਚੜੀ ਪੱਕ ਰਹੀ, ਇਹਦਾ ਸਾਨੂੰ ਕੀ ਗਿਆਨ ਸੀ ਵੀ ਇਹਨਾਂ ਨੂੰ ਅਸੀਂ ਉਹ ਤਰ੍ਹਾਂ ਮਿਲਦਾ ਦਾ ਲਾਭ ਸੁਣਾਉਣਾ ਤੁਰਿਆ ਫਿਰਦਾ ਦਾ ਜੀ ਸੋਢੀ ਹੋਣਾ ਨਾ, ਅਤੇ ਉਹਨਾਂ ਤੁਰਕਾਂ ਕੋਲ ਵੀ ਜਾਂਦਾ, ਉਹ ਤੁਰਕ ਇਹਨਾਂ ਨਾਲ ਵੀ ਆਉਂਦੇ ਜਾਂਦੇ ਸੀ, ਇਹ ਉਦੋਂ ਨਹੀਂ ਪਤਾ ਵੀ ਇਹ ਕੀ ਵਾਪਰਿਆ ਅਤੇ ਕੀ ਹੋਇਆ, ਇਹ ਨਹੀਂ ਪਤਾ ਵੀ ਕੀ ਪੱਕ ਰਿਹਾ। ਸੰਤ ਜਰਨੈਲ ਸਿੰਘ ਹੁਣਾਂ ਨੂੰ ਤੁਸੀਂ ਵੇਖਿਆ, ਉਹਨਾਂ ਦੇ ਚਿਹਰੇ 'ਤੇ ਕੀ ਜਲਾਲ ਸੀ? ਉਹਨਾਂ ਕਿਹਾ ਮੇਰੀ ਸੱਜੀ ਬਾਂਹ ਵੜ ਦਿੱਤੀ ਆ। ਹਾਂਜੀ, ਉਹਨਾਂ ਕਿਹਾ ਉੱਦਣ, ਉਹਨਾਂ ਕਿਹਾ ਮੇਰੀ ਸੱਜੀ ਬਾਂਹ ਵੜਦੀ ਆ ਉਹਨਾਂ ਦੇ। ਚਲੋ ਉਹਦੇ ਕੌਮੀ ਜਰਨੈਲ ਸਨ, ਮਹਾਂ ਜਰਨੈਲ ਸਨ, ਉਹਨਾਂ ਦੇ ਖੁਸ਼ੀ 'ਚ ਵੀ ਗਮੀ ਅਤੇ ਗਮੀ 'ਚ, ਉਹ ਕਦੀ ਇਹੋ ਜਿਹੇ ਨਹੀਂ ਮਹਿਸੂਸ ਕਰਨਾ। ਠੀਕ, ਉਹਨਾਂ ਨੂੰ ਝਟਕਾ ਤਾਂ ਬਹੁਤ ਵੱਡਾ ਵੱਜਾ ਹੈ, ਬਹੁਤ ਹੀ ਜ਼ਿਆਦਾ ਵੱਡਾ, ਉਹਨਾਂ ਖੁਦ ਹੀ ਬਿਆਨਤਾ, ਪਰ ਉਹ ਇੱਕ ਕੌਮੀ ਜਰਨੈਲ ਸਨ, ਉਹ ਤਾਂ ਬਾਬਾ ਏ ਕੌਮ ਸਨ ਉਹਨਾਂ ਨੂੰ, ਅਤੇ ਉਹ ਉਹਨਾਂ ਦੇ ਹੌਂਸਲੇ ਨਹੀਂ ਕੋਈ ਪਸਤ ਕਰ ਸਕਦਾ। ਜੇ ਕੋਈ ਆਖੇ ਕਿ ਉਹਨਾਂ ਦੇ ਹੌਂਸਲੇ ਪਸਤ ਹੋ ਗਏ, ਉਹਨਾਂ ਦੇ ਹੌਂਸਲੇ ਨਹੀਂ ਪਸਤ ਹੁੰਦੇ, ਝਟਕਾ ਤਾਂ ਉਹਨਾਂ ਨੂੰ ਬਹੁਤ ਵੱਡਾ ਵੱਜਾ ਸੀ। ਅਤੇ ਜਿਹੜੀ ਸ਼ਖਸੀਅਤ ਇਹ ਕਹਿੰਦੀ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਕਹਿੰਦਾ, ਉਹਨੂੰ ਕੀ ਝਟਕਾ ਦੇ ਸਕਦਾ ਕੋਈ? ਭਾਵੇਂ ਕਿ ਉਸ ਵੇਲੇ ਸਿੰਘਾਂ ਦੇ ਅਤੇ ਉੱਦਣ ਮਤਲਬ ਸੱਥਰੀ ਲੈ ਗਏ, ਗਿਣੋ ਇੱਕ ਰੀਤ ਮਾਤਮੀ ਛਾ ਗਿਆ, ਸਿੰਘਾਂ ਦੇ ਬਹੁਤ ਹੌਂਸਲੇ ਟੁੱਟੇ ਸੀ ਵੀ ਇਹ ਕੀ ਵਾਪਰ ਗਿਆ ਸਾਡੇ ਨਾਲ, ਪਰ ਸੰਤ ਤਾਂ ਫਿਰ ਤੁਹਾਨੂੰ ਮਰਦੇ ਮਜ਼ਾਦ ਸਨ ਉਹਨਾਂ 'ਚ, ਫਿਰ ਉਹ ਹੌਂਸਲੇ ਉਹਦੇ ਜਰਨੈਲ ਸਨ ਕੌਮੀ। ਫਿਰ ਕਹਿੰਦੇ ਆ ਕਿ ਭਾਈ ਸੁਰਿੰਦਰ ਸਿੰਘ ਸੋਢੀ ਦੇ ਕਤਲ ਦਾ ਬਦਲਾ 24 ਘੰਟਿਆਂ ਦੇ ਵਿੱਚ ਲੈ ਲਿਆ ਗਿਆ,
ਉਹ ਜਿਹੜੀ ਵਾਪਰੀ ਘਟਨਾ ਜੀ ਉੱਥੇ ਨਾ ਉਹ ਰਾਤ ਅਸੀਂ ਜਿੱਦਣ ਉਹ ਇਹ ਵਾਪਰਿਆ ਨਾ ਇਹ ਅਤੇ ਇੱਕ ਨਿਹੰਗ ਸਿੰਘ ਸੀ ਉਹਨੂੰ ਮੈਂ ਬੜੀ ਵਾਰਾਂ ਪੁੱਛਿਆ ਤੁਹਾਡਾ ਕਿ ਉਹ ਆਨੰਦਪੁਰ ਸਾਹਿਬ ਹੀ ਦੱਸਦਾ ਰਿਹਾ ਉਹ ਮੈਨੂੰ ਸਾਨੂੰ ਨੇ ਆ ਕੇ ਠਾਇਆ ਕਿ ਆਪਾਂ ਬੋਰਡ ਬੰਨਣਾ ਮੈਂ ਕਿਹਾ ਚਲੋ ਅਸੀਂ ਚਲੇ ਗਏ ਅਤੇ ਉਹ ਬੋਰਡ ਬੰਨਤਾ ਜਦੋਂ ਆਪਾਂ ਗੁਰੂ ਰਾਮਦਾਸ ਜੀ ਸਰਾਂ ਦੇ ਗੇਟ ਨਿਕਲਦੇ ਹਾਂ ਤਾਂ ਗਾੜੀ ਛੱਡ ਕੇ ਆ ਫਿਰ ਗਾੜੀ ਚੜ੍ਹਦੇ ਹਾਂ ਤਾਂ ਸਿੱਧਾ ਲੰਗਰਾਂ ਵਾਲੀ ਗਲੀ ਜਿਹੜੀ ਵੱਡੀ ਸੜਕ ਸੀ ਉੱਥੇ ਇੱਕ ਨਕਸ਼ਾ ਬਣਾ ਕੇ ਰੱਖਿਆ ਹੁੰਦਾ ਸੀ ਗੁਰੂ ਰਾਮਦਾਸ ਦੇ ਲੰਗਰ ਦਾ ਉਹਨੂੰ ਜਾਲੀ 'ਚ ਬੱਧਾ ਉਹ ਜਾਲੀ ਨਾਲ ਬੱਧੀ ਅਸੀਂ ਆਪ ਉਹਦੇ ਉੱਤੇ ਲਿਖਿਆ ਸੀ ਸ਼ਹੀਦ ਭਾਈ ਸੁਰਿੰਦਰ ਸਿੰਘ ਸੁਰਿੰਦਰ ਭਾਈ ਸ਼ਹੀਦ ਭਾਈ ਸੁਰਿੰਦਰ ਸੋਢੀ ਦਾ ਕਾਤਲ ਛਿੰਦਾ 24 ਕਿੰਨੇ ਕਤਲ ਬਾਕੀ ਤਿਆਰ ਰਹਿਣ ਖੁਦ ਅਸੀਂ ਬੰਨ ਕੇ ਨਾਲ ਬਾਕੀ ਤਿਆਰ ਰਹਿਣ ਅੱਛਾ ਇਹ ਖੁਦ ਅਸੀਂ ਬੱਧਾ ਹੱਥੀ ਨਾਲ ਸਾਨੂੰ ਉਹ ਨਿਹੰਗ ਸਿੰਘ ਨੇ ਖੜਾ ਵੀ ਆਪਾਂ ਬੰਨਣਾ ਉਹ ਬੋਰਡ ਲਿਆ ਉਹਦੇ ਉੱਤੇ ਲਿਖਿਆ ਮੈਂ ਪੜ੍ਹਿਆ ਵੀ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਦਾ ਕਾਤਲ ਸੁਰਿੰਦਰ ਸਿੰਘ ਛਿੰਦਾ 24 ਕਿੰਨੇ ਕਤਲ ਬਾਕੀ ਤਿਆਰ ਰਹਿਣ ਉਹ ਖੁਦ ਅਸੀਂ ਨਾਲ ਬਣਾਇਆ ਉਹਦੇ ਅਤੇ ਲੋਕ ਤਾਤਾ ਲੱਗ ਗਿਆ ਵੇਖਣ ਵਾਲਿਆਂ ਦਾ ਵੱਧਾ ਰਾਤ ਸੀ ਸਵੇਰੇ ਤਾਤਾ ਲੱਗ ਗਿਆ ਲੋਕਾਂ ਦਾ ਵੇਖਣ ਵਾਲਿਆਂ ਦਾ ਅਤੇ ਮੁੜ ਕੇ ਸਵੇਰ ਨੂੰ ਕਈ ਭੜਕਾ ਕੇ ਅਤੇ ਕੋਈ ਉਹ ਵਾਲਾ ਅਤੇ ਕੋਈ ਜੂਸ ਵਾਲਾ ਅਤੇ ਕੋਈ ਉਹ ਸਵੇਰ ਨੂੰ ਤਾਂ ਕਈ ਮਾਰ ਕੇ ਸਿੰਘਾਂ ਨੇ ਵੀ ਜਿੱਥੇ ਉਹ ਬਹਿ ਕੇ ਗੁਰਚਰਨ ਸਕੱਤਰ ਨਾਲ ਸੋਈ ਉਹ ਹੋਟਲ ਵਾਲੇ ਕੋਲ ਉਹਨੂੰ ਮਾਰਿਆ ਸਿੰਧੀ ਹੋਟਲ ਨਹੀਂ ਸਿੰਧੀ ਹੋਟਲ ਨਹੀਂ ਇੱਧਰ ਸੀਗਾ ਇੱਕ ਉਹਨੂੰ ਮਾਰਿਆ ਫਿਰ ਭਟ ਗਿਆ ਉਹਨੂੰ ਮਾਰਿਆ ਕਈ ਮਾਰਤੇ ਸਵੇਰ ਤਾਂ ਕਈ ਮਾਰਤੇ ਫਿਰ ਜਿਹੜੀ ਜਿਹਦਾ ਮਾੜਾ ਜਿਹਾ ਪਤਾ ਲੱਗਿਆ ਉਹਨੂੰ ਛੱਡਿਆ ਫਿਰ ਉੱਥੇ ਇਹ ਹੋ ਗਿਆ ਅਤੇ ਦਹਿਸ਼ਤ ਬਹੁਤ ਜ਼ਿਆਦਾ ਸੀ ਲੋਕ ਡਰੇ ਪਏ ਸੀ ਬਹੁਤ ਜ਼ਿਆਦਾ ਬਲਜੀਤ ਕੌਰ ਨਾਲ ਕੀ ਵਾਪਰਿਆ ਉਹ ਮੈਂ ਅੱਖੀਂ ਨਹੀਂ ਵੇਖਿਆ ਜੀ ਕੁਝ ਵੀ ਮੈਂ ਉੱਥੇ ਸੁਣਿਆ ਵੀ ਉਹ ਸੰਤਾਂ ਨੂੰ ਮਾਰਨ ਚਲ ਗਈ ਸੀ ਉਹਨੂੰ ਉੱਥੇ ਪੜ੍ਹਿਆ ਅਤੇ ਰਿਵਾਲਵਰ ਕੋਲ ਸੀ ਉਹਦੇ ਉਹ ਪਿਸਟਲ ਅਤੇ ਮੁੜ ਕੇ ਮੈਂ ਅੱਖੀਂ ਨਹੀਂ ਵੇਖਿਆ ਕੁਝ ਵੀ ਮੁੜ ਕੇ ਸੁਣਿਆ ਵੀ ਉਹਦੀ ਰਿਕਾਰਡਿੰਗ ਕੀਤੀ ਵੀ ਸਾਰੀ ਪਲੈਨ ਬੜੀ ਗੱਡੀ ਬਣਾਈ ਸੰਤਾਂ ਨੂੰ ਮਾਰ ਦੇਣ ਦੀ ਵੀ ਤੂੰ ਆਹ ਅੱਖੀ ਜਿਹੜੀ ਉੱਥੇ ਸੁਣੀਆਂ ਵੀ ਤੂੰ ਆਖੀ ਮੇਰੀ ਇੱਜ਼ਤ ਨੂੰ ਪੈ ਗਿਆ ਸੀ ਤੂੰ ਸੰਤਾਂ ਕੋਲ ਜਾਵੀ ਅਤੇ ਉਹਨਾਂ ਨੂੰ ਗੋਲੀ ਮਾਰ ਦੀ ਜੋ ਸੁਣੀ ਸੁਣਾਈ ਹੈ ਮੈਂ ਇਹੋ ਕੁਝ ਵੇਖਿਆ ਅਤੇ ਹਾਂ ਤੋਤੀ ਨੂੰ ਫੜ ਕੇ ਖੜਿਆ ਮੇਰੇ ਹੁੰਦਿਆਂ ਉਹ ਤੁਰਕਾਂ ਦਾ ਸੀ ਉਹਦੀਆਂ ਬਾਹਾਂ ਬੰਨ੍ਹ ਕੇ ਮੇਰੇ ਹੁੰਦਿਆਂ ਜੋਗਿੰਦਰ ਸੋਹਣਾ ਖੜਿਆ ਉਹਨੂੰ ਮਾਰਤਾ ਸੀ ਅੰਮ੍ਰਿਤਸਰ ਸ਼ਹਿਰ ਦਾ ਸੀ ਉਹ ਨਹੀਂ ਉਹ ਮੇਰੇ ਹਿਸਾਬ ਨਾਲ ਕੱਕੜਾਂ ਦਾ ਸੀ ਅੱਛਾ ਕੱਕੜਾਂ ਦਾ ਸੀ ਅਤੇ ਉਹ ਸੋਢੀ ਨਾਲ ਕੰਮਾਂ ਕਰਾਂ 'ਤੇ ਜਾਂਦਾ ਸੀ ਬਾਹਰ ਭਗੌੜਾ ਸੀ ਘੋਨਾ ਸੀ ਮਧਰਾ ਜਾਂ ਤੋਤੀ ਆਉਂਦੇ ਸੀ ਉਹਦੀਆਂ ਬਾਹਾਂ ਬੰਨ੍ਹ ਕੇ ਜੋਗਿੰਦਰ ਸੋਹਣਾ ਖੜਿਆ ਉਹਨੂੰ ਅਤੇ ਉਹਨੂੰ ਮੁੜ ਕੇ ਆ ਗਿਆ ਸੀ ਵੀ ਉਹਨੂੰ ਮਾਰਤਾ ਉਹਦੀ ਲਾਸ਼ ਦਿੱਤਾ ਸੀ ਮੋਚੀ ਬਾਜ਼ਾਰ 'ਚੋਂ ਮਿਲੀ ਜੋ ਮੈਂ ਸੁਣੀ ਮੁੜ ਕੇ ਅਖਬਾਰ 'ਚ ਪੜ੍ਹੀ ਤੁਹਾਡਾ ਅਤੇ ਮੈਂ ਹਤੋਤੀ ਮਾਰਤਾ ਉੱਤੋਂ ਬੰਨ੍ਹ ਕੇ ਬਾਹਾਂ ਮੇਰੇ ਹੁੰਦਿਆਂ ਜੋਗਿੰਦਰ ਸੋਹਣਾ ਰੋਡੇ ਵਾਲਿਆਂ ਖੜਿਆ ਉੱਥੇ ਜੋ ਮੈਂ ਵੇਖਿਆ ਅਤੇ ਉਹਨੂੰ ਵੀ ਇਸੇ 'ਚ ਪਾਇਆ ਵੀ ਕਾਤਲ ਸੀ ਸੋਢੀ ਦਾ ਅਤੇ ਬਲਜੀਤ ਕੌਰ ਮੈਂ ਨਹੀਂ ਵੇਖੀ ਮੈਂ ਨਹੀਂ ਸੁਣੀ ਮੈਂ ਨਹੀਂ ਪਹਿਲਾਂ ਵੇਖਦੇ ਨੇ ਬਲਜੀਤ ਕੌਰ ਨੂੰ ਮੈਨੂੰ ਇਹ ਵੀ ਨਹੀਂ ਪਤਾ ਕਦੋਂ ਫੜੀ ਕਦੋਂ ਅਸੀਂ ਤਾਂ ਇੱਥੇ ਸਰਾਂ 'ਚ ਹੀ ਮੁੜ ਕੇ ਅਸੀਂ ਗਏ ਹੀ ਨਹੀਂ ਮਤਲਬ ਇੱਥੋਂ ਨਹੀਂ ਗਏ ਅਸੀਂ ਬੜੀ ਦਹਿਸ਼ਤ ਰਹੀ ਉੱਥੇ ਮੁੜ ਕੇ ਵੀ ਸਿੰਘ ਬਹੁਤ ਜ਼ਿਆਦਾ ਦਹਿਸ਼ਤ ਸੀ ਉਦਣ ਤੋਂ ਪੈ ਗਈ ਜਦੋਂ ਸੋਢੀ ਦਾ ਕਤਲ ਹੋ ਗਿਆ ਕੋਈ ਬਾਹਰ ਨਹੀਂ ਨਿਕਲਦਾ ਕਮਰਿਆਂ ਤੋਂ ਡਰਦਾ ਅਤੇ ਸਿੰਘ ਫਿਰਦੇ ਗੰਨਾਂ ਲਈ ਭੱਜੇ ਤਰਲਰ ਕਰਦੇ ਟਕਸਾਲ ਵਾਲੇ ਜਿਹੜੇ ਸੰਤਾਂ ਦੇ ਸਿੰਘ ਸੀ ਅਤੇ ਉਦਣ ਜਿਹੜੇ ਬੱਬਰ ਸੀ ਇਹ ਵੀ ਆਪਣੇ ਕਮਰਿਆਂ 'ਚ ਹੀ ਰਹੇ ਜ਼ਿਆਦਾ ਬਾਹਰ ਘੱਟ ਨਿਕਲਦੇ ਪਰ ਇਹਨਾਂ ਦਾ ਨਾਂ ਤਾਂ ਇਹਨਾਂ ਦੀ ਖੁਸ਼ੀ ਦਾ ਪਤਾ ਲੱਗਾ ਅਤੇ ਨਾ ਇਹਨਾਂ ਦੀ ਗਮੀ ਦਾ ਇਹ ਨਹੀਂ ਪਤਾ ਕੀ ਸੀ ਇਹ 2 ਜਾਂ 3 ਜੂਨ 1984 ਨੂੰ ਤੁਹਾਡੇ ਕਹਿਣ ਮੁਤਾਬਕ ਬਾਬਾ ਗੁਰਬਚਨ ਸਿੰਘ ਮਾਣੋਚਾਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਬਾਹਰ ਆ ਗਏ ਹਾਂਜੀ ਹਾਂਜੀ ਫਿਰ ਤੁਸੀਂ ਤਾਂ ਗ੍ਰਿਫਤਾਰ ਹੋ ਗਏ ਅਸੀਂ ਗ੍ਰਿਫਤਾਰ ਹੋ ਗਏ ਜੀ ਅਤੇ ਸਾਨੂੰ ਮਿਲਟਰੀ ਕੈਂਪ 'ਚ ਲੈ ਗਏ ਚਲੋ ਪਿੱਛੇ ਜੇ ਮੈਂ ਉਹ ਦੂਜੀ ਦੱਸਣ ਲੱਗ ਪਾ ਡਿਟੇਲ ਬੜਾ ਲੰਮਾ ਚੌੜਾ ਕੰਮ ਫਿਰ ਉਹ ਵੱਖਰੀ ਗੱਲ ਮੈਂ ਅਸੀਂ ਮਿਲਟਰੀ ਕੈਂਪ 'ਚ ਚੱਲ ਗਏ ਅਤੇ ਬਾਹਰੋਂ ਫੜ ਫੜ ਲੋਕਾਂ ਨੂੰ ਲਿਆ ਰਹੇ ਸੀ ਨਸ਼ਹਿਰੇ ਤੋਂ ਕੁਝ ਸਿੰਘ ਫੜ ਕੇ ਖੜੇ ਸੀ ਮਿਲਟਰੀ ਕੈਂਪ 'ਚ ਬਾਹਰੋਂ ਫੜ ਫੜ ਲਈ ਆਉਂਦੇ ਸੀ ਨਾ ਅੰਦਰ ਆਏ ਤਾਂ ਫੜੇ ਹੀ ਸਾਂ ਅਸੀਂ ਬਾਹਰੋਂ ਕੁਝ ਫੜ ਕੇ ਖੜੇ ਅਤੇ ਉਹਦੇ ਵਿੱਚ ਨਸ਼ਹਿਰੇ ਦੇ ਸਿੰਘ ਸੀ ਉਹਨਾਂ ਨੂੰ ਮੈਂ ਪੁੱਛਿਆ ਬਾਬਾ ਗੁਰਬਚਨ ਸਿੰਘ ਫੜਿਆ ਗਿਆ ਉਹ ਆਉਂਦੇ ਨਹੀਂ ਉਹਨੂੰ ਫੌਜ ਪਈ ਬੜੀ ਪਰ ਉਹ ਬਚ ਗਿਆ ਫੜਿਆ ਨਹੀਂ ਗਿਆ ਮੈਂ ਕਿਹਾ ਪੱਕਾ ਪਤਾ ਆਉਂਦੇ ਪੱਕਾ ਪਤਾ ਨਹੀਂ ਫੜਿਆ ਗਿਆ ਉਹ ਮੈਂ ਕਿਹਾ ਚਲੋ ਫਿਰ ਠੀਕ ਮੇਰੇ ਆਹ ਇਹ ਮੈਂ 10-11 ਜੂਨ ਨੂੰ ਇਹ ਪੁੱਛਿਆ ਉੱਥੇ 10-11 ਜੂਨ ਹੋਊਗੀ ਇੱਥੇ ਅਤੇ ਉਹਨਾਂ ਆਖਿਆ ਨਹੀਂ ਉਹ ਨਹੀਂ ਖੜਿਆ ਗਿਆ ਤੁਸੀਂ ਬਾਬਾ ਮਾਣੋਚਾਲ ਦੀ ਖਬਰ ਰੱਖ ਰਹੇ ਸੀ ਉਹ ਕਿੱਥੇ ਹੋਣਗੇ ਹਾਂ ਬਸ ਆਹ ਮਹੀਨਾ ਪੁੱਛਿਆ ਕਿਉਂਕਿ ਤੁਹਾਡਾ ਪ੍ਰੇਮ ਸੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਫਿਰ ਇਸ ਤੋਂ ਬਾਅਦ ਕਿਵੇਂ ਤੁਹਾਡਾ ਸੰਪਰਕ ਉਹਨਾਂ ਨਾਲ ਬਣਦਾ ਕਿ 1999 'ਚ ਜਦੋਂ ਤੁਸੀਂ ਛੁੱਟ ਕੇ ਆਏ ਹੋ ਫਿਰ ਬਾਬਾ ਜੀ ਨਾਲ ਨੇੜਤਾ ਦੋਹਰੇ ਤੁਰੀ ਆ ਜਾਂ ਕਿਵੇਂ ਸੰਪਰਕ ਬਣਿਆ ਦੋਹਰੇ ਕਦੋਂ ਦਰਸ਼ਨ ਕਰਦੇ ਹੋ ਇਹ ਗੱਲ ਦੱਸੋ ਉਹ ਨਾ ਇਸ ਤਰ੍ਹਾਂ ਆਈ ਵੀ ਹੁਣ ਮੇਰੇ ਫਾਦਰ ਸਾਹਿਬ ਤੋਂ ਛੋਟਾ ਸ਼ਹੀਦ ਹੋ ਗਿਆ ਇੱਥੋਂ ਮੈਂ ਫੜਿਆ ਗਿਆ ਅਤੇ ਇੱਕ ਮੈਥੋਂ ਦੋ ਮੇਰੀਆਂ ਭੈਣਾਂ ਸੀ ਛੋਟੀਆਂ ਇੱਕ ਛੋਟਾ ਭਰਾ ਸੀ ਕੁੱਛੜ ਸੀ ਉਦੋਂ ਛੋਟੇ ਛੋਟੇ ਸੀ ਅਤੇ ਇਹ ਮੁੜ ਕੇ ਕੀ ਹੋਇਆ ਵੀ ਬਾਬੇ ਮਾਣੋਚਾਲ ਹੋਣੀ ਕਿਤੇ ਘਰ ਆਏ ਬਾਅਦ ਵਿੱਚ ਮਾਤਾ ਕੋਲ
ਉਦੋਂ ਬਾਬਾ ਮਾਣੋ ਝਾਲ ਨਹੀਂ ਬਣੇ, ਗੁਰਬਚਨ ਸਿੰਘ ਸੀ ਬਾਬਾ ਗੁਰਬਚਨ ਸਿੰਘ ਜੀ, ਅਤੇ ਆਉਂਦੇ ਰਹੇ ਮੇਰੀ ਮਾਤਾ ਕੋਲ ਅਤੇ ਸਾਡੀ ਮਤਲਬ ਉੱਥੇ ਮੁਲਾਕਾਤ ਲਈ ਇਹਨਾਂ ਮਾਤਾ ਨੂੰ ਘੱਲਿਆ ਰਾਸ਼ਨ ਰੂਸ਼ਨ ਦੇ ਕੇ। ਅਤੇ ਮੁੜ ਕੇ ਕੀ ਹੋਇਆ ਵੀ ਮੇਰੀ ਮਾਤਾ ਨਾਲ ਗੱਲ ਕਰਕੇ ਇਹਨਾਂ ਦਾ ਛੋਟਾ ਭਰਾ ਵਾ ਨਰਿੰਦਰ ਸਿੰਘ, ਇਹ ਨਸ਼ਹਿਰੇ ਹੀ ਇਸ ਵੇਲੇ ਡਿਊਟੀ ਕਰਦੇ ਆ, ਉਹ ਬਾਬਿਆਂ ਨਾਲ ਕਹਿ ਕੇ ਮੇਰੀ ਮਾਤਾ ਨੂੰ ਮੇਰੀ ਭੈਣ ਦਾ ਰਿਸ਼ਤਾ ਕਰ ਲਿਆ ਉਹਨਾਂ, ਮੇਰੇ ਮਗਰੋਂ ਹੀ ਮੈਰਿਜ ਹੋਈ ਰਿਸ਼ਤਾ ਸੀ ਜੇ ਮੈਂ ਜੇਲ੍ਹ 'ਚ ਹੀ ਸਾਂ। ਮੁੜ ਕੇ ਰਿਸ਼ਤਾ ਹੋ ਗਿਆ, ਰਿਸ਼ਤੇਦਾਰੀ ਹੋ ਗਈ, ਰਿਸ਼ਤੇਦਾਰੀ ਹੋ ਗਈ ਤਾਂ ਮੁੜ ਕੇ ਇਹ ਮਾਤਾ ਕਹਿੰਦੇ ਮਾਤਾ 6 ਮਹੀਨੇ ਮੁਲਾਕਾਤ ਕਰਨ ਜਾਂਦੀ ਸੀ ਉੱਥੇ ਜੋਧਪੁਰ, ਉਹਨੇ ਫਿਰ ਸਾਨੂੰ ਉੱਥੇ ਦੱਸਿਆ ਮੁੜ ਕੇ ਵੀ ਮੁੜ ਕੇ ਮੈਂ ਉੱਥੇ ਇੱਕ ਵਾਰੀ ਪੜ੍ਹਿਆ ਵੀ ਮਾਣੋ ਝਾਲ ਦਾ ਗੰਨਮੈਨ ਮਾਰਿਆ ਗਿਆ ਬੂਟਾ ਸਿੰਘ, ਅਤੇ ਮਾਣੋ ਝਾਲ ਬਚ ਨਿਕਲਿਆ। ਉਦੋਂ ਮਾਣੋ ਝਾਲ ਪਹਿਲੇ ਦਿਨ ਪੜਿਆ, ਬਾਬਾ ਮਾਣੋ ਝਾਲ ਬਚ ਨਿਕਲਿਆ, ਪੰਜਾਬ ਕੇਸਰੀ ਨੇ ਲਿਖਿਆ। ਮੈਂ ਬੂਟਾ ਹੋਣੇ ਸੋਚਣ ਲੱਗ ਪਿਆ, ਮੈਂ ਕਿਹਾ ਬੂਟਾ ਹੋਇਆ ਇੱਕ ਡੁੱਗਰੀ ਦਾ ਹੁੰਦਾ, ਇੱਕ ਜੀਪਾਂ ਬਣਾਉਂਦਾ ਹੁੰਦਾ ਨਸ਼ਹਿਰੇ, ਮੈਂ ਕਿਹਾ ਉਹ ਤਾਂ ਕਲੀਨ ਸ਼ੇਪ ਸੀ, ਇਹ ਬੂਟਾ ਸਿੰਘ ਡੁੱਗਰੀ ਦਾ ਲਿਖਿਆ, ਡੁੱਗਰੀ ਵਾਲਾ ਕਲੀਨ ਸ਼ੇਪ ਸੀ, ਉਹ ਤਾਂ ਉਹ ਅੰਮ੍ਰਿਤਧਾਰੀ ਕਿਸ ਤਰ੍ਹਾਂ ਬਣ ਗਿਆ। ਪਰ ਬਾਬੇ ਮਾਣੋ ਝਾਲੀ ਉੱਥੋਂ ਜੀਪ ਬਣਾਉਂਦੇ ਹੁੰਦੇ ਸੀ, ਉਹ ਮੁੜ ਕੇ ਫਿਰ ਮੈਂ ਮਹੀਨਾ ਜੋ ਸੁਣਿਆ, ਅਤੇ ਮੁੜ ਕੇ ਬਸ ਉੱਥੇ ਸਾਡੇ ਕੋਲ ਅਖਬਾਰ ਦਿੰਦੇ ਸੀ ਕੱਟ ਕੇ ਸਾਨੂੰ ਸੈਂਸਰ ਸੈਂਸਰ ਕਰਕੇ, ਅਤੇ ਪਰ ਉਹਨਾਂ ਨੂੰ ਇੰਨਾ ਨਹੀਂ, ਉਹ ਕਈ ਵਾਰ ਚੱਲ ਜਾਂਦੀਆਂ ਖਬਰਾਂ। ਫਿਰ ਮੇਨ ਮੇਨ ਖਬਰਾਂ ਆਉਂਦੀਆਂ, ਬਾਬੇ ਮਾਣੋ ਝਾਲ ਨੇ 3 ਕਰੋੜ ਰੁਪਇਆ ਪਾਕਿਸਤਾਨ ਪਹੁੰਚਾਇਆ, ਫਿਰ ਬਾਬਾ ਮਾਣੋ ਝਾਲ ਪਾਕਿਸਤਾਨ 'ਚ ਗਿਆ, ਇਸ ਵੇਲੇ ਚੀਨ 'ਚ ਘੁੰਮ ਰਿਹਾ ਵਾ, ਲਾਭ ਸਮਾਂ ਨਾਲ ਦੇਣਾ ਵੀ ਜਿਤਨਾ ਲਾਭ ਸੰਗਲ ਫੜੀ ਉਹਨਾਂ ਦੀ, ਇਸ ਤਰ੍ਹਾਂ ਮਹਿਸੂਸ ਹੋਣਾ, ਇਹੋ ਜਿਹੀਆਂ ਖਬਰਾਂ ਆਉਂਦੀਆਂ ਰਹੀਆਂ। ਇਹ ਦਿੱਤਾ 3 ਕਰੋੜ ਰੁਪਇਆ ਮਾਣੋ ਝਾਲ ਨੇ ਪਾਕਿਸਤਾਨ ਪਹੁੰਚਾਇਆ ਹਥਿਆਰ ਲੈਣ ਵਾਸਤੇ, ਇਹ ਵੀ ਮੈਂ ਪੜ੍ਹੀ ਪੰਜਾਬ ਕੇਸਰੀ 'ਚ। ਫਿਰ ਇਹੋ ਜਿਹੀਆਂ ਮਤਲਬ ਖਬਰਾਂ ਉੱਥੇ ਪੜ੍ਹਦੇ ਰਹੇ, ਮੁੜ ਕੇ ਫਿਰ ਮਤਲਬ ਸਾਨੂੰ ਉਹ ਤਕਰੀਬਨ ਕਟਨ ਕਰਕੇ ਹੀ ਦਿੰਦੇ ਸੀ। ਮੁੜ ਕੇ ਜਿੱਦਣ ਮੁੜ ਕੇ ਕੀ ਕਰਦੇ ਸੀ ਵੀ ਇੱਥੋਂ ਸਿੰਘ ਕਤਰਾਂ ਲੈ ਕੇ ਜਾਂਦੇ ਸੀ ਅਖਬਾਰਾਂ ਦੀਆਂ, ਉਹ ਘੱਲ ਦਿੰਦੇ ਜ਼ਿਆਦਾ। ਇਹ ਸੰਤ ਕਰਤਾਰ ਸਿੰਘ ਜੀ ਪਰਿਵਾਰ ਦੇ ਭਾਈ ਮਨਜੀਤ ਸੋਹਣਾ, ਮਨਜੀਤ ਸੋਹਣਾ ਜੀ ਚਾਚਾ ਜੀ ਦਿਦਾਰ ਸੋਹਣ ਮੁੜ ਕੇ ਰਿਹਾ ਹੋ ਗਿਆ, ਇਹ ਜਾਂਦੇ ਰਹੇ। ਮਾਤਾ ਜਾਂਦੀ ਰਹੀ, ਉਹ ਕਤਰਾਂ ਖੜਦੇ ਹੁੰਦੇ ਵੀ ਆਹ ਖਬਰਾਂ ਤੈਨੂੰ ਕੱਟ ਕੇ ਦਿੰਦੇ ਬੜੀਆਂ, ਉਹ ਇੱਕ ਦੂਜੇ ਅਖਬਾਰਾਂ ਰਾਹੀਂ ਫੜਾਈ ਜਾਂਦੇ, ਉਹ ਪੜ੍ਹਦੇ ਨੇ। ਅਤੇ ਜਦੋਂ ਭਾਈ ਸਤਵੰਤ ਸਿੰਘ ਬਿਆਨ ਸਿੰਘ ਬਾਬੇ ਮਾਣੋ ਝਾਲ ਨੇ ਪੰਜਾਬੀਆਂ ਦਾ ਧੰਨਵਾਦ ਕੀਤਾ, ਅਤੇ ਮੁੜ ਕੇ ਇੱਕ ਵਾਰੀ ਮੈਂ ਪੜ੍ਹਿਆ ਬਾਬੇ ਮਾਣੋ ਝਾਲ ਦਾ ਬਿਆਨ ਉੱਥੇ ਕਤਰ ਗਈ ਵੀ ਟਾਊਟ ਜਿਹੜੇ ਉਹ ਬਾਜ ਆ ਨਹੀਂ ਤਾਂ ਸਮੇਤ ਪਰਿਵਾਰਾਂ ਸੋਧਾਂਗੇ। ਮੁੜ ਕੇ ਫਿਰ ਲੈਣ ਲੱਗੀ ਪਰਿਵਾਰਾਂ ਦੀ ਮਾਰਨ ਦੀ, ਇਹ ਪਹਿਲਾ ਬਿਆਨ ਇਹਨਾਂ ਦਾ ਪੜਿਆ ਵੀ ਬਾਬੇ ਮਾਣੋ ਝਾਲ ਨੇ ਫਿਰ ਟਾਊਟ ਬਾਜ ਆ ਨਹੀਂ ਤਾਂ ਪਰਿਵਾਰਾਂ ਸਮੇਤ ਸੋਧੇ ਲਾਵਾਂਗੇ। ਮਤਲਬ ਹੈ ਇਹੋ ਜਿਹੀਆਂ, ਮਤਲਬ ਕਿ ਤੁਸੀਂ ਕਿਹਾ ਉਹਨਾਂ ਨੇ ਪਹਿਲਾਂ ਤਾੜਨਾ ਕੀਤੀ, ਹਾਂ ਕੀ ਬਾਅਦ ਵਿੱਚ ਉਹਨਾਂ ਨੇ ਟਾਊਟ ਸੋਧਣੇ ਸ਼ੁਰੂ ਕਰ ਦਿੱਤੇ? ਇਹਦਾ ਮਤਲਬ ਇਹੀ ਮੁੜ ਕੇ ਮੇਰੇ ਮਨ 'ਚ ਆਈ ਬੜੇ, ਹੁਣ ਪਰਿਵਾਰ ਵੀ ਮਰੀ ਜਾਂਦੇ ਆ, ਫਿਰ ਉਹ ਹੈ ਵੀ ਉਹਨਾਂ ਬਿਆਨ ਦਿੱਤਾ ਸੀ ਇਹ, ਅਤੇ ਮਤਲਬ ਉੱਥੋਂ ਮੁੜ ਕੇ ਇਹ ਤਰ੍ਹਾਂ ਵੀ ਇਹ ਚੱਲਦੀ ਰਹੀ। ਮੁੜ ਕੇ ਜਿਹੜਾ ਪੰਜਾਬ ਕੇਸਰੀ ਵਾਲਾ ਜਿਹੜਾ ਸੀ, ਇਹ ਤਾਂ ਫਿਰ ਇਹਨਾਂ 'ਤੇ ਜ਼ਿਆਦਾ ਫੋਕਸ ਰੱਖਦਾ ਸੀ, ਮੁੜ ਕੇ ਤਾਂ ਉਹ ਲਿਖਦਾ ਰਹੀ ਅੱਤਵਾਦੀ ਬਾਬਾ ਬੋੜ, ਬਾਬੇ ਮਾਣੋ ਝਾਲ ਜੱਗ ਬਾਣੀ ਅੱਜ ਵੀ ਕੱਢ ਲਓ, ਬਾਬਾ ਬੋੜ ਅੱਤਵਾਦੀ ਬਾਬਾ ਬੋੜ, ਜਿੱਦਣ ਇਹਨਾਂ ਦੇ ਘਰ 'ਤੇ ਫਾਇਰਿੰਗ ਹੋਈ ਉੱਦਣ ਇਹਨੇ ਲਿਖਿਆ ਜਿਹੜਾ ਦਿੱਲੀ ਨੂੰ ਦਬਕੇ ਮਾਰਦਾ ਉਹਦੇ ਘਰ 'ਤੇ ਅੱਜ ਫਾਇਰਿੰਗ ਹੋ ਗਈ, ਇਕੱਲੇ ਉਸੇ ਦਾ ਲਿਖਿਆ, ਹੋਰ ਨਹੀਂ ਕਿਹਾ ਜਿਹੜਾ ਦਿੱਲੀ ਨੂੰ ਦਬਕੇ ਮਾਰਦਾ, ਅੱਜ ਵੀ ਕੱਢ ਲਓ ਅੱਤਵਾਦੀ ਬਾਬਾ ਬੋੜ। ਸਿੱਖ ਸੰਘਰਸ਼ ਦਾ ਬਾਬਾ ਬੋੜ ਸਿੱਖ ਕਹਿੰਦੇ ਸਨ? ਨਹੀਂ ਉਹ ਤਾਂ ਵਰਸਸ ਖਾਲਸਾ ਜੰਗੇ ਆਜ਼ਾਦੀ ਦੇ ਬਾਬਾ ਬੋੜ ਆ, ਸਾਡੇ ਤੋਂ ਖਾਲਿਸਤਾਨ ਦੀ ਜੰਗੇ ਆਜ਼ਾਦੀ ਦੇ ਬਾਬਾ ਬੋੜ ਆ, ਉਹਨਾਂ ਵਾਸਤੇ ਅੱਤਵਾਦੀ ਬਾਬਾ ਬੋੜ ਆ, ਉਹ ਤਾਂ ਉਹਨਾਂ ਦੀ ਭਾਸ਼ਾ ਵਾ ਨਾ, ਉਹ ਅੱਤਵਾਦੀ ਬਾਬਾ ਬੋੜ ਕਹਿੰਦੇ ਸੀ, ਹੈਗੇ ਤੋਂ ਖਾਲਿਸਤਾਨ ਜੰਗੇ ਆਜ਼ਾਦੀ ਦੇ ਬਾਬਾ ਬੋੜ, ਪਰ ਜੱਗ ਬਾਣੀ ਕਦੀ ਬਾਬਾ ਬੋੜ ਤੋਂ ਬਗੈਰ ਨਹੀਂ ਲਿਖਿਆ, ਅੱਜ ਵੀ ਡਿਟੇਲਾਂ ਕੱਢ ਕੇ ਵੇਖ ਲਓ ਅੱਤਵਾਦੀ ਬਾਬਾ ਬੋੜ। ਇਸ ਤੋਂ ਅੱਗੇ ਫਿਰ ਗੱਲ ਕਿਵੇਂ ਤੁਰੀ? ਮੁੜ ਕੇ ਤੋਂ ਬਾਅਦ ਫਿਰ ਇਹ ਮੈਂ ਫਿਰ ਕੀ ਹੋਇਆ ਵੀ ਸਾਡੀਆਂ ਨਾਲ ਮੁਲਾਕਾਤਾਂ ਘੱਲੀਆਂ, ਭਾਈ ਮਨਜੀਤ ਸਿੰਘ ਨੂੰ ਚੋਲਾ ਘੱਲਿਆ ਨਾ ਮੇਰੇ ਥਰੂ, ਉੱਥੇ ਚੋਲੇ ਘੱਲੇ ਬਣਾ ਕੇ, ਅਤੇ ਮਾਤਾ ਜਾਂਦੀ ਮਾਤਾ ਨੂੰ ਮੁੜ ਕੇ ਮੈਨੂੰ ਪੁੱਛਣ ਗਈ ਵੀ ਇਸ ਤਰ੍ਹਾਂ ਰਿਸ਼ਤਾ ਆਉਂਦੇ ਆ, ਮੈਂ ਕਿਹਾ ਕਰ ਦਿਓ ਕੋਈ ਗੱਲ, ਮੁੜ ਕੇ ਮੇਰੇ ਮਗਰ ਗੈਰਾਜ ਮੈਰਿਜ ਵੀ ਹੋ ਗਈ, ਚਲੋ ਮੁੜ ਕੇ ਫਿਰ ਪਰਿਵਾਰਕ ਰਿਲੇਸ਼ਨ ਵੀ ਬਣ ਗਏ। ਮੁੜ ਕੇ 7-3-99 ਨੂੰ ਹੀ ਰਿਹਾ, 6-3-99 ਨੂੰ ਹੀ ਰਿਹਾ ਹੋ ਕੇ ਆ ਗਏ ਹਾਂ, ਤਰਨ ਤਰਨ 7-3-99 ਨੂੰ ਘਰ ਆ ਗਏ ਹਾਂ, ਪਹਿਲਾਂ ਹੀ ਉਹਨਾਂ ਦੇ ਘਰ ਗਏ ਸੀ ਜਦੋਂ ਲਿਖ ਕੇ ਆਏ ਪਿੰਡੋਂ ਸ਼ਹਿਰੋਂ ਹੋ ਕੇ ਆਏ। ਮੈਂ ਰਿਸ਼ਤੇਦਾਰੀ ਬਾਰੇ ਥੋੜ੍ਹਾ ਜਿਹਾ ਦੁਹਰਾ ਕਰਦਿਆਂ ਕਿ ਤੁਹਾਡੇ ਭੈਣ ਜੀ ਬਾਬਾ ਮਾਣੋ ਝਾਲ ਦੇ ਭਰਾ ਨਾਲ ਵਿਆਹ ਆ? ਹਾਂਜੀ ਜੀ, ਹਾਂਜੀ, ਬਾਬਾ ਮਾਣੋ ਝਾਲ ਜੀ ਦੇ 3 ਬ੍ਰਦਰ ਆ, ਛੋਟਾ ਬ੍ਰਦਰ ਭਾਈ ਨਰਿੰਦਰ ਸਿੰਘ ਨਸ਼ਹਿਰਾ ਹੀ ਬਿਜਲੀ ਬੋਰਡ 'ਚ ਆ, ਉਹਨਾਂ ਨਾਲ ਜਿਹੜੀ ਵਾਈਫ ਆ ਮੇਰੀ ਸਿਸਟਰ ਆ ਜੀ, ਉਹਨਾਂ ਦਾ ਇੱਕ ਭਾਣਜਾ ਉਹਨਾਂ ਘਰ ਮੇਰੀ ਛੋਟੀ ਸਿਸਟਰ ਆ, ਉਹ ਤਹਿਸੀਲਦਾਰ ਹੈ ਹਲੇ, ਅਤੇ ਮਤਲਬ ਇਸ ਤਰ੍ਹਾਂ ਰਿਸ਼ਤੇਦਾਰੀ 'ਚ ਫਿਰ ਰਿਸ਼ਤੇਦਾਰੀਆਂ ਅਗਾਂਹ ਹੋ ਗਈਆਂ ਜੀ। ਅਤੇ ਉੱਥੋਂ ਮੁੜ ਕੇ ਫਿਰ 7-3-99 ਨੂੰ ਮੈਂ ਘਰ ਆ ਗਿਆ,
1997 ਨੂੰ ਘਰ ਆ ਗਿਆ ਅਤੇ ਉਦਣ ਰਾਤ ਇੱਥੇ ਨਾ ਭਾਈ ਨਰਵੈਲ ਸਿੰਘ ਦੇ ਘਰ ਦੀਆਂ ਮੈਨੂੰ ਮਿਲਣ ਆਈਆਂ ਘਰ, ਅਤੇ ਮੈਨੂੰ ਕਹਿੰਦੀ ਮਹਿੰਦਰ ਸਿੰਘ ਤੁਹਾਨੂੰ ਮਿਲਣਾ ਚਾਹੁੰਦਾ, ਬਾਬੇ ਉਹਨਾਂ ਦਾ ਸਿੰਘ ਸਾਹਿਬ ਦਾ ਭਾਈ ਭਗੌੜਾ ਸੀ ਭਾਈ ਮਹਿੰਦਰ ਸਿੰਘ, ਇਹਨਾਂ ਨਾਲ ਹੀ ਉਹ ਬੰਬੀ ਤੋਂ ਉਦਣ ਜਦੋਂ ਭੱਜੇ ਉਦੋਂ ਤੋਂ PO ਸੀ ਉਹ, ਅਤੇ ਮੈਂ ਕਿਹਾ ਚਲੋ ਕੋਈ ਮਿਲ ਲਾਂਗੇ, ਅਤੇ 8 ਚੜ੍ਹ ਗਿਆ ਅਤੇ 9 ਨੂੰ ਸਵੇਰੇ ਪਤਾ ਰੌਲਾ ਪੈ ਗਿਆ ਮਹਿੰਦਰ ਸਿੰਘ ਸ਼ਹੀਦ ਹੋ ਗਿਆ, ਮੇਲਾ ਹੀ ਨਹੀਂ ਆਇਆ। ਅਤੇ ਮੁੜ ਕੇ ਉਹ ਤੋਂ ਬਾਅਦ ਫਿਰ ਉੱਥੇ ਸੰਸਕਾਰ 'ਤੇ ਗਏ ਹਾਂ, ਉਦਣ ਵਾਲੇ ਸੰਤੋਖੇ ਕਾਲੇ ਨੂੰ ਲਿਆਏ ਬਾਬਾ ਮਾਣੋ ਝਾਲ ਆਊਗਾ, ਅਤੇ ਮਾਂ ਮੇਰੀ ਨੇ ਇੱਕਰੀ ਮਾਤਾ ਨੇ ਜਾ ਕੇ ਦੱਸਿਆ ਇਹ, ਫਿਰ ਮੈਂ ਇੱਕਰੀ ਪੁੱਛਿਆ ਇਹਨਾਂ ਨੂੰ, ਇਹ 88 ਦੀ ਗੱਲ ਹੋ ਗਈ, ਮੈਂ ਕਿਹਾ ਕਿਤਨਾ ਉਹ, ਮੈਂ ਕਿਹਾ ਬਾਬੇ ਹੁਣੀ ਨਹੀਂ ਆਏ ਕਦੀ, ਆਉਂਦੀ ਵਾਹਿਗੁਰੂ ਵਾਹਿਗੁਰੂ, ਕੰਨਾਂ ਨੂੰ ਹੱਥ ਲਓ ਉਹਨਾਂ ਦੀ, ਅਤੇ ਜਿੱਧਰ ਨੂੰ ਆਵਾਜ਼ ਆਉਂਦੀ ਗੱਡੀਆਂ ਹੀ ਲੈਣਾ ਵੱਜੀਆਂ ਜਾਂਦੀਆਂ CRP ਦੀਆਂ, ਮਾਤਾ ਮੇਰੀ ਤਾਂ ਕੰਨਾਂ ਨੂੰ ਹੱਥ ਲਾ ਕਹਿੰਦੀ ਵਾਹਿਗੁਰੂ ਵਾਹਿਗੁਰੂ ਉਹਨਾਂ ਦਾ ਨਾ ਨਾਂ ਲਓ, ਆਉਂਦੀ ਉੱਧਰ ਜਿਨ੍ਹਾਂ ਦੇ ਉਹਨਾਂ ਦੀ ਤਾਂ ਹਵਾ ਜਿਹਨਾਂ ਨੂੰ ਜਾਂਦੀ ਹੈ CRP ਦੀਆਂ ਗੱਡੀਆਂ ਦੀਆਂ ਲੈਣਾ ਹੀ ਜਾਂਦੀਆਂ, ਇਹ ਮਾਤਾ ਮੇਰੀ ਨੇ ਆਖਿਆ, ਅਤੇ ਮੈਂ ਆਏ ਨਹੀਂ, ਆਉਂਦੀ ਨਹੀਂ ਆਏ ਨਹੀਂ ਹੁਣ ਕਦੀ, ਮੈਂ ਕਿਹਾ ਚਲੋ। ਅਤੇ ਮੁੜ ਕੇ ਫਿਰ ਮੈਂ ਉਦਣ ਉੱਥੇ ਸੰਸਕਾਰ 'ਤੇ ਗਏ ਹਾਂ, ਸ਼ਾਮੀ ਬੋਡੀਆਂ ਲੈ ਕੇ ਆਏ ਆ, ਅਤੇ ਸੰਤੋਖੇ ਕਾਲੇ ਨੂੰ ਲੈ ਕੇ ਆਏ, ਬੜੀਆਂ ਗੱਡੀਆਂ ਕਾਲਿਆਂ ਸ਼ੀਸ਼ਿਆਂ ਦੀਆਂ, ਪੁਲਿਸ ਕਦੀ ਐਂ ਲੰਘ ਜੇ ਕਦੀ ਐਂ ਲੰਘ ਜੇ, ਚਲੋ ਮੁੜ ਕੇ ਭੋਗ 'ਤੇ ਬੜੀ ਪੁਲਿਸ ਆਈ। ਮੁੜ ਕੇ ਫਿਰ ਉਹ ਤੋਂ ਬਾਅਦ ਇਹ ਮਤਲਬ 90 'ਚ ਫਿਰ ਮਿਲੇ ਹਾਂ, 90 'ਚ ਆਏ ਫਿਰ, ਮੁੜ ਕੇ ਇੱਥੇ ਆ ਕੇ ਮੈਂ ਪੁੱਛਿਆ ਨਰਵੈਲ ਸਿੰਘ ਆਉਂਦੇ ਵੀ ਉਹ ਤਾਂ ਉੱਧਰ ਹੀ ਆ, ਪਾਕਿਸਤਾਨੀ ਆ, ਆਪਣਾ ਕੋਈ ਸੰਪਰਕ ਨਹੀਂ ਨਰਵੈਲ ਸਿੰਘ ਦਾ। ਚਲੋ ਮੁੜ ਕੇ ਕੀ ਹੋਇਆ ਵੀ ਮੈਨੂੰ ਨਾ ਇੱਥੇ ਲੈਫਟੀਨੈਂਟ ਜਨਰਲ ਸੁਖਿੰਦਰ ਸਿੰਘ ਸੰਘਾ ਸੀ ਭਾਈ ਸਵਰਨਜੀਤ ਸਿੰਘ ਤੋਂ ਬਾਅਦ ਬਣਾਇਆ, ਅਤੇ ਉਹ ਗਾਂਧੀ ਗਾਂਧ ਸਾਡੇ ਸਕਿਆਂ 'ਚ ਸਾਡੀ ਦਾਦੀ ਜੀ ਸੀ, ਅਤੇ ਉਹਨਾਂ ਦੀ ਭੈਣ ਸੀਗੀ ਸੰਘੇ ਪਿੰਡ 'ਚ, ਉੱਥੋਂ ਮੈਨੂੰ ਸੁਣਾ ਹੋਇਆ ਵੀ ਤੁਹਾਨੂੰ ਸੁਖਵਿੰਦਰ ਸਿੰਘ ਨੇ ਬੁਲਾਇਆ ਮੈਨੂੰ ਮਿਲੋ, ਮੈਨੂੰ ਇੱਥੋਂ ਲੈ ਕੇ ਗਏ। ਚਲੋ ਮਿਲੇ, ਉਹ ਮੈਨੂੰ ਆਉਂਦਾ ਵੀ ਤਰਨ ਸਿੰਘ ਸਾਹਿਬ ਦਾ ਉਦੋਂ ਚਿੱਠੀ ਆਈ ਪਾਕਿਸਤਾਨੋਂ, ਅਤੇ ਆਹ ਨਾ ਮੁਲਾਕਾਤਾਂ ਕਰਨੀਆਂ ਵਾ ਸਿੰਘਾਂ ਦੀਆਂ, ਅਤੇ ਉਹਨਾਂ ਡਿਊਟੀ ਲਾਈ ਸਾਡੀ, ਅਤੇ ਤੁਹਾਡੀ ਡਿਊਟੀ ਲਾਉਣੀ ਆ ਵੀ ਤੁਸੀਂ ਪੈਸੇ ਲੈ ਜਾਓ ਅਤੇ ਮੁਲਾਕਾਤਾਂ ਕਰੋ। ਮੈਂ ਉਹਨੂੰ ਕਿਹਾ ਭਾਈ ਸਾਹਿਬ ਮੈਂ ਮੇਰੀ ਨਾ ਡਿਊਟੀ ਲਓ, ਪੈਸੇ ਦਾ ਮਾਮਲਾ ਵਾ, ਮੈਨੂੰ ਤੁਸੀਂ ਰਹਿਣ ਦਿਓ। ਉਹਨੇ ਬੜੀ ਸੰਘੇ ਨੇ ਮੈਨੂੰ ਬੜੀ ਯਾਰ ਆਖਿਆ ਵੀ ਨਹੀਂ ਤੁਸੀਂ ਇਤਨਾ ਨਾ ਪੈਸੇ ਦਾ ਮਾਮਲਾ ਤਾਂ ਹੋਰ ਨਹੀਂ ਰਹੇ, ਉਹਨਾਂ ਸਗੋਂ ਹੋਰ ਵੀ ਸਾਡੀ ਡਿਊਟੀ ਲਾਈ ਆ ਵੀ ਇਸ਼ਤਿਹਾਰ ਲਾਉਣੇ ਆ, ਉਹ ਵੀ ਅਸੀਂ ਕਰਨਾ ਵਾ, ਅਤੇ ਤੁਸੀਂ ਮੈਂ ਕਿਹਾ ਨਹੀਂ ਮੈਂ ਮੇਰੀ ਮੇਥੋਂ ਨਹੀਂ ਇਹ ਨਿਭਾਈ ਜਾਣੀ, ਅਤੇ ਤੁਸੀਂ ਇਹ ਹੋਰ ਕਿਸੇ ਸਿੰਘ ਦੀ ਲਓ, ਪੈਸੇ ਦਾ ਮਾਮਲਾ ਮੈਂ ਨਹੀਂ ਇਹ ਮੈਂ। ਅਤੇ ਮੁੜ ਕੇ ਉਹ ਤੋਂ ਬਾਅਦ ਫਿਰ 90 'ਚ ਫਿਰ ਪਤਾ ਲੱਗਾ ਵੀ ਸਿੰਘ ਸਾਹਿਬ ਆ ਗਏ ਉੱਧਰੋਂ ਪਾਕਿਸਤਾਨ ਨੂੰ। ਮੁੜ ਕੇ ਫਿਰ ਮੈਨੂੰ ਪਹਿਲਾਂ ਪਤਾ ਲੱਗਾ ਵੀ ਉਹਨਾਂ ਇੱਥੇ ਆਉਣਾ, ਮੈਨੂੰ ਦੱਸ ਕੇ ਗਿਆ ਨਰਵੈਲ ਸਿੰਘ ਵੀ ਉਹ ਆ ਗਏ ਆ ਅਤੇ ਤੁਹਾਨੂੰ ਮਿਲਣਗੇ, ਫਿਰ ਉਹ ਰਾਤ ਇੱਥੇ ਆ ਗਏ ਮੇਰੇ ਕੋਲ, ਅਤੇ ਪਹਿਲੀ ਮਿਲਣੀ ਉਹ ਹੋਈ। ਫਿਰ ਮੈਂ ਫਿਰ ਚਲੋ ਫਿਰ ਤੁਸੀਂ 6 ਸਾਲ ਬਾਅਦ ਮਿਲੇ, ਆਹੋ 84 ਤੋਂ ਆਹੋ 6 ਸਾਲ ਹੀ ਆ 6-7 ਸਾਲ ਬਾਅਦ ਹੀ ਮਿਲੇ ਗਏ। ਮਿਲੇ ਅਤੇ ਮੁੜ ਕੇ ਫਿਰ ਆਉਂਦੇ ਜਾਂਦੇ ਲੰਘ ਜਾਂਦੇ ਸੀ, ਮਿਲ ਜਾਂਦੇ ਸੀ, ਫਿਰ ਮੁੜ ਕੇ ਮੈਂ ਤਾਂ ਆਖਿਆ ਵੀ ਚਲੋ ਨਾਲ ਹੀ ਤੁਹਾਡੇ, ਕਹਿੰਦੇ ਨਹੀਂ ਨਹੀਂ ਇਹ ਨਹੀਂ ਕੰਮ ਕਰਨਾ। ਉਹ ਆਉਂਦੇ ਜਦੋਂ ਭਗੌੜਾ ਹੁੰਦਾ ਬੰਦਾ ਮੁੜ ਕੇ ਕੰਮ ਨਹੀਂ ਹੁੰਦਾ, ਆਉਂਦੇ ਨਹੀਂ ਤੁਸੀਂ ਇਸ ਤਰ੍ਹਾਂ ਹੀ ਰਹਿਣਾ, ਤੁਸੀਂ ਘਰੇ ਰਹਿਣਾ ਅਤੇ ਤੁਸੀਂ ਉਸ ਤਰ੍ਹਾਂ ਜਿਹੜਾ ਤੁਹਾਨੂੰ ਆਖਾਂਗੇ ਉਹ ਕੰਮ ਕਰੀ ਕਰੀ ਜਾਇਓ। ਮੈਂ ਕਿਹਾ ਚਲੋ ਜੀ। ਮੁੜ ਕੇ ਫਿਰ ਇਸ ਤਰ੍ਹਾਂ ਸੁਨਾਹ ਪੱਤਾ ਜਿਹੜਾ ਕੋਈ ਆਉਣਾ ਜਾਂ ਇਸ ਤਰ੍ਹਾਂ ਮਤਲਬ ਮਿਲਣਾ ਕਹਿਣ ਅੱਗੇ ਪਿੱਛੇ ਜਾਣਾ ਆਉਣਾ ਇਹ ਫਿਰ ਆ, ਉਹ ਤੁਹਾਨੂੰ ਓਵਰਗਰਾਊਂਡ ਰੱਖਣਾ ਚਾਹੁੰਦੇ? ਆਹੋ ਆਹੋ ਓਵਰਗਰਾਊਂਡ ਰੱਖਣਾ ਚਾਹੁੰਦੇ, ਅਤੇ ਮੈਨੂੰ ਥੋੜ੍ਹਾ ਜਿਹਾ ਉਹ ਵੀ ਮਹਿਸੂਸ ਕਰਦੇ ਸੀ ਪਰਿਵਾਰ ਦਾ ਅੱਗੇ ਨੁਕਸਾਨ ਬੜਾ ਆ, ਦੋ ਸ਼ਹਾਦਤਾਂ ਹੋਈਆਂ, ਅਤੇ ਥੋੜ੍ਹਾ ਜਿਹਾ ਵੀ ਆਪਾਂ ਕਰ, ਕਿਉਂਕਿ ਫੌਜ ਨੇ ਸਾਡੇ ਬੂਹੇ ਭੰਨਤੇ ਸੀ ਅਤੇ ਉਹ ਕੁੰਡੇ ਕੰਡੇ ਭੰਨੇ ਪਏ ਸੀ, ਮਗਰੋਂ ਫੌਜ ਬਹਿਣ ਨਹੀਂ ਦਿੰਦੀ ਪਰਿਵਾਰ ਨੂੰ ਘਰ, ਫਿਰ ਪੰਚਾਇਤਾਂ ਨੇ ਲਿਖ ਲਿਖ ਕੇ ਦਿੱਤਾ ਵੀ ਉਹ ਤਾਂ ਉੱਥੇ ਸ਼ਹੀਦ ਹੋ। ਪਹਿਲਾਂ ਤਾਂ ਇੱਕ ਇਹਨਾਂ ਜਾਰੀ ਕੀਤਾ ਕਿਤਾਬ ਦਾ, ਅਤੇ ਉਹ 'ਚ ਮੇਰੇ ਬ੍ਰਦਰ ਦਾ ਮੇਰੇ ਭਰਾ ਦਿੱਤਾ ਵੀ ਉਹ ਭਗੌੜੇ ਆ, ਉਹ ਪਾਕਿਸਤਾਨ ਚੱਲ ਗਏ ਆ, ਇਹੀ ਨਾਭੇ ਜੇਲ੍ਹ 'ਚ ਪੜਿਆ। ਅਤੇ ਮੁੜ ਕੇ ਫਿਰ ਉਹ ਇਹ ਨਾ ਖਹਿੜਾ ਛੁੱਟੇ, ਫਿਰ ਪੰਚਾਇਤਾਂ ਪੰਚੂਤਾਂ ਨੇ ਲਿਖ ਕੇ ਦਿੱਤਾ ਵੀ ਨਹੀਂ ਉਹ ਤਾਂ ਉੱਥੇ ਐਕਸਪਾਇਰ ਹੋ ਗਏ ਆ, ਅਤੇ ਫਿਰ ਜਾ ਕੇ ਅਖੰਡ ਪਾਠ ਸਾਹਿਬ ਕਰਾਇਆ, ਅਤੇ ਉਸ ਤੋਂ ਬਾਅਦ ਫਿਰ ਥੋੜ੍ਹਾ ਖਹਿੜਾ ਛੁੱਟਾ, ਭਾਵੇਂ ਸਮੇਂ ਸਮੇਂ 'ਤੇ ਪੁਲਿਸਾਂ 'ਤੇ ਅੱਜ ਤੱਕ ਵੀ ਲਗਾਤਾਰ ਜਾਰੀ ਕੰਮ। ਉਹ ਮੁੜ ਕੇ ਕੀ ਹੋਇਆ ਵੀ ਇਹ ਤੋਂ ਬਾਅਦ ਫਿਰ ਮਤਲਬ ਹਾਥ ਸਿੰਘ ਸਾਹਿਬ ਫਿਰ ਜਦੋਂ ਵਿਚਰਦੇ ਰਹੇ, ਦਰਾਉਂਦੇ ਜਾਂਦੇ ਰਹੇ, ਫਿਰ ਇਲੈਕਸ਼ਨ 'ਚ ਆ ਗਏ, ਭਾਈ ਸਾਹਿਬ ਲੜਦੇ ਵੀ ਰਹੇ ਇਲੈਕਸ਼ਨ, ਮੁੜ ਕੇ ਫਿਰ ਇਸ ਤਰ੍ਹਾਂ ਮਤਲਬ ਨੇੜੇ ਹੋ ਕੇ ਵਿਚਰਦੇ ਰਹੇ, ਕਦੀ ਪੁਲਿਸ ਚੁੱਕ ਕੇ ਲੈ ਗਈ, ਕਦੀ ਕੁਛ ਹੋ ਗਿਆ, ਕਦੀ ਕੁਛ, ਫਿਰ ਲਗਾਤਾਰ ਜਾਰੀ ਰਿਹਾ ਕੰਮ। ਅਤੇ ਮੁੜ ਕੇ ਫਿਰ ਇਸ ਤਰ੍ਹਾਂ ਇਹ ਜਿੱਦਣ ਇਹਨਾਂ ਐਲਾਨਨਾਮਾ ਜਾਰੀ ਕੀਤਾ ਵਾ ਪੰਥਕ ਕਮੇਟੀ ਨੇ, ਉਦਣ 29 ਅਪ੍ਰੈਲ ਨੂੰ ਇਹਨਾਂ ਕਿਹਾ 30 ਨੂੰ ਸਾਡੇ 'ਤੇ ਉੱਥੇ ਲਾਠੀਚਾਰਜ ਹੋ ਗਿਆ ਜੇਲ੍ਹ 'ਚ, ਅਜਮੇਰ 'ਚ ਨਹੀਂ ਉੱਥੇ ਜੋਧਪੁਰ 'ਚ 30 ਨੂੰ ਲਾਠੀਚਾਰਜ ਹੋਇਆ ਬਹੁਤ ਜ਼ਿਆਦਾ।
ਸਾਨੂੰ ਨਹੀਂ ਪਤਾ ਵੀ ਐਲਾਨਨਾਮਾ ਜਾਰੀ ਕੀਤਾ ਅਤੇ ਉਹਨਾਂ ਨੇ ਮਾੜਾ ਜਿਹਾ ਬਹਾਨਾ ਬਣਾ ਕੇ ਉੱਥੇ ਬਹੁਤ ਲਾਠੀਚਾਰਜ ਕੀਤਾ ਉਦੋਂ ਬੜੀਆਂ ਸੱਟਾਂ ਲੱਗੀਆਂ ਸਿੰਘਾਂ ਦੇ ਬਹੁਤ ਜ਼ਿਆਦੀਆਂ ਸੱਟਾਂ ਲੱਗੀਆਂ ਚਲੋ ਮਤਲਬ ਮੁੜ ਕੇ ਪਤਾ ਲੱਗਿਆ ਵੀ ਐਲਾਨਨਾਮਾ ਜਾਰੀ ਕੀਤਾ ਅਤੇ ਉਹ ਕਿੜਕੜ ਦੇ ਸੀ ਅਤੇ ਮੁੜ ਕੇ ਫਿਰ ਇਸ ਤਰ੍ਹਾਂ ਚੱਲਦੀਆਂ ਨੇ ਗੱਲਾਂ ਬਾਤਾਂ ਫਿਰ ਮਿਲਦੇ ਰਹੇ ਫਿਰ ਪੁੱਛਦੇ ਗੱਲਾਂ ਬਾਤਾਂ ਪੁੱਛਦੇ ਇੱਕ ਵਾਰੀ ਇੱਥੇ ਮੈਂ ਉਹ ਆਪਣੇ ਕਰਤਾਰ ਕੇ ਜਾਣ ਡਿਆ ਉੱਥੇ ਜਿੱਦਣ ਖਨੀ ਕੇਸ ਜਿੱਦਣ ਮੇਰਾ ਉਹ ਫੜਿਆ ਗਿਆ ਨਾ ਬੈਂਕਰ ਉੱਥੋਂ ਵਾਲਾ ਉੱਦਣ ਦੀ ਅਤੇ ਉਰਲੇ ਬੰਨੇ ਸੂਆ ਲੰਘਦੇ ਸੀ ਨਾ ਅਸੀਂ ਲੰਘੇ ਹਾਂ ਅਤੇ ਚਬੱਚੇ 'ਤੇ ਖੜੋ ਕੇ ਨਾ ਬੜੇ ਗਰਮੀ ਵਾਲੀ ਭਾਦੋਂ ਦੇ ਦਿਨ ਸੀ ਖਲੋਤੇ ਤੁਰੇ ਤੁਰੇ ਜਾਂਦੇ ਮੈਨੂੰ ਕਹਿੰਦੇ ਜੇਲ੍ਹ ਚੰਗੀ ਸੀ ਕਿਹਾ ਚੰਗਾ ਮੈਂ ਕਿਹਾ ਜੇਲ੍ਹ 'ਤੇ ਆਰਾਮ ਨਾਲ ਪੱਖੇ 'ਚ ਥੱਲੇ ਪਏ ਹਾਂ ਤਾਂ ਮੈਨੂੰ ਤਾਂ ਫਿਰ ਇੰਨੇ ਸਾਲ ਹੋ ਗਏ ਜਦੋਂ ਲੋਕ ਅਜੇ ਵੀ ਸਰਕਾਰੀ ਆਉਂਦੇ ਆ ਇਹ ਗੱਲ ਆਖੀ ਮੈਨੂੰ ਤੁਰਿਆ ਜਾਂਦੇ ਆ ਬਾਬੇ ਮਾਣੂ ਚਾਹ ਹਾਂ ਆਉਂਦੇ ਵੀ ਮੈਨੂੰ ਤਾਂ ਅਜੇ ਵੀ ਸਰਕਾਰੀ ਆਉਂਦੇ ਆ ਅਤੇ ਮੈਂ ਕਿਹਾ ਜੇਲ੍ਹ 'ਤੇ ਆਰਾਮ ਨਾਲ ਸੁੱਤੇ ਰਹੀਦਾ ਪੱਖੇ ਥੱਲੇ ਆਹ ਤਾਂ ਬੁਰਾ ਹਾਲ ਆ ਆਉਂਦੇ ਮੈਨੂੰ ਤਾਂ ਫਿਰ ਇੰਨਾ ਜ਼ਰੂਰ ਅਤੇ ਅਜੇ ਜਿਹੜਾ ਉਹਨਾਂ ਸਮਾਨ ਚੁੱਕਿਆ ਤਾਂ ਉਹ ਮੇਰਾ ਦੋ ਜਣੇ ਨਹੀਂ ਚੁੱਕ ਸਕਦੇ ਮੰਜੇ 'ਤੇ ਬਹਿਣਾ ਨਾ ਜੀ ਮੰਜਾ ਥੱਲੇ ਹੋ ਜਾਣਾ ਇੰਨਾ ਭਾਰ ਸੀ ਉਹਨਾਂ ਕੋਲ ਅਤੇ ਤੁਰਦੇ ਸੀ ਬੱਲੇ ਮਿਲਿਆ ਨਹੀਂ ਜਾਂਦਾ ਉਹਨਾਂ ਭੱਜ ਭੱਜ ਉਹਨਾਂ ਦੀਆਂ ਗੱਲਾਂ ਉਹਨਾਂ ਨਾਲ ਸੀ ਉਹਨਾਂ ਦੀਆਂ ਗੱਲਾਂ ਉਹਨਾਂ ਨਾਲ ਸੀ ਉਹ ਤਾਂ ਨਾ ਕੋਈ ਗੱਲ ਕਰਨ ਵਾਲੀ ਨਹੀਂ ਜਿਹੜੀਆਂ ਮੈਂ ਵੇਖੀਆਂ ਇੱਕ ਵਾਰੀ ਨਾ ਅਸੀਂ ਉੱਦਣ ਹੀ ਤੁਰੇ ਜਾਂਦੇ ਹਾਂ ਅਤੇ ਮੈਨੂੰ ਕਹਿੰਦੇ ਵੀ ਆਹ ਗਾੜੀ ਆ ਗਈ ਸੜਕ ਦਾ ਚਰਸਤਾ ਜਾਂ ਅਤੇ ਜਾਂ ਬੰਬੀ ਚੱਲਣ ਦੀ ਬੰਦਾ ਉਹਨਾਂ ਨੂੰ ਲਿਆ ਠਾ ਗਏ ਮੈਂ ਗਿਆ ਤਾਂ ਮੈਂ ਬੰਬੀ ਚੱਲਣ ਦੀ ਮੈਂ ਘੇਰੇ ਘਰ ਫਿਰ ਫੁਰ ਕੇ ਆ ਗਿਆ ਮੈਂ ਬੰਦਾ ਕੋਈ ਨਹੀਂ ਮੈਂ ਮੋੜਿਆ ਮੈਂ ਕਹਿੰਦੇ ਹਾਂ ਮੈਂ ਹਜੇ ਉੱਥੇ ਕੋਈ ਬੰਦਾ ਨਹੀਂ ਕਹਿੰਦੇ ਵੇਖਿਆ ਚੰਗੀ ਤਰ੍ਹਾਂ ਮੈਂ ਹਜੇ ਮੈਂ ਘੇਰੇ ਫਿਰ ਕੇ ਸਾਰੇ 'ਚ ਬੱਚੇ ਦੇ ਬੰਦ ਕਹਿੰਦੇ ਉੱਤੇ ਪਿਆ ਹੋਣਾ ਜੀ ਮੈਂ ਕਹਿੰਦੇ ਜਾ ਵੇਖ ਗਿਆ ਮੈਂ ਗਿਆ ਤਾਂ ਉੱਤੇ ਸੁੱਤਾ ਮੈਂ ਠਾ ਕੇ ਲਿਆ ਫਿਰ ਇਹਨੂੰ ਹੁਣ ਭਾਵੇਂ ਆਉਂਦੇ ਵਿਸ਼ਵਾਸ 'ਚ ਪਾ ਲਓ ਅਤੇ ਭਾਵੇਂ ਉਹਨਾਂ ਦਾ ਗੈਸ ਸੀ ਅਤੇ ਭਾਵੇਂ ਉਹਨੂੰ ਕਰਾਮਾਤੀ ਮੰਨ ਲਓ ਕਰਾਮ ਚਲੋ ਆਪਾਂ ਤਾਂ ਇਹੋ ਜਿਹੀਆਂ ਮੰਨਦੇ ਨਹੀਂ ਉਤਰਾਂ ਮੈਨੂੰ ਉਹਨਾਂ ਮੋੜ ਕੇ ਕਿਹਾ ਤਾਂ ਮੈਂ ਗਿਆ ਤਾਂ ਉੱਤੇ ਸੁੱਤਾ ਮੈਂ ਠਾ ਲਿਆ ਕਈ ਵੀ ਨਾਲੇ ਉਹਨੇ ਉੱਤੇ ਰੱਖੀ ਉਹ ਵੀ ਡਰਦਾ ਸੁੱਤਾ ਸੀ ਤੁਹਾਨੂੰ ਉਠਾ ਲੈਂਦੇ ਆ ਫਿਰ ਮੈਂ ਠਾਕ ਲਿਆ ਉਹ ਡਰ ਗਿਆ ਮੈਂ ਹਾਜੋ ਕੋਈ ਗੱਲ ਨਹੀਂ ਫਿਰ ਖੜਿਆ ਅਤੇ ਸਿੰਘ ਸਾਹਿਬ ਉਹਨੂੰ ਕਹਿਣ ਲੱਗੇ ਵੀ ਤੂੰ ਉੱਥੇ ਜਾ ਕੇ ਤਾਂ ਸਿਰਫ ਖੰਘਣਾ ਖੁੰਘਣਾ ਹੀ ਕੋਈ ਗੱਲ ਨਹੀਂ ਤੇਰੇ ਕੋਲ ਕਹੀ ਲੈ ਜਾ ਮੁੜ ਕੇ ਗਿਆ ਖੰਘਿਆ ਖੁੰਘਿਆ ਫਿਰ ਅਸੀਂ ਲੰਘੇ ਮਤਲਬ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਥਿਊਰੀਆਂ ਸੀਗੀਆਂ ਅਤੇ ਉਹਨਾਂ ਦੀਆਂ ਗੱਲਾਂ ਉਹਨਾਂ ਨਾਲ ਹੀ ਸੀ ਉਹੋ ਜਿਹੇ ਨਾ ਮਰਦ ਦਲੇਰ ਕਿਤੇ ਵਿਰਲੇ ਹੀ ਪੈਦਾ ਹੋ ਸਕਦੇ ਆ ਵੀ ਇੱਥੇ ਬੈਠੇ ਤੇ ਉੱਚੀ ਉੱਚੀ ਗੱਲਾਂ ਕਰਨੀਆਂ ਸਾਡੀ ਮਾਤਾ ਨੇ ਹੈ ਬਾਬਾ ਜੀ ਸਹੀ ਜੇ ਕਰਾਉਣਾ ਮਾਤਾ ਡਰਦੀ ਆ ਉਹ ਨਹੀਂ ਕਦੀ ਸਹੀ ਜੇ ਗੱਲ ਕਰਦੇ ਇਹ ਆਉਂਦੇ ਨੇ ਹੱਥ ਸਿੱਧੇ ਕੀਤੇ ਨੂੰ ਬੜਾ ਚਿਰ ਹੋਇਆ ਇਹ ਆਮ ਹੀ ਆਖਣਾ ਹੱਥ ਸਿੱਧੇ ਕੀਤੇ ਨੂੰ ਸਭ ਬੜਾ ਚਿਰ ਹੋਇਆ ਕੋਈ ਨਹੀਂ ਉਹ ਲੈਣ ਦਿਓ ਹੱਥ ਸਿੱਧੇ ਇੱਕ ਵਾਰੀ ਜਦੋਂ ਉਹ ਚੱਲੇ ਉੱਧਰ ਨੂੰ ਆਖਰੀ ਰਹੀ ਅਤੇ ਫੇਲ ਹੋ ਕੇ ਬੈਗ ਤੋਂ ਤੁਰੇ ਚੁੱਕ ਪਈ ਉਹਨਾਂ ਦੀਆਂ ਕਿਹੜੀਆਂ ਮੈਂ ਗੱਲਾਂ ਦਾ ਚੁੱਕ ਪਈ ਤਾਂ ਮੰਜੇ 'ਤੇ ਬੈਠੇ ਅਤੇ ਡਾਕਟਰ ਨੇ ਚਾਰ ਟੀਕੇ ਲਾਏ ਬੈਠੇ ਉਹ ਗੱਲਾਂ ਕਰੀ ਜਾਂਦੇ ਚਾਰ ਟੀਕੇ ਲਾ ਦਿੱਤੇ ਨੇ ਮਗਰੋਂ ਉਹਨਾਂ ਨੇ ਵੇਖਿਆ ਪਿੱਛਾ ਪਾਉਂਗੇ ਮੈਂ ਤਾਂ ਥੱਲੇ ਹੱਥ ਲਾਏ ਮੈਂ ਹਾਂ ਅਸੀਂ ਤਾਂ ਟੀਕਾ ਲਾਉਣ ਲੱਗੇ ਸਾਨੂੰ ਦਰਦ ਮਹਿਸੂਸ ਕਰਦੇ ਨਾ ਕੀਤੀ ਨਹੀਂ ਮੁੜ ਕੇ ਜੇ ਉੱਥੋਂ ਤੁਰਨ ਲੱਗੇ ਨਾ ਅਤੇ ਤੁਰਿਆ ਨਹੀਂ ਜਾਂਦਾ ਪੂਰਾ ਆਉਂਦੇ ਜੇ ਹੁਣੇ ਆ ਜੇ ਕਿਤੇ ਹੋ ਜਾਣ ਹੱਥ ਸਿੱਧੇ ਵੇਖ ਚੁੱਕਾਂ ਚੱਕਾਂ ਜਾਂਦੀਆਂ ਮੈਂ ਸਗੋਂ ਆਖਾਂ ਜੇ ਹੁਣ ਕੋਈ ਗੱਲ ਹੋ ਗਈ ਤਾਂ ਇਹਨਾਂ ਕੋਲ ਕੁਛ ਹੋਣਾ ਹੀ ਨਹੀਂ ਉਹ ਆਉਂਦੇ ਵੇਖ ਚੁੱਕਾਂ ਚੱਕਾਂ ਕਿਸ ਤਰ੍ਹਾਂ ਜਾਂਦੀਆਂ ਜਿਹੜੀ ਗੱਲ ਉਹਨਾਂ ਆਖੀ ਉਹਨਾਂ ਦੀਆਂ ਗੱਲਾਂ ਉਹਨਾਂ ਨਾਲ ਉਹਨਾਂ ਦੀ ਇਹ ਨਹੀਂ ਵੀ ਇੱਥੇ ਬੈਠੇ ਤਾਂ ਫੋਰਸ ਬੂਹੇ ਗੜੀ ਆ ਗਈ ਤਾਂ ਮੁੜ ਕੇ ਐਂ ਨੂੰ ਭੱਜਣਾ ਨਾ ਫਿਰ ਬੂਹੇ ਵੱਲ ਨੂੰ ਭੱਜਣਾ ਹਾਂ ਫੋਰਸ ਉਹ ਸੜਕ 'ਤੇ ਤੁਰੀ ਜਾਂਦੀ ਫਿਰ ਆਖਣਾ ਚਲੋ ਆਪਾਂ ਇੱਥੋਂ ਅੱਗੇ ਨਿਕਲ ਚੱਲੀਏ ਜੋ ਮੈਂ ਵੇਖਿਆ ਉਹਨਾਂ ਦਾ ਜੇ ਫੋਰਸ ਦਿਸਿਆ ਵੀ ਛੱਡੇ ਟਾਰਗੇਟ 'ਤੇ ਆ ਰਹੀ ਫਿਰ ਭੱਜ ਕੇ ਉਹ ਉੱਥੇ ਜਾ ਕੇ ਗੰਨ ਬੀੜ ਦੇਣੀ ਪਹਿਲਾਂ ਹੀ ਜਾਵੇ ਉਹਨਾਂ ਦੀਆਂ ਇਹ ਨਹੀਂ ਵੀ ਪੱਠੇ ਵੱਢਣ ਲੱਗ ਪੈਣ ਕਿਤੇ ਧੂੜੀ ਚੁੱਕ ਲੈਣਗੇ ਇਹ ਨਹੀਂ ਉਹਨਾਂ ਕੀਤਾ ਲੈਟਰਨ ਬਹਿਣ ਲੱਗਿਆਂ ਵੀ ਗੰਨ ਇਸ ਤਰ੍ਹਾਂ ਹੀ ਇੱਥੇ ਗਏ ਤਾਂ ਹੁਣ ਮੈਂ ਕਈ ਵਾਰ ਆਖਣਾ ਤੁਸੀਂ ਵਿਸ਼ਵਾਸ ਵੀ ਬੰਦਿਆਂ 'ਤੇ ਕਰ ਜਾਂਦੇ ਥੋੜ੍ਹਾ ਜਿਹਾ ਕਹਿੰਦੇ ਫਿਰ ਵਿਸ਼ਵਾਸ ਹੁਣ ਕਰਨਾ ਵੀ ਪੈਂਦਾ ਮੈਂ ਕਿਹਾ ਜੀ ਬੜਾ ਸੁਚੇਤਾ ਨਾਲ ਰਿਹਾ ਕਰੋ ਹਥਿਆਰ ਤੋਂ ਤਾਂ ਇੱਕ ਸੈਕਿੰਡ ਐਂ ਨਹੀਂ ਹੁੰਦੇ ਕਿ ਐਂ ਪਾਸੇ ਹਥਿਆਰ ਪਿਸਟਲ ਗਲ 'ਚ ਗੰਨ ਹੱਥ 'ਚ ਲੈਟਰਨ ਬੈਠਿਆਂ ਵੀ ਕਹਿੰਦੇ ਇੱਕ ਤਾਂ ਇੱਕ ਵਾਰੀ ਮੈਨੂੰ ਕਹਿੰਦੇ ਜੇ ਮੈਂ ਪੇਸ਼ ਹੋਇਆ ਤੁਹਾਨੂੰ ਤਾਂ ਮਾਰ ਦੇਣ ਰੋੜਿਆਂ ਨਾਲ ਲੋਕ ਮੈਂ ਇਹੋ ਹੀ ਹੋਣਾ ਜੀ ਫਿਰ ਇੱਦਾਂ ਹੱਥ ਸੰਡੇ ਬੈਠਿਆਂ ਤਾਂ ਬੈਠੇ ਤਾਂ ਪੰਡੋਰੀ ਰਹੇ ਮੀਂਹ ਪੈਣ ਲੱਗ ਪਿਆ ਅਤੇ ਮੈਂ ਉਹ ਪੱਲੀ ਬੰਨਣ ਲੱਗ ਪਿਆ ਕਮਾਦ 'ਚ ਬੈਠੇ ਸਾਂ ਅਤੇ ਹੁਣ ਪੱਲੀ ਕਿੰਨਾ ਕੁ ਚਿਰ ਕੱਢਣਾ ਚਾਹੁੰਦੇ ਵੇਖਿਆ ਬੂਟਾਂ ਦੀ ਕੋਠੀ ਥਾਂ ਦੇ ਲੋਕ ਕਹਿੰਦੇ ਬੂਟਾਂ ਦੀ ਕੋਠੀ ਵੀ ਆਹ ਹੀ ਕੋਠੀ ਆਪਣੀ ਬੂਟਾਂ ਹੁੰਦੀ ਸਾਰੇ ਹਥਿਆਰ ਵੀ ਭੱਜ ਗਏ ਅਸੀਂ ਵੀ ਭੱਜ ਗਏ ਕਮਾਦ ਦੇ ਵਿੱਚ ਬੈਠੇ ਉਹਨਾਂ ਦਾ ਉਹਨਾਂ ਦੀਆਂ ਗੱਲਾਂ ਉਹਨਾਂ ਨਾਲ ਸੀ ਐਡੇ ਮਰਦ ਸੂਰਮੇ ਕਿਤੇ ਮਾਂ ਕਿਤੇ ਵਿਰਲੇ ਜੰਮੂ ਖਾੜਕੂ ਬੜੇ ਪਰ ਉਹ ਬਾਬਾ ਬੋੜ ਇਵੇਂ ਨਹੀਂ ਲੱਗਦਾ ਜਗਬਾਣੀ ਵਾਲਾ ਬੜਾ ਤਜਰਬੇ ਵਾਲਾ ਭਾਵੇਂ ਸਾਡਾ ਦੁਸ਼ਮਣ ਉਹਦਾ ਤਜਰਬਾ ਉਹਦਾ ਮੰਨਣਾ ਪਊਗਾ ਅਤੇ ਜਿਹੜੀ ਖਬਰ ਉਹ ਕੱਢ ਕੇ ਲੈ ਆਉਂਦਾ ਉਹ ਸਾਡੀਆਂ ਦੂਜੀਆਂ ਖਬਰਾਂ ਬਾਅਦ 'ਚ ਲਿਆਉਂਦੀਆਂ ਐਵੇਂ ਨਹੀਂ ਬਾਬਾ ਬੋੜ ਹਰ ਵਾਰੀ ਬਾਬਾ ਬੋੜ ਲਿਖਾ ਅੱਤਵਾਦੀ ਬਾਬਾ ਬੋੜ ਉਹ ਖਾੜਕੂ ਦੀ ਮਾਂ ਹੀ ਮੰਨਦੇ ਬਾਬੇ ਮਾਣੋ ਚੱਲ ਨੂੰ
ਅੱਜ ਵੀ ਸਟੇਟਮੈਂਟਾਂ ਕੱਢ ਲਓ, ਕਦੀ ਉਹਨਾਂ ਬਾਬਾ ਬੋੜ ਤੋਂ ਬਗੈਰ ਨਹੀਂ ਲਿਖਿਆ ਉਹਨਾਂ ਨੂੰ। ਉਹ ਤਾਂ ਲੰਘ ਵੀ ਜਾਣ ਤਾਂ ਦੂਜੇ ਖਾੜਕੂ ਵਾਰਦਾਤ ਕਰ ਜਾਣ, ਉਹਨੂੰ ਨਹੀਂ ਐਡੀ ਅਹਿਮੀਅਤ ਦਿੰਦਾ ਜਿੰਨੀ ਉਹਨਾਂ ਨੇ ਨੰਘੇ ਨਹੀਂ ਦਿੰਦਾ ਹੈ ਉਹਨਾਂ ਦੇ ਘਰ 'ਤੇ। ਜਦੋਂ ਫਾਇਰ ਹੋ ਗਈ, ਕਿਉਂਕਿ ਮੈਂ ਤੁਹਾਨੂੰ ਦੱਸਿਆ ਤਾਂ ਉਸ ਦਿਨ ਲਿਖਿਆ ਸੀ ਜਿਹੜਾ ਦਿੱਲੀ ਨੂੰ ਦਬਕੇ ਮਾਰਦਾ ਉਹਦੇ ਘਰ 'ਤੇ ਅੱਜ ਫਾਇਰ ਹੋ ਗਏ। ਇਹ ਉਹਨਾਂ ਦੇ ਦੇਸ਼ 'ਚ ਆਇਆ, ਇਹ ਖਬਰ ਹੋਰ ਨਹੀਂ ਕਿਸੇ ਦੇ ਲੱਗੀ। ਇਹ ਏਡੀ ਵੱਡੀ ਨਾਮਵਰ ਸ਼ਖਸ਼ੀਅਤ, ਕਿਉਂਕਿ ਸ਼ਖਸ਼ੀਅਤ ਵੇਖੋ, ਇੱਕ ਉਹ ਜਥੇਬੰਦੀ ਦੇ ਮੁਖੀ, ਇੱਕ ਪੰਥਕ ਕਮੇਟੀ ਦੇ ਚੇਅਰਪਰਸਨ, ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ। ਇੱਕ ਸਮਾਂ ਕਹਿੰਦੇ ਉਹ ਆ ਗਿਆ ਬਾਬਾ ਗੁਰਭਜਨ ਸਿੰਘ ਮਾਣੋਚਾਲ ਨੂੰ ਔਖਾ ਵੇਲਾ, ਬਹੁਤ ਔਖਾ ਵੇਲਾ ਵੇਖਣਾ ਪਿਆ। ਉਹ ਸ਼ਾਇਦ ਸ਼ਹਾਦਤ ਜਿਵੇਂ ਜਿਵੇਂ ਨੇੜੇ ਆ ਰਹੀ ਸੀ, ਆਪਣਿਆਂ ਨੇ ਵੀ ਕਹਿੰਦੇ ਬੂਹੇ ਬੰਦ ਕਰ ਲਏ। ਉਹ ਤਾਂ ਜੀ ਵੇਖੋ ਜੀ, ਪੁਲਿਸ ਤਾਂ ਜਿਹੜੀ ਉਹ ਲੰਘ ਜਾਣ ਉਹਨੂੰ ਉਸੇ ਪ੍ਰੋਗਰਾਮ ਚੁੱਕ ਕੇ ਮਾਰ ਦਿੰਦੀ ਬੂਹੇ ਬੰਦ। ਲੋਕਾਂ ਦੇ ਦਹਿਸ਼ਤ ਹੀ ਇੰਨੀ ਪੈ ਗਈ, ਪੁਲਿਸ ਛੱਡਦੀ ਕੱਖ ਨਹੀਂ। ਪੁਲਿਸ ਨੇ ਨਹੀਂ ਛੱਡਿਆ ਜਿਹਦੀ ਉਹ ਲੰਘ ਗਏ, ਉਹਨਾਂ ਦੀ ਉਹ ਗੱਲ ਮੇਰੀ ਮਾਂ ਵਾਲੀ ਸੱਚੀ ਹੋ ਗਈ, ਜਿਹਦੀ ਉਹਨਾਂ ਦੀ ਆਵਾਜ਼ ਆਉਂਦੀ ਹੈ ਉਹ ਨਹੀਂ ਛੱਡਿਆ ਕਿਸੇ ਨੂੰ ਪੁਲਿਸ ਨੇ। ਹੁਣ ਸਰਦਾਰਾਂ ਹੁੰਦਾ ਮਹਿਲ ਦੇਖਤਾ ਮੇਰੇ ਹੁੰਦਿਆਂ ਹੀ ਕਿ ਇੱਥੇ ਬੈਂਕਰ ਆ, ਉਰੇ ਗੁਗੜੀ ਇੱਕ ਸਰਦਾਰ ਸੀ ਉਸ ਉਹਦੀ ਕੋਠੀ ਢਾਉਣ ਲੱਗੋ, ਇੱਥੇ ਬਾਬੇ ਮਾਣੋਚਾਲ ਦਾ ਬੈਂਕਰ ਆ, ਉੱਥੇ ਘਰ ਢਾਉਂਦੇ ਹੁੰਦੇ ਬਾਬੇ ਮਾਣੋਚਾਲ ਦੇ ਬੈਂਕਰ ਆ ਇੱਥੇ। ਐਵੇਂ ਨਹੀਂ ਬਾਬਾ ਬੋੜ ਉਹਨੂੰ ਆਉਂਦੇ, ਬੜਾ ਗੁਗੜੀ ਇੱਕ ਸਰਦਾਰ ਬੰਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਬੰਦਾ ਸੀ ਇੱਥੇ ਨਾਮਵਰ ਸਾਡੇ ਇਲਾਕੇ ਦਾ, ਉਹਦੀ ਕੋਠੀ ਢਾਉਣ ਲੱਗ ਪਏ ਜਾ ਕੇ ਮੈਨੂੰ ਫੜਿਆ, ਆਉਂਦੇ ਇੱਥੇ ਬਾਬੇ ਮਾਣੋਚਾਲ ਦਾ ਬੈਂਕਰ। ਉਹਨੂੰ ਹਰ ਥਾਂ ਭੁਲੇਖਾ ਮਿਲਦਾ ਬਾਬੇ ਮਾਣੋਚਾਲ ਦਾ ਬੈਂਕਰ ਆ। ਹੁਣ ਉਹਨਾਂ 'ਤੇ ਇਹੋ ਜਿਹੇ ਬਾਬੇ ਮਾਣੋਚਾਲ ਦਾ ਬੈਂਕਰ ਆ ਇੱਥੇ। ਆਹ ਹੀ ਚੀਜ਼ ਇੱਕ ਉਹ ਖਾੜਕੂ ਆ ਜਿੱਦਣ ਸ਼ਹੀਦ ਹੋਇਆ ਅਤੇ ਪੁਲਿਸ ਨੇ ਦੀਵੇ ਜਗਾਏ ਅਤੇ ਗੋਲੀਆਂ ਚਲਾਈਆਂ ਥਾਣਿਆਂ 'ਚ, ਪੁਲਿਸ ਨੇ ਦੀਵੇ ਜਗਾਏ ਅਤੇ ਥਾਣਿਆਂ 'ਚ ਗੋਲੀਆਂ ਚੱਲੀਆਂ, ਖੁਸ਼ੀਆਂ ਮਨਾਈਆਂ। ਉਹਨਾਂ ਦੀ ਸ਼ਖਸ਼ੀਅਤ ਉਹਨਾਂ ਦੀ ਸੀ। ਸੰਤਾਂ ਤੋਂ ਬਾਅਦ ਜੇ ਉਹਨਾਂ ਨੂੰ ਕਹਿ ਲਿਆ ਜਾਵੇ, ਉਹ ਤੋਂ ਬਾਅਦ ਹੋਰ ਕੋਈ ਸ਼ਖਸ਼ੀਅਤ ਨਹੀਂ ਵੱਡੀ ਖਾੜਕੂ ਸਭਾ 'ਚ। ਆਖਰੀ ਸਮੇਂ ਤੁਸੀਂ ਕਦੋਂ ਮਿਲਦੇ ਉਹਨਾਂ ਨੂੰ? ਮੈਂ ਤਾਂ ਉਹ 8 ਸਤੰਬਰ 1992 ਨੂੰ ਉੱਥੇ ਬੈਗ 'ਤੇ ਛੱਡ ਕੇ ਆਏ ਹਾਂ, ਬਸ ਉਦੋਂ ਬਾਅਦ ਮੇਰੀ ਨਹੀਂ ਮੁਲਾਕਾਤ ਹੋਈ ਉਹਨਾਂ ਨਾਲ। ਕਿਹੜੀ ਬੈਗ 'ਤੇ? ਉਹ ਹੀ ਰਟੌਲੀ ਸੀਗੀ, ਉਹ ਸੁਖਵੰਤ ਸਿੰਘ ਦੇ ਜਿਹੜੇ ਸਹੁਰੇ ਸਹੁਰਿਆਂ ਦੀ ਆ, ਉੱਥੇ ਛੱਡ ਗਏ 8 ਸਤੰਬਰ 1992 ਨੂੰ, ਬਸ ਆਖਰੀ ਮੇਰੀ ਮੁਲਾਕਾਤ ਉਹਨਾਂ ਨਾਲ ਹੋਈ ਹੋਈ ਹੈ, ਉਸ ਤੋਂ ਬਾਅਦ ਨਹੀਂ ਮੇਲਾ ਮੇਲਾ ਹੋ ਸਕਿਆ ਉਹਨਾਂ ਨਾਲ। ਪਰ ਉਹਨਾਂ ਦੀਆਂ ਇੱਕ ਹਾਂ ਇਹ ਆਖਿਆ ਜੀ ਗੱਲ ਮੇਨ, ਤੁਰੇ ਜਾਂਦੇ ਹਾਂ ਆਪਣਾ ਨੂੰ ਰੋਈ 'ਤੇ ਉਤਰ ਕੇ, ਅਤੇ ਆਪਣੇ ਆਪਣਾ ਕੀ ਪਿੰਡ ਆ ਉਹਨੂੰ, ਅਤੇ ਵੱਟ ਤੋਂ ਨਾ ਕੀ ਹੋਇਆ ਵੀ ਸੁਖਵੰਤਾਂ ਦਾ ਵੀ ਸੁਖਵੰਤ ਦੇ ਪੈਰ ਨਿਕਲ ਕੇ ਡਿੱਗ ਪਿਆ, ਕਹਿੰਦਾ ਯਾਰ ਮੇਰੇ ਪਤਾ ਨਹੀਂ ਕੀ ਚੜ੍ਹ ਗਿਆ ਕੀ ਚੜ੍ਹ ਗਿਆ, ਅਤੇ ਬਾਬੇ ਹੁਣ ਮਾਣੋਚਾਲ ਨੇ ਐਂ ਪਰਨੇ ਨਾਲ ਫੜ ਕੇ ਲਿਆਂਦਾ ਸੱਪ ਆ ਐਂ ਸੁਰਤ ਨਾਲ, ਅਤੇ ਆਂਦੇ ਵੀ ਪਹਿਲੀ ਵੀ ਵਾਪਰਿਆ ਜ਼ਿੰਦਗੀ 'ਚ ਜੋ ਮਹੀਨੇ ਵਿਚ ਰਹੇ ਕਦੀ ਨੇ ਸੁਖਵੰਤ ਦੇ ਮੋਢੇ ਐਂ ਪਿੱਛੋਂ ਲਾ ਗਿਆ ਸੁੱਟਿਆ ਕੱਪੜੇ ਨਾਲ ਨਾ ਉਹਦੇ ਸੱਪ ਆ, ਅਤੇ ਇੰਨੀ ਗੱਲ ਤੁਰੇ ਤੁਰੇ ਜਾਂਦਿਆਂ ਆਖੀ ਵੀ ਹੁਣ ਫਿਰ ਕੋਈ ਉੱਠੂ ਤਾਂ ਚੁੱਕ ਲੂਗਾ ਸਿੰਗਰ 'ਚ, ਇਹ ਅਜੇ ਤਾਈਂ ਮੇਰੇ ਕੰਨਾਂ 'ਚ ਗੂੰਜੀ ਜਾਂਦੀ ਹੈ। ਇਹ ਗੱਲ ਕਦੋਂ ਕਹੀ ਉਹਨਾਂ ਨੇ? ਇਹ ਉਹ ਸਤੰਬਰ ਮਹੀਨੇ 'ਚ, ਇਹ ਕੋਈ 8 ਸਤੰਬਰ ਨੂੰ ਮੈਂ ਛੱਡ ਕੇ ਆਇਆ, 5-6 ਸਤੰਬਰ ਦੀ ਗੱਲ ਹੋਊਗੀ। ਸ਼ਹੀਦ ਤੁਰੇ ਜਾਂਦਿਆਂ ਰਾਤ 6 ਮਹੀਨੇ ਤਾਂ ਮੇਰੇ ਤੋਂ ਬਾਅਦ ਛੇ ਮਹੀਨੇ ਪਏ ਲੰਘ ਗਿਆ, ਕਹਿੰਦੇ ਕੋਈ ਉੱਠੂ ਤਾਂ ਹੁਣ ਫਿਰ ਚੁੱਕ ਲੂਗਾ। ਇਹ ਗੱਲ ਇਹਨਾਂ ਆਖੀ ਤਾਂ ਮੇਰੇ ਮਨ 'ਚੋਂ ਰਹੀ ਵੀ ਇਹਨਾਂ ਕਿਉਂ ਇਹ ਗੱਲ ਆਖੀ ਆ, ਫਿਰ ਮੈਂ ਕਿਹਾ ਚਲੋ ਉਹਨਾਂ ਕੋਲ ਚੁੱਤੇ ਸਦਕੇ। ਇਹ ਗੱਲ ਬਹੁਤ ਗੰਭੀਰ ਹੈ ਜਿਹੜੀ ਤੁਸੀਂ ਦੱਸ ਰਹੇ। ਹਾਂ ਮੈਨੂੰ ਆਖਿਆ ਦੇ ਕੋਈ ਉੱਠੂ ਤਾਂ ਹੁਣ ਚੁੱਕ ਲੂ ਫਿਰ। ਬਾਬਾ ਗੁਰਭਜਨ ਸਿੰਘ ਮਾਣੋਚਾਲ ਦੀ ਬੰਦਗੀ ਬਹੁਤ ਸੀ। ਹਾਂਜੀ ਉਹ ਬੰਦਗੀ ਵਾਲੀ ਤਾਂ ਉਹਨਾਂ ਦੀ ਗੱਲ, ਉਹਨਾਂ ਦੀ ਚਲੋ ਅੱਜ ਤਾਂ ਤਰਕਵਾਦੀ ਨਹੀਂ ਇਹੋ ਜਿਹੀਆਂ ਚੀਜ਼ਾਂ ਮੰਨਦੇ, ਅਤੇ ਪਰ ਉਹਨਾਂ ਦਾ ਮਤਲਬ ਇਹ ਬੰਦਗੀ ਵਾਲਾ ਅਤੇ ਉਹਨਾਂ ਦਾ ਗੁਰਮਤ ਦਾ, ਅਤੇ ਉਹਨਾਂ ਜਿੱਥੋਂ ਮਰਜ਼ੀ ਗੁਰੂ ਗ੍ਰੰਥ ਸਾਹਿਬ 'ਚੋਂ ਸਵਾਲ ਪੁੱਛੋ, ਕਥਾਵਾਚਕ ਬਹੁਤ ਵੱਡੇ ਸੀ ਉਹ, ਕਥਾਵਾਚਕ ਬਹੁਤ ਵੱਡੇ। ਮੈਂ ਨਿੱਜੀ ਆਮ ਖਾੜਕੂ ਕੋਈ ਕਥਾਵਾਚਕ ਹੋਣਾ ਹੀ ਨਹੀਂ ਮੇਰੇ ਹਿਸਾਬ ਨਾਲ, ਹੋਰ ਵੱਡੇ ਕਥਾਵਾਚਕ ਸੀ। ਮੈਂ ਨਿੱਜੀ ਜ਼ਿੰਦਗੀ ਦੀ ਗੱਲ ਕਰਦਾ ਕਿ ਉਹਨਾਂ ਦਾ ਨਾਮ ਬਾਣੀ ਦੀ ਗੱਲ ਕਰਦਾ। ਆਹੋ ਨਾਮ ਬਾਣੀ ਉਹਦੇ ਮਤਲਬ ਤੁਰੇ ਤੁਰੇ ਜਾਂਦੇ ਸਾਰ ਬਾਣੀ ਉਹਨਾਂ ਨੂੰ ਮੂੰਹ 'ਚ ਦਿੱਤੇ ਸੀ, ਭਾਵੇਂ ਆਸਾ ਦੀ ਵਾਰ ਸੁਣ ਲਓ ਉਹਨਾਂ ਕੋਲ, ਭਾਵੇਂ ਸੁਖਣੀ ਸਾਹਿਬ ਸੁਣ ਲਓ, ਜਾਂ ਸਾਰੀ ਬਾਣੀ ਉਹ ਬਾਣੀ ਪੜ੍ਹੀ ਜਾਂਦੇ ਸੀ। ਉਹ ਹੁਣ ਇਹ ਜਿਹੜੀ ਗੱਲ ਤੁਸੀਂ ਕਹੀ ਆ ਕਿ ਬਾਬਾ ਮਾਣੋਚਾਲ ਨੇ ਸ਼ਹੀਦ ਹੋਣ ਤੋਂ 6 ਮਹੀਨੇ ਪਹਿਲਾਂ ਇਹ ਬਚਨ ਕਹੇ, ਹਾਂ ਵੀ ਮੁੜ ਕੇ ਉੱਠੂ ਤੇ ਉੱਠੂ ਅਤੇ ਸੰਘਰਸ਼ ਨੂੰ ਚੁੱਕ ਲਓ, ਹਾਂ ਫਿਰ ਨਵੇਂ ਸਿਰੋਂ ਚੁੱਕੂ। ਇਹ ਮੈਂ ਆਪ ਸੁਣੀ ਗੱਲ, ਤੁਰੇ ਜਾਂਦਿਆਂ ਸਾਡੇ ਨਾਲ ਮੇਰੇ ਨਾਲ ਖੁਦ ਨਹੀਂ, ਮੈਂ ਤਾਂ ਸੁਖਵੰਤ ਤਿੰਨੇ ਤੁਰੇ ਜਾਂਦੇ ਗੱਲਾਂ। ਉਸ ਸੰਤ ਸਿਪਾਹੀ ਦੇ ਬੋਲ ਤੁਸੀਂ ਮੰਨਦੇ ਹੋ ਕਿ ਸੱਚੇ ਹੋ ਜਾਣਗੇ ਫਿਰ? ਕੀ ਮੰਨਦੇ? ਨਹੀਂ ਇਹ ਤਾਂ ਚਲੋ ਜੀ ਇਹ ਤਾਂ ਗਰਭ 'ਚ ਆ, ਇਹ ਤਾਂ ਸਮੇਂ ਦੇ ਗਰਭ 'ਚ ਪਈ ਆ ਵੀ ਕੀ ਹੁੰਦੀ ਆ ਕੀ ਨਹੀਂ। ਇਹ ਤਾਂ
ਪਰ ਗੁਰਬਾਣੀ ਕਹਿੰਦੀ ਆ ਕਿ ਸਾਧੂ ਦਾ ਬਚਨ ਸਮੇਂ ਦੇ ਗਰਭ 'ਚ ਇਹ ਪਈ ਹੋਈ ਗੱਲ, ਇਹ ਜਦ ਪ੍ਰਗਟ ਹੋਊ ਤਾਂ ਫਿਰ ਹੀ ਆ ਉਹਨਾਂ 'ਤੇ। ਆਹੋ ਗੁਰਬਾਣੀ ਕਹਿੰਦੀ ਸਾਧੂ ਦਾ ਬੋਲਿਆ ਬਿਰਥਾ ਨਾ ਜਾਏ, ਸਾਧੂ ਸਾਹਿਬ ਬੋਲਿਆ ਬਚਨ ਅਟਲਾਦਾ, ਆਹੋ ਬਚਨ ਅਟਲਾਦਾ ਆਖਿਆ ਵਾ, ਪਰ ਇਹ ਹੁਣ ਸਮੇਂ ਦੇ ਗਰਭ 'ਚ ਆ। ਤੁਹਾਡਾ ਨਿਸ਼ਚਾ ਕੀ ਕਹਿੰਦਾ? ਮੇਰਾ ਨਿਸ਼ਚਾ ਤਾਂ ਫਿਰ ਕਹਿੰਦਾ ਹੀ ਆ ਵੀ ਸਤਨਾਮ ਮਾਣਕ ਨੇ ਵੀ ਲਿਖਿਆ ਫਿਰ ਉੱਠੇਗਾ ਪੰਜਾਬ, ਲਹਿਰ ਤੋਂ ਬਾਅਦ ਸਤਨਾਮ ਮਾਣਕ ਨੇ ਵੀ ਲਿਖਿਆ ਫਿਰ ਉੱਠੇਗਾ ਪੰਜਾਬ, ਅਤੇ ਉਹਦੇ ਨਾਲ ਹੋਰ ਇਹ ਉਸੇ ਚੀਜ਼ ਦੀ ਪੁਸ਼ਟੀ ਕਰਦਾ ਬਾਬੇ ਮਾਨੋ ਚੱਲਦੇ ਬਚਨਾਂ ਦੀ। ਅਤੇ ਇਹ ਹੁਣ ਜਿਹੜਾ ਇੱਕ ਸੀਨੀਅਰ ਪੱਤਰਕਾਰ ਦਾ ਵਿਸ਼ਲੇਸ਼ਣ, ਹਾਂ ਇਹ ਸਤਨਾਮ ਮਾਣਕ ਨੇ ਲਿਖਿਆ ਸੀ ਜੀਤ 'ਚ ਫਿਰ ਉੱਠੇਗਾ ਪੰਜਾਬ ਬਾਬੇ ਮਾਨੋ ਚੱਲੀ ਸ਼ਹਾਦਤ ਤੋਂ ਬਾਅਦ ਕਾਫੀ ਚਿਰ। ਅਤੇ ਉੱਦਣ ਬਾਬੇ ਮਾਨੋ ਚਾਹਲ ਵਾਲੇ ਨੂੰ ਚਲੇ ਗਈ ਗੱਲ ਵੀ ਉਹਨਾਂ ਦੇ ਵਿਚਾਰਾਂ ਦੀ ਪੁਸ਼ਟੀ ਆਏ, ਅਤੇ ਬਾਕੀ ਉਹ ਇਹ ਵੀ ਉਹਨਾਂ ਦੇ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਮੈਂ ਮੁੜ ਕੇ ਆ ਗਿਆ ਬੰਬੀ ਤੋਂ ਤਾਂ ਮੈਨੂੰ ਉਹਦੇ ਉੱਤੇ ਵੇਖ ਉੱਤੇ ਜਾ ਕੇ ਵੇਖੇ ਦਿਓ ਬੰਦਾ ਲੱਭ ਗਿਆ, ਮਤਲਬ ਇਹੋ ਜਿਹੇ ਉਹਨਾਂ ਦੇ ਹੈਗੇ ਸੀਗੀਆਂ, ਮਤਲਬ ਕਿਰਪਾ ਵਾਹਿਗੁਰੂ ਦੀ ਬੜੀ ਉਹਨਾਂ 'ਤੇ ਬਹੁਤ ਕਿਰਪਾ ਸੀ, ਕਿਉਂਕਿ ਗੁਰਬਾਣੀ ਅਤੇ ਕਥਾ ਵਾ ਮੈਂ ਨਹੀਂ ਮੰਨਦਾ ਵੀ ਸਾਰੇ ਖਾੜਕੂ ਗੁਰਬਾਣੀ ਪੜ੍ਹਨ ਵਾਲੇ ਸੀ ਅਤੇ ਕਥਾਵਾਚਕ ਸੀ, ਕਥਾਵਾਚਕ ਤਾਂ ਮੇਰੇ ਹਿਸਾਬ ਨਾਲ ਉਹ ਉਹਨਾਂ ਤੋਂ ਵੱਡਾ ਨਾਂ ਕੋਈ ਕਥਾਵਾਚਕੀ ਸੀ, ਕਥਾਵਾਚਕੀ ਬਹੁਤ ਵੱਡੇ ਸੀ ਉਹ ਹਰ ਗੱਲ 'ਚ, ਜੇ ਰਾਜਨੀਤੀ ਉਹ 'ਚ ਨਿਪੁੰਨ ਸੀ। ਫਿਰ ਉਹਨਾਂ 'ਤੇ ਐਲੀਗੇਸ਼ਨ ਲੱਗੇ ਸਰਕਾਰੀ, ਉਹ ਵੀ ਸਾਬਤ ਹੋ ਗਿਆ ਕਿ ਸਰਕਾਰੀ ਦਾ ਮਾਂ ਪਿਓ ਨਹੀਂ ਕਦੀ ਮਾਰਿਆ ਕਿਸੇ ਨੇ, ਸਭ ਤੋਂ ਵੱਡਾ ਨੁਕਸਾਨ ਜਿਹੜਾ ਹੋਇਆ ਤਾਂ ਬਾਬੇ ਮਾਨੋ ਚੱਲ ਦੇ ਪਰਿਵਾਰ ਦਾ ਆ, 26 ਰਿਸ਼ਤੇਦਾਰ ਪਰਿਵਾਰ ਦੇ 9 ਜੀ ਭੇਟ ਚੜਿਆ, ਮਾਂ ਪਿਓ ਨਹੀਂ ਕਦੀ ਕਿਸੇ ਦਾ ਮਾਰਿਆ ਕਿਸੇ ਸਰਕਾਰ, ਲਿਖਤੀ ਕਿਤਾਬ ਲਿਖ ਮਾਰੀ ਉਹਨੇ ਉਹ ਡਾਕਟਰ ਸੰਗਤ ਸਿੰਘ ਨੇ ਇਤਿਹਾਸ ਵਿੱਚ ਸਿੱਖ, ਅਤੇ ਉਹਦੇ ਵਿੱਚ ਤਾਂ ਮਾਨੋ ਚੱਲ ਸਰਕਾਰੀ। ਮੈਂ ਫੋਨ ਲਾ ਕੇ ਪੁੱਛਿਆ, ਮੈਂ ਜੀ ਸਰਕਾਰੀ ਦੀ ਮਾਂ ਚੁੱਕ ਕੇ ਮਾਰ ਦਿੱਤੀ ਜਾਂਦੀ, ਪਿਓ ਮਾਰਤਾ, ਕਹਿੰਦਾ ਮਾਰੇ ਆ, ਮੈਂ ਕਿਹਾ ਹੋਰ, ਕਹਿੰਦਾ ਯਾਰ ਮੈਨੂੰ ਪਤਾ ਨਹੀਂ, ਮੈਂ ਕਿਹਾ ਇੱਥੇ ਵੀ ਕਿ ਲਿਖਤੀਆਂ ਜੇ ਕਿਤਾਬਾਂ, ਡਾਕਟਰ ਸੰਗਤ ਸਿੰਘ ਨੇ ਇਤਿਹਾਸ ਵਿੱਚ ਸਿੱਖ, ਮੈਂ ਸਰਕਾਰੀ ਦਾ ਮਾਂ ਪਿਓ ਮਾਰ ਦਿੱਤਾ ਜਾਂਦਾ, ਮੈਨੂੰ ਇਹ ਦੱਸੋ ਜੇ ਉਹਨੇ ਮਾਂ ਪਿਓ ਮਰਾਉਣਾ ਨਾ ਸਰਕਾਰੀ ਬਣਨਾ ਕਰਨੋ ਹੀ, ਅਤੇ ਅੱਜ ਤੱਕ ਇੱਕ ਉਸ ਪਰਿਵਾਰ ਤੋਂ ਕੋਈ ਚੀਜ਼ ਬਰਾਮਦ ਹੋਈ ਵੀ ਕੋਈ ਦੱਸ ਦੇ ਕਿ ਇੱਕ ਤੋਲਾ ਸੋਨਾ ਉਹਨਾਂ ਕੋਲ ਬਰਾਮਦ ਹੋਇਆ ਵਾ, ਕਈ ਪੈਸਾ ਬਰਾਮਦ ਹੋਇਆ ਉਸ ਪਰਿਵਾਰ ਤੋਂ, ਕੋਈ ਦੱਸ ਜਾ ਕੇ ਸਾਹਮਣੇ, ਕੋਈ ਜ਼ਮੀਨ ਜਾਇਦਾਦ ਬਰਾਮਦ ਹੋਈ ਹੋਵੇ, ਕੋਈ ਨਹੀਂ ਦੱਸ ਸਕਦਾ ਇੱਕ ਚੀਜ਼ ਵੀ ਉਹਨਾਂ ਕੋਲ ਨਹੀਂ ਬਰਾਮਦ ਹੋਈ, ਅਤੇ ਅੰਤਾਂ ਦੇ ਤਸ਼ੱਦਦ ਝਲਕ ਸ਼ਹੀਦ ਹੋਏ, ਅੰਤਾਂ ਦੇ ਤਸ਼ੱਦਦ ਮਾਂ ਪਿਓ ਭਰਾ ਅੰਤਾਂ ਦੇ ਵੇਲਣਿਆਂ ਵੀ ਜੀ ਲੰਘ ਲੰਘ ਕੇ, ਵੀ ਇਹਨਾਂ ਕੋਲ ਸੋਨੇ ਪਟਾਉਣੇ ਆ, ਇਹਨਾਂ ਕੋਲ ਪੈਸੇ ਪਟਾਉਣੇ ਆ, ਇਹਨਾਂ ਕੋਲ ਟਰਾਂਸਪੋਰਟ ਲੱਭਣੀ ਆ, ਇੱਕ ਬਾਬੇ ਮਾਨੋ ਚੱਲ ਦੀ ਪੈਸੇ ਦੀ ਜਾਇਦਾਦ ਕੋਈ ਸਿੱਧ ਕਰਦੇ ਅਤੇ ਮੇਰਾ ਸਿਰ ਕੱਟ ਦੇ, ਇਹ ਵੀ ਝੂਠੀ ਨਿਕਲੀ ਲੋਕਾਂ ਦੀ ਗੱਲ, ਅਤੇ ਸਰਕਾਰੀ ਵੀ ਝੂਠੀ ਨਿਕਲੀ, ਜੇ ਸਰਕਾਰੀ ਤਾਂ ਉਹਨਾਂ ਦੇ ਬਾਪ ਨੂੰ ਕੋਹ ਕੋਹ ਮਾਰਨਾ ਹੈ, ਉਹਨਾਂ ਦੀ ਮਾਤਾ ਨੂੰ ਕੋਹ ਕੋਹ ਮਾਰਨਾ ਹੈ, ਮਤਲਬ ਉਹਨਾਂ ਦੇ ਸੁਣੋ ਕਸ਼ਟਾਂ, ਵੀ ਸਮਾਂ ਦੱਸੂਗਾ ਕੌਣ ਸਰਕਾਰੀ ਕੌਣ ਗੈਰ ਸਰਕਾਰੀ, ਅਤੇ ਇਹ ਤਾਂ ਖੇਤਾਂ ਦੇ ਪੁੱਤ ਸੀ, ਖੇਤਾਂ 'ਚ ਪੈਦਾ ਅਤੇ ਖੇਤਾਂ 'ਚ ਜਾਮੇ ਸ਼ਹਾਦਤਾਂ ਪਾ ਗਏ ਪਰਿਵਾਰਾਂ ਸਮੇਤ, ਜੋ ਨੁਕਸਾਨ ਇਸ ਪਰਿਵਾਰ ਦਾ ਆ ਉਹ ਤਾਂ ਮੂੰਹ ਨਿੱਕਾ ਗੱਲ ਵੱਡੀ ਆ, ਜੋ ਨੁਕਸਾਨ ਇਸ ਪਰਿਵਾਰ ਨੇ ਚੱਲਿਆ 30 ਸਾਲਾਂ ਬਾਅਦ ਉਹਨਾਂ ਦਾ ਘਰ ਛੱਡਿਆ ਬੋਰਸ ਨੇ, 30 ਸਾਲਾਂ ਬਾਅਦ ਉਸ ਘਰ 'ਚ ਕੁੱਟ ਖਾਂਦਾ ਰਿਹਾ ਪਰਿਵਾਰ ਉਸੇ ਘਰ 'ਚ, ਇਹ ਵੀ ਨਵੇਕਲੀ ਕਹਾਣੀ ਆ ਵੀ ਉਸੇ ਘਰ 'ਚ ਬੰਦੀ ਬਣ ਕੇ ਪਰਿਵਾਰ ਰਹਿੰਦਾ ਰਿਹਾ, ਹਜ਼ਾਰਾਂ ਰੁਪਈਆਂ ਰੋਟੀਆਂ ਦੇ ਦੇ ਕੇ ਚਾਚੇ ਛੁੱਟ ਛੁੱਟ ਜਾਂਦੇ ਰਹੇ ਵੀ ਰੋਟੀ ਖਵਾਈ ਤੁਹਾਨੂੰ ਪੁਲਿਸ ਨੇ, ਜੋ ਤਸ਼ੱਦਦ ਉਸ ਪਰਿਵਾਰ 'ਤੇ ਉੱਤੇ ਹੀ ਹੋਇਆ, ਉਹ ਮਿਣ ਤੋਲਣ ਤੋਂ ਬਾਹਰ ਦੀ ਗੱਲ ਆ, ਅਤੇ ਵਾਰੇ ਵਾਰੇ ਜਾਈਏ ਉਸ ਪਰਿਵਾਰ ਨੇ ਜਿਹੜੇ ਤਸ਼ੱਦਦ ਝੱਲਿਆ, ਇੱਕ ਭਰਾ ਧਰਮੀ ਫੌਜੀ ਪਿਆ ਵਾ ਮੰਜੇ, ਧਰਮੀ ਫੌਜੀ 14 ਸਾਲ ਕੈਦ ਕੱਟ ਗਿਆ, 14 ਸਾਲ ਉਹਨਾਂ ਹੀ ਠੇਕਾ ਚੁੱਕਿਆ ਵੀ ਅਸੀਂ ਲੜਨੀ ਆ ਸਾਰੀ ਜੰਗ, ਫਿਰ ਵੀ ਉਹਨਾਂ 'ਤੇ ਉਂਗਲਾਂ ਉਠਾਉਂਦੇ ਲੋਕ, ਆ ਉਹਨਾਂ ਦੀ ਸਿੰਘ ਸਾਹਿਬ ਦੀ ਭਰੀ ਕਹਿਸ਼ਟ ਪਹਿਲਾਂ ਵੀ ਮੈਨੂੰ ਸਰਕਾਰੀ ਆਉਂਦੇ ਆ ਅਤੇ ਮੇਰੇ 'ਤੇ ਪੱਟ 'ਚ ਵੀ ਗੋਲੀਆਂ ਲੱਗੀਆਂ, ਅਤੇ ਮੇਰਾ ਭਰਾ 86 ਤੋਂ ਬੰਨ੍ਹਦਿਆ, ਭਾਈ ਨਰਵੈਲ ਸਿੰਘ, ਭਾਈ ਬਲਵਿੰਦਰ ਸਿੰਘ ਵੀ ਬੰਨ੍ਹਦਿਆ, ਪਿਤਾ ਮੇਰਾ ਚੁੱਕਿਆ ਵਾ, ਇੱਕ ਭਰਾ ਮੇਰਾ 14 ਸਾਲ ਕੈਦ ਹੋਇਆ, ਜੇ ਮੈਂ ਸਰਕਾਰੀ ਹਾਂ ਤਾਂ ਫਿਰ ਗੈਰ ਸਰਕਾਰੀ ਕਿਹੜਾ ਉਹ ਵੇਖ ਲਿਓ, ਅਤੇ ਮੇਰਾ ਜੀਵਨ ਖੁੱਲ੍ਹੀ ਕਿਤਾਬ ਆ ਤੁਹਾਡੇ ਸਾਹਮਣੇ ਹੀ ਆ, ਉਹਨਾਂ 'ਤੇ ਵੀ ਆਖਿਆ ਸੀ, ਅੱਜ ਸਾਰਿਆਂ ਦੇ ਮੂੰਹ ਬੰਦ ਹੋ ਗਏ, ਦੱਸੋ ਸਰਕਾਰੀ ਸੀ ਬਾਬਾ ਮਾਨੋ ਚੱਲ ਜਾਓ, ਕਰੋ ਪ੍ਰੋਪਰਟੀ ਸ਼ੋਅ ਉਹਨਾਂ ਦੀ ਕਿੱਥੇ, ਦੱਸੋ ਇੱਕ ਪੈਸੇ ਦੀ, ਉਹਨਾਂ ਆਖਿਆ ਕੈਸਟ 'ਚ ਵੀ ਜੇ ਮੇਰੀ ਇਸ ਤਰ੍ਹਾਂ ਕੋਈ ਬਣੀ ਹੋਵੇ ਤਾਂ ਮੇਰੀ ਪੁੱਤਾਂ ਨੂੰ ਸ਼ੂਟ ਕਰ ਦਿਓ ਮੇਰੇ ਮਗਰੋਂ, ਉਹਨੇ ਸੁਣ ਲਿਓ ਕੈਸਟ, ਵੀ ਜੇ ਮੇਰੇ ਮਤਲਬ ਕੋਈ ਪਤਾ ਲੱਗ ਜਾਵੇ ਮੈਂ ਕੋਈ ਪ੍ਰੋਪਰਟੀ ਬਣਾ ਕੇ ਗਿਆ ਇਹਨਾਂ ਵਾਸਤੇ ਅਤੇ ਮੇਰੇ ਬੱਚੇ 3 ਗੁਰੂ ਜੀ ਬਖਸ਼ ਤਿੰਨਾਂ ਸ਼ੂਟ ਕਰ ਦਿਓ, ਇਹ ਸਿੱਖ ਕੌਮ 'ਤੇ ਲੁੱਟ ਲਿਓ ਜਾਇਦਾਦ ਨੂੰ, ਇਹ ਉਹਨਾਂ ਕੈਸਟ 'ਚ ਭਰਿਆ ਵਾ, ਵੀ ਸਿੱਖ ਕੌਮ ਨੂੰ ਹੱਕ ਹੋਊਗਾ ਇਹ ਕਿ ਉਹ ਜਾਇਦਾਦ ਲੁੱਟ ਲਈ ਜਾਵੇ ਅਤੇ ਮੇਰੇ 3 ਬੱਚਿਆਂ ਸ਼ੂਟ ਕਰਤੀ ਜਾਵੇ,
ਕਹਿੰਦੇ ਨੇ ਭਰੋਸਾ ਰੱਖੋ, ਪਤਾ ਲੱਗ ਜੂ ਸਰਕਾਰੀ ਕੌਣ ਹੈ ਅਤੇ ਗੈਰ ਸਰਕਾਰੀ ਕੌਣ ਹੈ। ਉਹਨਾਂ ਦੀਆਂ ਗੱਲਾਂ ਉਹਨਾਂ ਨਾਲ, ਉਹਨਾਂ ਦਾ ਤੋੜ ਕੋਈ ਨਹੀਂ। ਬਸ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।